ਮੇਰਾ ਇੱਕ ਦੋਸਤ ਸੀ ਉਹਦੀ ਨਾ ਮਮਾ ਦੀ ਡੈਥ ਹੋ ਗਈ ਤੇ ਉਹ ਸਾਡੇ ਰੂਮ ਦੀ ਨੁੱਕਰ 'ਚ ਬੈਠ ਕੇ ਰੋਂਦਾ ਹੁੰਦਾ ਸੀ ਮੈਂ ਉਹਨੂੰ ਇੱਕ ਦਿਨ ਪੁੱਛ ਲਿਆ ਮੈਂ ਕਿਹਾ ਤੂੰ ਲੁੱਕ ਕੇ ਕੀ ਕਰ ਰੋਂਦਾ ਹੋ ਨੁੱਕਰ 'ਚ ਜਦ ਮਾਂ ਮੇਰੀ ਕਹਿੰਦਾ ਹੈ ਮੇਰੀ ਮੰਮੀ ਨੂੰ ਨਾ ਮੇਰਾ ਰੋਣਾ ਪਸੰਦ ਨਹੀਂ ਸੀ ਤੇ ਮੈਂ ਤਾਂ ਰੂਮ ਦੀ ਨੁੱਕਰ 'ਚ ਬੈ ਕੇ ਰੋਣਾ ਵੀ ਉਹ ਨਾ ਮਨਪੋ ਦੇਖ ਰੋ ਲਿਆ ਗਰੀਬੀ ਸਿਖਾਉਂਦੀ ਆ ਬੰਦੇ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਕੀ ਸਿੱਖਿਆ ਗਰੀਬੀ ਤੋਂ ਮੈਂ ਇਹੀ ਚੀਜ਼ ਸਿੱਖੀ ਆ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਢਰਮੀ 'ਚ ਆਟਾ ਨਾ ਹੋਵੇ ਉਦੋਂ ਫਿਰ ਬੰਦੇ ਨੂੰ ਗਰੀਬੀ ਇਹ ਚੀਜ਼ ਸਿਖਾਉਂਦੀ ਆ ਵੀ ਉੱਠ ਤੇ ਮਿਹਨਤ ਕਰ। ਉਹ ਡਰਮੀ ਚਾਟਾ ਤੂੰ ਪਾਉਣਾ। ਇਹ ਮੰਮੀ ਪਾਪਾ ਚਾਹ ਪੀਂਦੇ ਤੇ ਉਹ ਨਾ ਉੱਠ ਕੇ ਗੱਲਾਂ ਕਰਦੇ ਮੈਂ ਜਾਗੋ ਮਿਟਾਇਆ ਗਿਆ। ਉਹ ਗੱਲਾਂ ਕਰਦੇ ਵੀ ਆਪਣੀ ਇੰਨੀ ਦਿਹਾੜੀ ਆ। ਇਹਨੇ ਸੁਪਨਾ ਬੜਾ ਵੱਡਾ ਪਾ ਲਿਆ ਸਿੰਗਰ ਬਣਨਾ। ਜਿਹਦੇ ਚ ਤਾਂ ਇਨਵੈਸਟਮੈਂਟ ਹੀ ਆ। ਇਹ ਰਹਾ ਨਾ ਜੀ ਪੈਸਾ ਹੀ ਲੱਗਣਾ ਪੈਸਾ। ਬਿਲਕੁਲ। ਉਹ ਗੱਲਾਂ ਕਰਦੇ ਵੀ ਇੰਨਾ ਪੈਸਾ ਕਿੱਥੋਂ ਆਉਣਾ ਵੀ ਆਪਾਂ ਤਾਂ ਇੰਨਾ ਕਮਾਉਂਦੇ। ਹੋਣਾ ਸਾਡੀਆਂ ਕੱਚੀਆਂ ਛੱਤਾਂ ਜਿਵੇਂ ਸਾਡੇ ਹੁਣ ਕੰਦ ਚ ਵੀ ਟਰੇਡ ਪਈ ਹੋਈ ਆ ਤੇ ਹੁਣ ਬਾਹਰੋਂ ਜਿੱਦਾਂ ਸੋਸ਼ਲ ਮੀਡੀਆ ਤੇ ਮੈਨੂੰ ਦੁਨੀਆ ਦੇਖਦੀ ਨੇ ਉਹਨਾਂ ਨੂੰ ਲੱਗਦਾ ਵੀ ਇਹ ਬੜੇ ਰਿਚ ਫੈਮਿਲੀ ਚੋਂ ਆ ਵੀ ਅੱਛਾ ਬੰਦਾ ਉੱਠਦੇ ਆ ਸਰ ਫੇਮਸ ਹੋ ਗਿਆ ਵਧੀਆ ਪੈਸਾ ਕਮਾਉਂਦਾ ਤੁਹਾਨੂੰ ਪਤਾ ਏ ਸੋਸ਼ਲ ਮੀਡੀਆ ਕਿੰਨਾ ਕ ਪੈਸਾ ਦਿੰਦਾ ਤੇ ਉਹੀ ਚੀਜ਼ਾਂ ਫਿਰ ਜਦੋਂ ਮੀਂਹ ਪੈਂਦਾ ਉਦੋਂ ਇਹ ਡਰ ਹੁੰਦਾ ਵੀ ਕਿਤੇ ਛੱਤ ਚ ਉਹਨਾਂ ਦੇ ਇਹ ਚੌਂਦੀ ਛੱਤ ਵੀ ਪੁੱਸਖਾਂਦੀ ਆ ਬਹੁਤ ਮੈਂ ਨਾ ਵੇਟਰ ਗਰੀ ਤੇ ਕੰਮ ਤੇ ਗਿਆ ਉੱਤੇ ਸਾਹਮਣੇ ਮੁੰਡੇ ਵਧੀਆ ਘਰਾਂ ਦੇ ਬੈਠੇ ਸੀ ਤੇ ਮੈਨਾਂ ਫਰੂਟ ਲੈ ਗਿਆ ਟ੍ਰੇ 'ਚ ਪਾ ਕੇ ਉਹਦੇ ਵਿੱਚ ਜਾਵਣਾ ਸੀ ਤੇ ਮੈਨੂੰ ਕਹਿੰਦੇ ਲੈ ਹੋਰ ਕੋਈ ਫਰੂਟ ਪਾ ਲੈਣਾ ਨਾ ਹੁਣ ਆਪਣੇ ਰੰਗ ਕਰ ਗਿਆ ਪਾ ਲਿਆ ਤੇ ਤੈਨੂੰ ਇਹ ਹੀ ਚੱਲ ਉਹ ਉਹ ਜੀ ਚੀਜ਼ਾਂ ਨਾ ਫਿਰ ਬਾਅਦ ਵਿੱਚ ਦੀ ਮੈਂ ਬੜਾ ਰੋਣਾ ਆਪਣੀ ਮੰਮੀ ਕੋਲ ਦੇਣਾ ਕਿ ਮੇਰਾ ਮਜ਼ਾਕ ਬੜਾ ਡਾਉਂਦੇ ਆ ਮੈਨੂੰ ਕੋਟਦੇ ਆ ਸਾਰੇ ਮੈਂ ਉਹ ਟੀਵੀ ਬੜੀ ਅਜੀਬ ਹੁੰਦੀ ਹੈ ਨਾ ਜਦੋਂ ਟੁੱਟੀ ਛੱਤ ਕਰਕੇ ਰਿਸ਼ਤੇਦਾਰ ਫੈਮਿਲੀ ਫੰਕਸ਼ਨ ਤੇ ਬੁਲਾਉਣ ਕੱਢ ਗਏ ਅਸੀਂ ਇੱਕ ਇੱਕ ਪ੍ਰੋਗਰਾਮ ਤੇ ਗਏ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਮੁੰਡਿਆਂ ਲਾਗੇ ਬੈਠ ਗਿਆ ਉਹ ਲੱਗੋ ਉੱਠ ਗਏ ਤੇ ਉਹਨਾਂ ਨੇ ਕਹਿਤਾ ਕਹਿੰਦੇ ਵੀ ਇਹਨਾਂ ਨੂੰ ਕੱਪੜੇ ਪਾਉਂਦੀ ਆ ਇਕੱਲੀਆਂ ਕਿਵੇਂ ਖਾਨਦਾਨ ਹੀ ਪਤਾ ਇਹਨਾਂ ਨੂੰ ਸੇਵਕੋੜਾ ਮੈਂ ਇੱਕ ਇੱਕ ਰਾਂ ਇੱਕ ਗਾਣਾ ਕਰਨਾ ਸੀ ਛੋਟਾ ਜਿਹਾ ਜੀਦੋਂ ਉਮਰ ਹੁੰਦੀ ਤਾਂ ਤੁਹਾਨੂੰ ਪਤਾ ਉਹਦਾ ਜਿਹੜਾ ਕੈਦੇ ਉਧਰ ਨੂੰ ਹੀ ਬੱਚਾ ਤੁਰ ਪੈਂਦਾ ਤੇ ਮੈਂ ਉਹਨਾਂ ਨੂੰ ਕਹਿਤਾ ਮੈਂ ਕਰੀ 200 ਰੁਪਏ ਚਾਹੀਦੇ ਤੇ ਕਹਿੰਦੇ ਚਲੋ ਕੋਈ ਨਹੀਂ ਕਰ ਦਿੰਨੇ ਫਿਰ ਮੈਂ ਗਿਆ ਬਾਹਰ ਫਿਰਨਾ ਤੇ ਉੱਥੇ ਮੇਰੇ ਫੇਰ ਦਿਮਾਗ 'ਚ ਆਇਆ ਕਿ ਮੇਰੇ ਘਰ 'ਚੋਂ ਕੋਈ ਕਿੜੇ ਹੈਗੇ ਕਿ ਉਹਨਾਂ ਦਾ ਵਿਆਜ ਹੀ ਚੁਕਣੀ ਮੈਨੂੰ ਲੱਗਦਾ ਕਿ ਸਾਡਾ ਮੀਡਲ ਕਲਾਸ ਦਾ ਸਭ ਤੋਂ ਵੱਡਾ ਦੁੱਖ ਇਹੀ ਆ। ਇਹੀ ਆ ਜੀ। ਸਭ ਤੋਂ ਮੇਨ ਗੱਲ ਇੱਕ ਕੀ ਹੁੰਦਾ ਮਿਹਨਤ ਕਰੀ ਜਾਂਦਾ ਬੰਦਾ ਉਹ ਅਗਲਾ ਬੰਦਾ ਜਿਹੜਾ ਪੈਸੇ ਲਿੰਦਾ ਫੇਰ ਦੇ ਦੋ। ਬਾਪੂ ਵਗੈਰ ਦਿਹਾੜੀ ਬਗੈਰ ਪੈਸੇ ਲਗਾਏ ਤੋ ਕਦੇ ਘਰੇ ਆਇਆ ਬੜੀ ਵਾਰ। ਫਿਰ ਉਹ ਉਦਾਸ ਹੋ ਕੇ ਬੈਠ ਜਾਂਦਾ ਵੀ ਉਹ ਇੰਨਾ ਕੰਮ ਕੀਤਾ। ਫਿਰ ਮੈਂ ਵੀ ਦੁਖੀ ਹੋ ਜਾਂਦਾ ਵੀ ਇੰਨਾ ਕੰਮ ਕਰਕੇ ਵੀ ਨਹੀਂ ਯਾਰ ਬੰਦੇ ਨੂੰ ਪੈਸੇ ਦੇ ਰਹੇ ਇਹ ਲੋਕ। ਰਾਈਟਰ ਦਾ ਕੰਮ ਮੈਨੂੰ ਐਂ ਲੱਗਦਾ ਮੇਰੀ ਸ਼ਿਵਰੀ ਇਹ ਕਹਿੰਦੀ ਆ ਵੀ ਜਿਹੜਾ ਰਾਈਟਰ ਆ ਉਹਦਾ ਕੰਮ ਹੈ ਸ਼ੀਸ਼ਾ ਦਿਖਾਉਣਾ। ਪਤਾ ਸਾਰਿਆਂ ਨੂੰ ਆ ਇਸ਼ਕ ਕੀ ਪਤਾ ਸਾਰਿਆਂ ਨੂੰ ਆ ਧੋਖਾ ਕੀ ਆ ਪਤਾ ਸਾਰਿਆਂ ਨੂੰ ਆ ਯਾਰੀਆਂ ਤੇ ਗਦਾਰੀਆਂ ਕੀ ਆ ਬਟ ਉਹੀ ਗੱਲ ਆ ਉਹੀ ਚੀਜ਼ ਨੂੰ ਉਹ ਅੱਖਰਾਂ ਚ ਲਿਖ ਕੇ ਲੋਕਾਂ ਸਾਹਮਣੇ ਸ਼ੀਸ਼ਾ ਪੇਸ਼ ਕਰਦੇ ਸਤਿ ਸ਼੍ਰੀ ਅਕਾਲ ਜੀ ਲਿਵ ON ਦੇਖ ਰਹੇ ਹੋ ਤੁਸੀਂ ਤੇ ਮੈਂ ਰਮਨਦੀਪ ਸਿੰਘ ਤੇ ਅੱਜ ਬੜਾ ਹੀ ਇੱਕ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਹੈ ਆਣੇ ਵਾਲੇ ਸਮੇਂ ਦਾ ਸੁਪਰਸਟਾਰ ਕਹਿ ਸਕਦੇ ਆ ਬਾਈ ਸਾਡੇ ਨਾਲ ਗੁਰਸੇਵਕ ਪੱਖੋਂ ਕੇ ਤੇ ਸੋਸ਼ਲ ਮੀਡੀਆ ਤੇ ਅਸੀਂ ਦੇਖਦੇ ਆਂ ਬਾਈ ਸਤਿ ਸ਼੍ਰੀ ਅਕਾਲ ਕੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂ ਜੀ ਗੁਰਸੇਵ ਕਬੀਰੇ ਠੀਕ ਠਾਕ ਹਾਂਜੀ ਹਾਂਜੀ ਜੀ ਬਹੁਤ ਪੌਚ ਕੇ ਠੀਕ ਠਾਕ ਹਾਂਜੀ 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 ਕੀ ਕੁਛ ਚੱਲੀ ਜਾਂਦਾ ਅੱਜਕੱਲ ਬਸ ਇਦਾਂ ਹੀ ਚੱਲੀ ਜਾਂਦੇ ਗਾਣੇ-ਗੂਣੇ ਕਰ ਰਹੇ ਹੁਣ ਹਮ ਹਾਂਜੀ ਬਦਲੀ ਹੈ ਜ਼ਿੰਦਗੀ ਪਹਿਲਾਂ ਨਾਲੋਂ ਜ਼ਿੰਦਗੀ ਇਹ ਹੈ ਕਿ ਲੋਕਾਂ ਦਾ ਨਜ਼ਰੀਆ ਬਦਲ ਗਿਆ ਬਸ ਮੈਨੂੰ ਦੇਖਣ ਦਾ ਮੈਂ ਤੇ ਅੱਜ ਵੀ ਉਹੀ ਆ ਮੇਰੀ ਜ਼ਿੰਦਗੀ ਦੇ ਵਿੱਚ ਇਹ ਆ ਵੀ ਚਲੋ ਕੰਮ ਕਰ ਰਹੇ ਹਾਂ ਕੁਝ ਕੰਮ ਨਜ਼ਰ ਆ ਆ ਰਿਹਾ ਸਾਰਿਆਂ ਨੂੰ ਤੇ ਪਰ ਰਿਐਲਿਟੀ ਜੋ ਹੈਗੀ ਆ ਮੇਰੀ ਉਹ ਨਹੀਂ ਅਜੇ ਬਦਲੀ ਉਹ ਤਾਂ ਆਈ ਆ ਹਮੇਸ਼ਾ ਸਾਰੇ ਤੁਹਾਨੂੰ ਇਹੀ ਚੀਜ਼ ਪੁੱਛ ਦਿੰਦੇ ਨੇ ਕਿ ਸ਼ੁਰੂਆਤ ਕਿਵੇਂ ਹੋਈ ਤੇ ਤੁਸੀਂ ਇੱਕ ਮੁੰਡੇ ਦਾ ਜ਼ਿਕਰ ਕਰ ਦਿੰਦੇ ਹੋ ਕਿ ਉਹਨੇ ਮੈਨੂੰ ਕਿਹਾ ਹਾਂਜੀ ਤੇ ਮੈਂ ਗਾਤਾ ਅਸਲ ਇਹੀ ਹੈ ਕਿ ਕੁਝ ਹੋਰ ਆ ਨਹੀਂ ਨਹੀਂ ਇਹੀ ਚੀਜ਼ ਆ ਮੇਰਾ ਇੱਕ ਦੋਸਤ ਹੁੰਦਾ ਸੀ ਲਵਪਰੀਤੋ ਦਾ ਨਾਮ ਸੀ ਤੇ ਉਹ ਅਸੀਂ ਸਕੂਲ ਦੇ ਵਿੱਚ ਉਦੋਂ ਚੌਥੀ ਪੰਜਵੀਂ ਕਲਾਸ ਚ ਪੜ੍ਹਦੇ ਹੁੰਦੇ ਹਾਂ ਤੇ ਮੈਂ ਇਦਾਂ ਗਰਾਊਂਡ 'ਚ ਬੈਠਾ ਤੇ ਉਹ ਆਪਾਂ ਗੱਲਾਂ ਬਾਤਾਂ ਆਈਆਂ ਜਿੱਦਾਂ ਜੋੜੀਆਂ ਨੇ ਨੇ ਆ ਵੀ ਅੱਛਾ ਵੀ ਉਹਨੂੰ ਐਂ ਗੱਲ ਜੋੜ ਕੇ ਕਹੇ ਤੇ ਉਹਨੂੰ ਐ ਮਜ਼ਾਕ ਕਰਦਾ ਤੇ ਉਹ ਮੈਨੂੰ ਕਹਿੰਦਾ ਮੈਨੂੰ ਬਾਬਾ ਬਾਬਾ ਕਹਿੰਦੇ ਆ ਉਹ ਸਾਰੇ ਜਿਹਨੇ ਮੇਰੇ ਯਾਰ ਦੋਸਤ ਪਿਆਰ ਨਾਲ ਹੂੰ ਕਹਿੰਦੇ ਬਾਬਾ ਤੂੰ ਲੈ ਉਹ ਵੀ ਗੱਲਾਂ ਜੋੜ ਨਹੀਂ ਦਿਆਂ ਤੂੰ ਤੂੰ ਐਦਾ ਕਰ ਕੁਝ ਲਿਖ ਕੇ ਦੇਖ ਬੱਸ ਉਦੋਂ ਲਿਖਦਾ ਗਾਉਣਾ ਮੜ ਕੇ ਮੈਂ 6ਵੀਂ ਕਲਾਸ ਚ ਗਿਆ ਸੀ ਪਹਿਲੀ ਵਾਰ ਗਾਣਾ ਉਹ ਵੀ ਮੇਰੇ ਦੋਸਤਾਂ ਨੇ ਨਾਮ ਲਖਵਾਤਾ ਉਹ ਜਦੋਂ ਗਾਇਆ ਤੇ ਆਵਾਜ਼ ਮੇਰੀ ਢੀ ਖਾਸ ਨਹੀਂ ਸੀ ਹੁਣ ਨਹੀਂ ਹੈਗੀ ਤੇ ਆ ਗਾਤਾ ਮੈਂ ਅੱਖਾਂ ਬੰਦ ਕਰਕੇ ਐਦਾ ਜਦੋਂ ਅੱਖਾਂ ਖੋਲ੍ਹ ਲੀਆਂ ਉਹ ਸਾਰੇ ਰੋਂਦੇ ਅੱਗੇ ਅੱਛਾ ਜੀ ਹਾਂਜੀ ਟੀਚਰ ਵਾਂਗਰ ਸਾਡੇ ਸਾਰੇ ਰੋਂਦੇ ਤੇ ਬਾਅਦ ਚ ਜਦੋਂ ਉਹ ਚੀਜ਼ ਦੇਖੀ ਮੈਂ ਇੱਕ ਹੀ ਹੋ ਗਿਆ ਫਿਰ ਸਾਰੇ ਪਾਸੇ ਗੱਲ ਉੱਡ ਗਈ ਕਿ ਗੁਰਸੇਵ ਕਮੰਡਾ ਲਿਖਦਾ ਜੀ ਗਾਉਂਦਾ ਛੋਟਾ ਜਿਹਾ ਵਾ ਲਿਖਦਾ ਗਾਉਂਦਾ ਬਸ 6 ਸਾਲ ਦੀ ਉਮਰ ਚ ਹਾਂਜੀ ਤੇ ਉਹ ਵੀ ਜ਼ਬਰਦਸਤੀ ਤੁਹਾਡੇ ਯਾਰਾਂ ਦੋਸਤਾਂ ਨੇ ਤੁਹਾਨੂੰ ਸਟੇਜ ਤੇ ਚੜਾਇਆ ਸੀ ਉਵੇਂ ਹੀ ਬਸ ੱੱਕੇ ਨਾਲ ਹੀ ਵੀ ਤੂੰ ਗਾਦੇ 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 ਮਤਲਬ ਰੱਬ ਤੁਹਾਨੂੰ ਲੈਣਾ ਚਾਹੁੰਦਾ ਸੀ ਇਸ ਵਾਰ ਬਿਲਕੁਲ ਜੀ ਬਿਲਕੁਲ ਨਹੀਂ ਤੇ ਮੇਰੀ ਮੰਮਾ ਜੀ ਨੂੰ ਜਿਆਦਾ ਸ਼ੌਂਕ ਹੈ ਇਹ ਵੀ ਮੈਂ ਫੌਜ ਮੈਨੂੰ ਭਰਤੀ ਹੋ ਜਾ ਹਾਂਜੀ ਫੌਜ ਪਰ ਤੁਹਾਨੂੰ ਪਤਾ ਆਪਣੇ ਪਿੰਡਾਂ ਵਾਲਿਆਂ ਨੂੰ ਜਿਆਦਾ ਇਹੋ ਹੀ ਹੁੰਦਾ ਵੀ ਫੌਜ ਭਰਤੀ ਹੋ ਜਾਓ ਬਸ ਫੌਜ ਭਰਤੀ ਹੋ ਜਾਓ ਸਰਕਾਰੀ ਨੌਕਰੀ ਲੱਗ ਕਿਹੜਾ ਗੀਤ ਗਾਇਆ ਸੀ ਬਾਈ ਤੁਸੀਂ ਉੱਥੇ? ਉਹ ਮਾਂ ਤੇ ਗਾਣਾ ਲਿਖਿਆ ਸੀ। ਹੁਣ ਮੈਨੂੰ ਇੰਨਾ ਜ਼ਿਆਦਾ ਤੇ ਯਾਦ ਨਹੀਂ ਹੈਗਾ ਉਹ ਵੀ ਗਾਣਾ। ਉਹ ਵੀ ਉਹਦੇ ਪਿੱਛੇ ਵੀ ਇੱਕ ਸਟੋਰੀ ਸੀ। ਹੂੰ। ਮੇਰਾ ਇੱਕ ਦੋਸਤ ਸੀ ਉਹਦੀ ਨਾ ਮਮਾ ਦੀ ਡੈਥ ਹੋ ਗਈ। ਹੂੰ। ਤੇ ਉਹ ਸਾਡੇ ਰੂਮ ਦੀ ਨੁੱਕਰ 'ਚ ਬੈਠ ਕੇ ਰੋਂਦਾ ਹੁੰਦਾ ਸੀ। ਹੋਇਆ। ਤੇ ਮੈਂ ਉਹਨੂੰ ਇੱਕ ਦਿਨ ਪੁੱਛ ਲਿਆ। ਮੈਂ ਕਿਹਾ ਤੂੰ ਲੁੱਕ ਕੇ ਕੀ ਕਰ ਰੋਂਦਾ ਨੁੱਕਰ 'ਚ? ਕਹਿੰਦਾ ਹੈ ਮੇਰੀ ਮੰਮੀ ਨੂੰ ਨਾ ਮੇਰਾ ਰੋਣਾ ਪਸੰਦ ਨਹੀਂ ਸੀ। ਤੇ ਮੈਂ ਤਾਂ ਰੂਮ ਦੀ ਨੁੱਕਰ 'ਚ ਬੈ ਕੇ ਰੋਂਦਾ ਵੀ ਉਹ ਨਾ ਮੈਨੂੰ ਉੱਥੋਂ ਦੇਖ ਲੇ। ਓਏ ਹੋਏ। ਔਰ ਫਿਰ ਜਦੋਂ ਉਹ ਚੀਜ਼ ਮੈਂ ਦੇਖੀ ਫਿਰ ਉਦੋਂ ਫਿਰ ਮੈਂ ਉਹ ਗਾਣਾ ਲਿਖਿਆ ਉਹ ਐਵੇਂ ਜੇ ਕਰਕੇ ਸੀ ਮਾਂ ਦੀਆਂ ਯਾਦਾਂ ਨੂੰ ਮੈਂ ਮਾਲਾ ਵਿੱਚ ਬਰੋਲਿਆ ਜਦ ਮਾਂ ਮੇਰੀ ਮੈਂ ਤੋਂ ਦੂਰ ਹੋਈ ਮੈਂ ਚੋਰੀ ਚੋਰੀ ਰੋਲਿਆ ਐਵੇਂ ਕਰਕੇ ਕੁਝ ਲਾਈਨਾਂ ਸੀ ਇਸ ਗਾਣੇ ਦੀਆਂ ਉਸ ਤੋਂ ਬਾਅਦ ਫਿਰ ਸ਼ੁਰੂਆਤ ਹੁੰਦੀ ਗਈ ਅੱਗੇ-ਅੱਗੇ ਤੁਸੀਂ ਜਿਹੜਾ ਲਿਖਦੇ ਹੋ ਬਈ ਹਾਂਜੀ ਮਤਲਬ ਇੱਕ ਬੰਦਾ ਲਿਖਦਾ ਏ ਮਤਲਬ ਇੱਕ ਲਿਖਤਾ ਲੈਣਾ ਜੋੜਦਿਆਂ ਪਰ ਕਈ ਵਾਰ ਉਸ ਚੀਜ਼ ਦਾ ਕੁਝ ਮਤਲਬ ਜੈ ਨਹੀਂ ਬਣਦਾ ਆਪਾਂ ਜਾਣਦੇ ਹਾਂ ਬੜੇ ਕਲਾਕਾਰ ਐਵੇਂ ਕਰਦੇ ਨੇ ਪਰ ਕੁਝ ਲਿਖਣਾ ਤੇ ਉਹਦਾ ਮਤਲਬ ਨਿਕਲੇ ਇਹ ਬੜਾ ਔਖਾ ਹੁੰਦਾ ਇਹ ਕਿਵੇਂ ਕਰ ਪਾਣੇ ਹੋ ਤੁਸੀਂ ਦੇਖੋ ਜੀ ਅਸਲ ਦੇ ਵਿੱਚ ਨਾ ਲੋਕਾਂ ਦੇ ਦਿਲ ਤੱਕ ਉਹੀ ਚੀਜ਼ ਪਹੁੰਚਦੀ ਹੈ ਜਿਹੜੀ ਤੁਹਾਡੇ ਦਿਲੋਂ ਨਿਕਲੀ ਹੋਗੀ ਬਿਲਕੁਲ ਜਿਵੇਂ ਮੈਂ ਇੱਕ ਗੱਲ ਕਹਿਣਾ ਨਾ ਵੀ ਅੱਖਰਾਂ ਦੇ ਵਿੱਚ ਜ਼ਿੰਦਗੀ ਨੂੰ ਪੁਰੋਂਦਾ ਰਹਿਣਾ ਵਾ ਕਿਤਾਬਾਂ ਦੇ ਸਹਾਰੇ ਦਿਲ ਸਮਝਾਉਂਦਾ ਰਹਿਣਾ ਵਾ ਅੱਖਰਾਂ ਦੇ ਵਿੱਚ ਜ਼ਿੰਦਗੀ ਨੂੰ ਪਰੋਂਦਾ ਰਹਿਣਾ ਵਾਂ ਕਿਤਾਬਾਂ ਦੇ ਸਹਾਰੇ ਦਿਲ ਸਮਝਾਉਂਦਾ ਰਹਿਣਾ ਵਾਂ ਤੇ ਅੱਜ ਕੱਲ ਤੋਂ ਖਾਂ ਮਿਲਣਾ ਮਸਲਾ ਜਾਇਰ ਕਹਿੰਦੇ ਆ ਮੈਂ ਜਜ਼ਬਾਤ ਸੁਣਾਉਣਾ ਲੋਕੀ ਸ਼ਾਇਰ ਕਹਿੰਦੇ ਆ ਓਏ ਹੋਏ ਬਸ ਇਹ ਆ ਵੀ ਲੋਕਾਂ ਦੀ ਨਜ਼ਰ ਦੇ ਅਸੀਂ ਸ਼ਾਇਰ ਹੋ ਜਾਂਦੇ ਆ ਉਹ ਅਸੀਂ ਦੇ ਆਪਣੇ ਜਜ਼ਬਾਤ ਹੀ ਲਿਖੀ ਜਾਂਦੇ ਆ ਵੀ ਅੱਛਾ ਵੀ ਹੋ ਗਿਆ ਵੀ ਸਾਡੇ ਨਾਲ ਆ ਵੀ ਹੋ ਗਿਆ ਏ ਸ਼ਾਇਰ ਦੀ ਆਪਣੀ ਮਤਲਬ ਇਸ ਦੁਨੀਆ ਤੋਂ ਇਲਾਵਾ ਵੀ ਇੱਕ ਸ਼ਾਇਰ ਦੀ ਆਪਣੀ ਇੱਕ ਦੁਨੀਆ ਹੁੰਦੀ ਆ ਜਿੱਥੇ ਉਹ ਰਹਿੰਦਾ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਹਰੇਕ ਇਨਸਾਨ ਦੀ ਹੁੰਦੀ ਆ ਕੱਲੇ ਸ਼ਾਇਰ ਦੀ ਨਹੀਂ ਹਰੇਕ ਇਨਸਾਨ ਦੀ ਹੁੰਦੀ ਆ ਤੇ ਆ ਮੈਨੂੰ ਲੱਗਦਾ ਕੁਝ ਕਿਸੇ ਚੀਜ਼ ਦੀ ਆਮਦ ਹੋਣੀ ਕੁਝ ਲਿਖਣਾ ਉਹਦੇ ਵਾਸਤੇ ਇੱਕ ਵੱਖਰਾ ਮਾਹੌਲ ਚਾਹੀਦਾ ਹੁੰਦਾ ਹੈ ਹਾਂਜੀ ਤੇ ਤੁਸੀਂ ਹਰ ਇੱਕ ਦੀ ਜ਼ਿੰਦਗੀ ਨੂੰ ਪੜ ਪਾਨੇ ਹੋ ਹਾਂਜੀ ਤੇ ਜਦੋਂ ਉਸ ਨੂੰ ਕਿਤਾਬਾਂ 'ਚ ਤਾਰਦੇ ਹੋ ਤੇ ਫਿਰ ਉਹ ਚੀਜ਼ ਹਿੱਟ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਉਹੀ ਚੀਜ਼ ਆ ਗਈ ਨਾ ਮਤਲਬ ਕਈ ਲੋਕ ਕੀ ਕਰਦੇ ਜਸਟ ਇਮੇਜਿਨੇਸ਼ਨ ਹਮ ਅੱਛਾ ਵਿਕ੍ਰੀਏਟੀਵਿਟੀ ਕਰ ਲਈ ਵੀ ਅੱਛਾ ਐਵੇਂ ਐਵੇਂ ਹੋ ਸਕਦਾ ਐਵੇਂ ਐਵੇਂ ਹੋ ਸਕਦਾ ਜਿਹੜੀ ਐਵੇਂ ਐਵੇਂ ਵਾਲੀ ਚੀਜ਼ ਹੁੰਦੀ ਹੈ ਨਾ ਉਹ ਕਿਸੇ ਨੂੰ ਟੱਚ ਨਹੀਂ ਕਰਦੀ ਰੂਹ ਤੱਕ ਕਈ ਵਾਰ ਐਵੇਂ ਹੁੰਦਾ ਨਾ ਵੀ ਕਿਸੇ ਨੇ ਆਮ ਜੀ ਗੱਲ ਕੀਤੀ ਹੋਵੇ ਆਪਾਂ ਸੁਣ ਕੇ ਰੋਂਦੇ ਆਵੇਂ ਓ ਰਾਈਟਰ ਦਾ ਕੰਮ ਮੈਨੂੰ ਇੰਜ ਲੱਗਦਾ ਮੇਰੀ ਥਿਊਰੀ ਇਹ ਕਹਿੰਦੀ ਆ ਵੀ ਜਿਹੜਾ ਰਾਈਟਰ ਆ ਉਹਦਾ ਕੰਮ ਹੈ ਸ਼ੀਸ਼ਾ ਦਿਖਾਉਣਾ ਪਤਾ ਸਾਰਿਆਂ ਨੂੰ ਆ ਇਸ਼ਕ ਕੀ ਆ ਪਤਾ ਸਾਰਿਆਂ ਨੂੰ ਆ ਧੋਖਾ ਕੀ ਆ ਪਤਾ ਸਾਰਿਆਂ ਨੂੰ ਆ ਯਾਰੀਆਂ ਚ ਗਦਾਰੀਆਂ ਕੀ ਆ ਬਟ ਉਹੀ ਗੱਲ ਆ ਉਹੀ ਚੀਜ਼ ਨੂੰ ਉਹ ਅੱਖਰਾਂ ਚ ਲਿਖ ਕੇ ਤੇ ਲੋਕਾਂ ਸਾਹਮਣੇ ਸ਼ੀਸ਼ਾ ਪੇਸ਼ ਕਰ ਦਿੰਦਾ ਇੱਕ ਵੱਖਰੇ ਤਰੀਕੇ ਨਾਲ ਪ੍ਰੈਜ਼ੈਂਟ ਕਰ ਦਿੰਦਾ ਫਿਰ ਉਹ ਜਦੋਂ ਲੋਕਾਂ ਨੂੰ ਸਮਝ ਪੈਂਦੀ ਵੀ ਅੱਛਾ ਆ ਚੀਜ਼ ਚੱਲਦੀ ਆ ਮੇਰੇ ਨਾਲ ਉਹ ਫਿਰ ਟੱਚ ਕਰ ਜਾਂਦੀ ਉਹ ਵਾਵਾ ਹੋ ਜਾਂਦੀ ਹੈ ਸ਼ਾਇਰ ਦੀ ਦੀ ਕੀ ਬਾਤ ਆ ਕਈ ਲੋਕ ਕਹਿ ਦਿੰਦੇ ਨੇ ਕਿ ਮੈਂ ਸਿੰਗਿੰਗ ਸਿੱਖ ਲਈ ਮੈਂ ਕਲਾਕਾਰੀ ਸਿੱਖ ਲਈ ਹਾਂਜੀ ਇਹਨਾਂ ਸਿੱਖਿਆ ਜਾ ਸਕਦਾ ਸਿੱਖਿਆ ਤੇ ਆਪੀ ਜੋ ਤੁਹਾਨੂੰ ਪ੍ਰਮਾਤਮਾ ਨੇ ਦਿੱਤਾ ਉਹਨੂੰ ਨਿਖਾਰਨ ਵਾਸਤੇ ਆ ਸਿੱਖਿਆ ਇਹ ਤੁਰਤੋ ਹੀ ਹੁੰਦੀ ਆ ਇਹ ਤੁਰਤੋ ਹੀ ਹੁੰਦੀ ਆ ਜੀ ਇਹ ਕੋਈ ਇਨਸਾਨ ਇਹ ਨਹੀਂ ਕਹਿ ਸਕਦਾ ਵੀ ਅੱਛਾ ਮੰਨ ਕੇ ਚਲੋ ਹੁਣ ਮੈਂ ਮੈਂ ਲਿਖਦਾ ਗਾਉਣਾ ਜਾਂ ਕਿਵੇਂ ਵੀ ਲੜੋ ਹਨਾ ਜੀ ਤੇ ਮੈਂ ਕਹਾਂ ਵੀ ਜੋ ਤੁਸੀਂ ਕਰਦੇ ਮੈਂ ਉਹ ਕਰਾਂ ਮੈਂ ਕਰ ਲਵਾਂਗਾ ਸਿੱਖ ਕੇ ਉਸ ਚੀਜ਼ ਨੂੰ ਪਰ ਜੋ ਕੁਆਲਿਟੀ ਤੁਹਾਡੇ ਵਿੱਚ ਹੈ ਉਹ ਚੀਜ਼ ਨਹੀਂ ਮੈਂ ਦੇ ਸਕਦਾ ਹੂੰ ਮੈਂ 100 ਦੇ ਵਿੱਚੋਂ 99% ਕਰ ਲੂੰਗਾ 1% ਰਹਿ ਹੀ ਜਾਣਾ ਹੁਣ ਜਿਵੇਂ ਭਾਈ ਇੱਕ ਕਲਾਕਾਰ ਆ ਵਨ ਆਈਓ ਨੂੰ ਕਹਿੰਦੇ ਨੇ ਮੁੰਡਾ ਹਨਾ ਉਹਦਾ ਇੰਟਰਵਿਊ ਸੁਣਿਆ ਹੋਊਗਾ ਤੁਸੀਂ ਉਹ ਬੰਦਾ ਹਰ ਚੀਜ਼ ਤੇ ਲਿਖ ਦਿੰਦਾ ਹੈ ਹਾਂਜੀ ਤੇ ਤੁਸੀਂ ਲਿਖਦੇ ਹੋ ਤੁਹਾਡੀ ਸ਼ਾਇਰੀ ਕਿੰਨੀ ਸੋਹਣੀ ਆ ਤੁਸੀਂ ਗੀਤ ਬੜੇ ਸੋਹਣੇ ਲਿਖਦੇ ਹੋ ਮਤਲਬ ਕਮਾਲ ਦੀਆਂ ਚੀਜ਼ਾਂ ਨੇ ਇਹ ਇਹ ਚੀਜ਼ਾਂ ਅਮਲ ਪੈਦਾ ਨਹੀਂ ਕੀਤੀਆਂ ਜਾ ਸਕਦੀ ਇਹ ਬੰਦੇ 'ਚ ਮੁੱਢ ਤੋਂ ਹੀ ਹੈਗਾ ਤਾਂ ਬੰਦਾ ਕਰ ਲੇਗਾ ਬਿਲਕੁਲ ਜੀ ਬਿਲਕੁਲ ਹੂੰ ਭਾਈ ਅਸੀਂ ਤੁਹਾਡੀ ਜਦ ਇੰਟਰਵਿਊ ਸੁਣਦੇ ਆਂ ਜਾਂ ਅਸੀਂ ਤੁਹਾਡੇ ਬਾਰੇ ਦੇਖਦੇ ਆਂ ਤੁਹਾਡਾ ਬੈਕਗ੍ਰਾਉਂਡ ਤੁਹਾਡਾ ਘਰ ਬੜੇ ਮਡੀਓਕਰ ਜਿਹੇ ਪਰਿ ਇੱਕ ਤਾਂ ਹੁੰਦਾ ਮੱਧ ਵਰਗੀ ਹਾਂਜੀ ਤੁਹਾਡੇ ਘਰ ਦੇ ਹਾਲਾਤ ਕੋਈ ਐਨੇ ਚੰਗੇ ਨਹੀਂ ਹਾਂਜੀ ਇਹੀ ਚੀਜ਼ਾਂ ਨੇ ਕਿ ਤੁਸੀਂ ਐਵੇਂ ਦੇ ਬਣ ਗਏ ਬਿਲਕੁਲ ਜੀ ਘਰ ਦਾ ਮਾਹੌਲ ਬਹੁਤ ਮੈਟਰ ਕਰਦਾ ਹੈ ਇਨਸਾਨ ਦੀ ਸਿੱਖਿਆ ਸਭ ਤੋਂ ਮੇਨ ਗੱਲ ਉਹਨੂੰ ਸਿੱਖਿਆ ਕਿਵੇਂ ਦੀ ਮਿਲ ਰਹੀ ਹੈ ਘਰ ਗਰੀਬੀ ਸਿਖਾਉਂਦੀ ਹੈ ਬੰਦੇ ਨੂੰ ਬਿਲਕੁਲ ਬਿਲਕੁਲ ਜੀ ਬਿਲਕੁਲ ਤੁਸੀਂ ਕੀ ਸਿੱਖਿਆ ਗਰੀਬੀ ਤੋਂ ਮੈਂ ਇਹੀ ਚੀਜ਼ ਸਿੱਖੀ ਆ ਕਿਉਂਕਿ ਜਦੋਂ ਆਪਣੇ ਘਰ ਦੇ ਵਿੱਚ ਢਰਮੀ ਚ ਆਟਾ ਨਾ ਹੋਵੇ ਉਦੋਂ ਫਿਰ ਬੰਦੇ ਨੂੰ ਗਰੀਬੀ ਇਹ ਚੀਜ਼ ਸਿਖਾਉਂਦੀ ਆ ਕਿ ਉੱਠ ਤੇ ਮਿਹਨਤ ਕਰ ਉਹ ਢਰਮੀ ਚ ਆਟਾ ਤੂੰ ਪਾਉਣਾ ਤੇਰਾ ਮਾਪਿਆ ਜਿੰਨਾ ਕਮਾਰਿਆ ਉਹਨਾਂ ਤੋਂ ਨਾਲ ਨਾਲ ਉਡਾਈ ਜਾਣਾ ਵਾ ਤੇਰੇ ਕੋਲ ਕੁਝ ਨਹੀਂ ਹੈਗਾ ਵੀ ਤੈਨੂੰ ਕੱਲ ਨੂੰ ਕਹਿ ਦੇਣਗੇ ਵੀ ਅੱਛਾ ਵੀ ਪੁੱਤਰ ਅਸੀਂ ਤੇਰੇ ਲਈ ਇਨਾ ਜੋੜਤਾ ਹੂੰ ਕੋਈ ਚੱਕਰ ਨਹੀਂ ਤੂੰ ਮਜੇ ਨਾਲ ਆਰਾਮ ਕਰ ਹੂੰ ਉਹ ਗਰੀਬੀ ਇਹ ਚੀਜ਼ ਸਿਖਾਉਂਦੀ ਵੀ ਆਰਾਮ ਨਹੀਂ ਮਿਹਨਤ ਕਰ ਉੱਠ ਕੇ ਹੂੰ ਗਰੀਬੀ ਸਿਰਫ ਮਿਹਨਤ ਕਰਨਾ ਸਿਖਾਉਂਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਹੁਤ ਚੀਜ਼ਾਂ ਸਿਖਾ ਦਿੰਦੀ ਹੈ ਗਰੀਬੀ ਕਿਉਂਕਿ ਜਦੋਂ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਇੱਕ ਇਨਸਾਨ ਕੀ ਕਰਦਾ ਹੁਣ ਮੈਂ ਕਹਿੰਦੇ ਨੇ ਇੱਕ ਗੱਲ ਸੁਣ ਰਿਹਾ ਸੀ ਕਿਸੇ ਦੀ ਉਹ ਕਹਿੰਦੇ ਵੀ ਕਿਸੇ ਭਗਤ ਨੇ ਪਰਮਾਤਮਾ ਨੂੰ ਸਵਾਲ ਕਰ ਲਿਆ ਈ ਮਹਾਰਾਜ ਇੱਕ ਬੰਦਾ ਮੰਦਰ ਚ ਆ ਕੇ ਮੰਗ ਰਿਆ ਅੰਦਰੋਂ ਹੂੰ ਇੱਕ ਬੰਦਾ ਬਾਹਰ ਸੜਕ ਤੇ ਮੰਗੰਦਾ ਏ ਕਿ ਚੱਕਰਿਆ ਹੂੰ ਤੇ ਦੋਵਾਂ ਨੂੰ ਕਰਦੇ ਬਰਾਬਰ ਹੂੰ ਉਹ ਕਹਿੰਦੇ ਵੀ ਮੰਗਣ ਚ ਫਰਕ ਆ ਉਹ ਇਨਸਾਨ ਕੋ ਮੰਗ ਰਿਆ ਜਿਹੜਾ ਬਾਹਰ ਬੈਠਾ ਜਿਹੜਾ ਅੰਦਰ ਆ ਰਿਹਾ ਮੇਰੇ ਕੋ ਮੰਗ ਰਿਆ ਸੋ ਇਹ ਚੀਜ਼ ਬਹੁਤ ਮੈਟਰ ਕਰਦੀ ਵੀ ਉਹ ਜਿਵੇਂ ਅ ਤਜਮਲ ਕਲੀਮ ਸਾਹਿਬ ਕਹਿੰਦੇ ਨੇ ਵੀ ਰੱਬਾ ਤੂੰ ਹੀ ਮੇਰ ਕਰੀ ਮੈਨੂੰ ਮੰਗਣਾ ਨਹੀਂ ਆਉਂਦਾ ਅੱਜ ਤੱਕ ਅਸ ਮੈਨੂੰ ਵੀ ਹੁਣ ਮੈਨੂੰ ਹੀ ਲੱਗਦਾ ਹੁੰਦਾ ਮੇਰੀ ਜ਼ਿੰਦਗੀ ਦੇ ਵਿੱਚ ਵੀ ਮੇਰੀ ਮੰਮਾ ਕਹਿੰਦੇ ਹੁੰਦੇ ਵੀ ਸੱਚੇ ਦਿਲੋਂ ਮੰਗੋ ਸਾਰੇ ਆਪਾਂ ਹਣਾ ਇਸੇ ਸੋਚਦੇ ਆਂ ਵੀ ਸੱਚੇ ਦਿਲੋਂ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਵੀ ਸੱਚੇ ਦਿਲੋਂ ਮੰਗਣਾ ਕਿੰਨੂੰ ਕਹਿੰਦੇ ਆ ਹੂੰ ਕਿਉਂਕਿ ਆਪਾਂ ਜਦੋਂ ਰੱਬ ਘਰ ਜਾਣੇ ਆ ਨਾ ਉੱਥੇ ਜਾ ਕੇ ਇਹ ਹੱਥ ਜੋੜੇ ਹੁੰਦੇ ਆਪਾਂ ਅੱਖਾਂ ਬੰਦ ਕੀਤੀਆਂ ਹੁੰਦੀਆਂ ਪਰ ਦਿਮਾਗ ਕਿਤੇ ਹੋਰ ਹੀ ਬੈਠਾ ਹੁੰਦਾ ਜ ਜ ਅੱਜ ਤੋਂ 2-3 ਸਾਲ ਪਹਿਲਾਂ ਦੀ ਵੀ ਤੁਹਾਡੀ ਇੰਟਰਵਿਊ ਚੱਕੀਏ ਹਾਂਜੀ ਤਾਂ ਤੁਸੀਂ ਗੱਲਾਂ ਉਦੋਂ ਵੀ ਬੜੀਆਂ ਭਾਰੀ ਭਜਨ ਵਾਲੀਆਂ ਕਰਦੇ ਹੋ ਹਾਂਜੀ ਤੁਹਾਡੀ ਉਮਰ ਕਿੰਨੀ ਕਹੋ 15-16 ਸਾਲ ਦੀ ਉਮਰ 'ਚ ਗੁਰਸੇਵ ਕਿੰਨਾ ਸਿਆਣਾ ਕਿਵੇਂ ਹੋ ਗਿਆ ਹਾਲਾਤਾਂ ਨੇ ਕਰਤਾ ਜੀ ਮੈਂ ਉਹੀ ਗੱਲ ਕਹਿ ਰਹਿਣਾ ਵੀ ਜਦੋਂ ਘਰ ਦੇ ਵਿੱਚ ਅੱਛਾ ਇੱਕ ਚੀਜ਼ ਹੋਰ ਮੈਂ ਹਰ ਇੱਕ ਇੰਟਰਵਿਊ 'ਚ ਸ਼ੇਅਰ ਕਰ ਪੰਨਾ ਉਹ ਚੀਜ਼ ਇੱਕ ਵਾਰ انا ਮੈਂ ਸੁੱਤਾ ਉੱਠਿਆ ਸਵੇਰ ਸੁਪਾ ਤੇ ਆਪਾਂ ਜਾਗੋ ਮਿਟੇ ਜੇ ਹੁੰਨੇ ਆ ਤੇ ਮੰਮੀ ਪਾਪਾ ਲੱਗੇ ਚਾਹ ਜਦੋਂ ਪੀਂਦੇ ਹੁੰਦੇ ਹਨ ਤੇ ਆਪਣੇ ਤੁਹਾਨੂੰ ਪਤਾ ਵੀ ਘੰਟਾ-ਘੰਟਾ ਤੇ ਚਾਹ ਹੀ ਨਹੀਂ ਮੁੱਕਦੀ ਸਵੇਰ ਦੀ ਫੈਮਲੀਆਂ 'ਚ ਤੇ ਮੰਮੀ ਪਾਪਾ ਚਾਹ ਪੀਂਦੇ ਤੇ ਉਹ ਨਾ ਉੱਠ ਕੇ ਗੱਲਾਂ ਕਰਦੇ ਮੈਂ ਜਾਗੋ ਮਿਟਾਇਆ ਪਿਆ ਉਹ ਗੱਲਾਂ ਕਰਦੇ ਵੀ ਆਪਣੀ ਇੰਨੀ ਦਿਹਾੜੀ ਆ ਇਹਨੇ ਸੋਪਣਾ ਬੜਾ ਵੱਡਾ ਪਾ ਲਿਆ ਸਿੰਗਰ ਬੰਦਾ ਇਹ ਚ ਤਾਂ ਇਨਵੈਸਟਮੈਂਟ ਹੀ ਆ ਇਹਦਾ ਨਾ ਜੀ ਪੈਸਾ ਹੀ ਲੱਗਣਾ ਪੈਸਾ ਬਿਲਕੁਲ ਉਹ ਗੱਲਾਂ ਕਰਨਦੇ ਵੀ ਇੰਨਾ ਪੈਸਾ ਕਿੱਥੋਂ ਆਣਾ ਵੀ ਆਪਾਂ ਤਾਂ ਇੰਨਾ ਕਮਾਉਂਦੇ ਆ ਫਿਰ ਮੈਂ ਉਹ ਜੀ ਤੋਂ ਇੱਕੋ ਗੱਲ ਸੋਚੀ ਸੀ ਮੈਂ ਕਿਹਾ ਵੀ ਇਸ ਫੀਲਡ ਦੇ ਪੈਸਾ ਕਰਦਿਆਂ ਤਾਂ ਨਹੀਂ ਲਵਾਣਾ ਹਮਤਲਬ ਵੈਸੇ ਮੇਰੀ ਸਟੱਡੀ ਤੇ ਪੈਸਾ ਲਾਈ ਜਾਣਾ ਉਹ ਠੀਕ ਆ ਪਰ ਜੇ ਮੈਂ ਕਹਾਂ ਵੀ ਮੈਨੂੰ ਗਾਣੇ ਵਾਸਤੇ ਪੈਸੇ ਦੇ ਦਿਓ ਉਹ ਨਹੀਂ ਮੰਗਣੇ ਮੈਂ ਇਹ ਚੀਜ਼ ਵੀ ਸੋਚਣੀ ਬਹੁਤ ਵੱਡੀ ਗੱਲ ਆ ਬਾਈ ਕਿਉਂਕਿ ਆਪਣੇ ਤਾਂ ਕਹਿੰਦੇ ਨੇ ਕਹਿੰਦੇ ਜੇ ਕਲਾਕਾਰ ਬਣਨਾ ਤਾਂ ਕਿਲਾ ਵੇਚੋ ਤੇ ਵੀ ਬਈ ਲੱਖ ਰੁਪਇਆ ਕੈਸ਼ ਤੇ ਲਾਓ ਵੀਡੀਓ ਤੇ ਲਾਓ ਫਿਰ ਕਹਿੰਦੇ ਫਿਰ ਬੰਦਾ ਕਲਾਕਾਰ ਬਣਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਇਹੋ ਚੀਜ਼ ਨਾ ਪਰ ਮੈਂ ਇੱਕ ਗੱਲ ਇਹ ਵੀ ਕਹਿਣਾ ਵੀ ਪਰਮਾਤਮਾ ਦਾ ਹੱਥ ਆਉਣਾ ਬਹੁਤ ਜ਼ਰੂਰੀ ਹੈ ਸਿਰ ਤੇ ਕਿਉਂਕਿ ਤੁਹਾਨੂੰ ਖਿਆਲ ਦੇਣਾ ਵੀ ਇੱਕ ਉਹਦੇ ਹੱਥ ਵਸ ਗਏ ਮੈਂ ਕਈ ਵਾਰ ਕੀ ਹੁੰਦਾ ਤੁਸੀਂ ਇੱਕ ਤਖਤ ਤੇ ਬੈਠੇ ਹੁੰਦੇ ਜੀ ਤੇ ਤਖਤੋਂ ਐਸੀ ਗੱਲ ਜ਼ੁਬਾਨ ਚੋਂ ਕਢਾ ਦਿੰਦਾ ਕਿ ਤਖਤ ਤੁਹਾਨੂੰ ਕਹਿੰਦਾ ਵੀ ਉੱਠ ਹਣ ਬਸ ਤੁਹਾਨੂੰ ਤਖਤ ਤੋਂ ਲਾਗੇ ਜੀ ਇਹ ਹੀ ਕਰਾ ਮਾਤਾ ਕਿ ਤਖਤ ਤੋਂ ਭਿਖਾਰੀ ਤੇ ਭਿਖਾਰੀ ਤੋਂ ਤਖਤ ਤੇ ਬਿਲਕੁਲ ਜੀ ਬਿਲਕੁਲ ਸੋ ਇਹ ਇਹ ਪਰਮਾਤਮਾ ਦੇ ਅਧਵ ਦਿੰਦਾ ਉਹ ਕਿਸੇ ਨੂੰ ਕਿਸੇ ਤੇ ਇਨਾ ਅਧਵ ਹੁੰਦਾ ਦੇਖ ਲਓ ਉੱਪਰ ਬੈਠ ਕੇ ਵੀ ਉਹ ਬੰਦਾ ਕਹਿ ਦਿੰਦਾ ਵੀ ਵੀ ਮੈਂ ਤਾਂ ਕੁਛ ਨਹੀਂ ਤਦੋਂ ਇੰਨੀ ਗੱਲ ਕਹਿ ਦਿੰਦਾ ਮੈਂ ਤਾਂ ਕੁਛ ਨਹੀਂ ਫਿਰ ਉਹ ਕਹਿ ਦਿੰਦਾ ਵੀ ਸਭ ਕੁਝ ਦਊਗਾ ਤੁਸੀਂ ਕੱਲੇ ਕੱਲੇ ਭਰਾਓ ਬਾਈ ਨਹੀਂ ਜੀ ਮੇਰੇ ਦੋ ਛੋਟੇ ਬ੍ਰਦਰ ਆ ਅੱਛਾ ਦੋ ਛੋਟੇ ਬ੍ਰਦਰ ਨੇ ਤੇ ਤੁਸੀਂ ਜ਼ਿਆਦਾਤਰ ਹਾਈਲਾਈਟ 'ਚ ਤੁਸੀਂ ਗੱਲ ਹੀ ਰਹਿੰਦੇ ਹੋ ਹਾਂਜੀ ਹਾਂਜੀ ਉਹ ਕੀ ਉਹ ਸ਼ਰਮਿਲੇ ਨੇ ਕੀ ਝਕਰਾ ਸ਼ਰਮ ਉਹ ਉਹ ਇੱਕ ਗੱਲ ਮੇਰਾ ਭਰਾ ਕਹਿੰਦਾ ਤਾਂ ਮੈਨੂੰ ਬੜੀ ਸੋਹਣੀ ਦੀ ਗੱਲ ਲੱਗਦੀ ਜਾਈ ਜਿਹੜਾ ਦਿਲਜੀਤ ਮੇਰਾ ਭਰਾ ਆ ਉਹ ਮੈਨੂੰ ਕਹਿੰਦਾਦਾ ਵੀ ਵੀ ਮੈਂ ਲੋਕਾਂ ਨੂੰ ਇਹ ਨਹੀਂ ਕਹਿਣ ਦੇਣਾ ਵੀ ਅੱਛ ਹਾਂ ਵੀ ਮੈਂ ਤੇਰਾ ਨਾਮ ਲੈ ਕੇ ਨਹੀਂ ਅੱਗੇ ਆਉਣਾ ਚਾਹੁੰਦਾ ਮੈਨੂੰ ਦੁਨੀਆ ਮੇਰੇ ਨਾਮ ਨਾਲ ਜਾਣੇ ਇਹ ਉਹ ਚੀਜ਼ ਬਹੁਤ ਵਧੀਆ ਲੱਗਦੀ ਉਹਦੀ ਇਸ ਕਰਕੇ ਨਹੀਂ ਆਉਂਦੇ ਤੁਸੀਂ ਤਿੰਨੇ ਭਰਾ ਥੋੜੀ ਸੋਚਣੀ ਬੜੀ ਵੱਡੀ ਆ ਤੁਸੀਂ ਕਲਾਕਾਰ ਬਣਨਾ ਚਾਹੁੰਦੇ ਤਾਂ ਦੂਜਾ ਭਰਾ ਕਹਿੰਦਾ ਕਿ ਮੈਂ ਤੁਹਾਡਾ ਨਾਮ ਹੀ ਨਹੀਂ ਵਰਤਣਾ ਹਾਂਜੀ ਹਨਾ ਇਹ ਬਹੁਤ ਵੱਡੀ ਗੱਲ ਆ ਅਸੀਂ ਹੁਣ ਸਕੂਲ ਦੇ ਵਿੱਚ ਨਾ ਉਹਦਾ ਰਿਜ਼ਲਟ ਆਇਆ ਮੈਂ ਗਿਆ ਤੇ ਮੇਰੀ ਮੰਮਾ ਨਾਲ ਸੀ ਸਾਡੇ ਟੀਚਰ ਸਾਡੇ ਕਹਿੰਦੇ ਵੀ ਅੱਛਾ ਵੀ ਭਰਾ ਤਰ ਕੀ ਕਰ ਰਿਹਾ ਵਾ ਤੇ ਮੈਨੂੰ ਲੱਗਦਾ ਵੀ ਕਹਿੰਦੇ ਤੁਹਾਡੇ ਬੱਚੇ ਇਸੇ ਖੁਸ਼ੀ ਦੇ ਵਿੱਚ ਹੀ ਉੱਡਦੇ ਫਿਰਦੇ ਆ ਬਿਲਕੁਲ ਪੀ ਤੁਹਾਡਾ ਭਰਾ ਤਰੱਕੀ ਕਰਨ ਤੇ ਉਹਨੇ ਫੇਰ ਉਹੀ ਉੱਥੇ ਵੀ ਇਹੀ ਗੱਲ ਕਹਤੀ ਹੂੰ ਕਹਿੰਦਾ ਵੀ ਅਸੀਂ ਇਸ ਦਾ ਨਾਮ ਲੈ ਕੇ ਨੱਗੇ ਆਵਾਂਗੇ ਜੇ ਸਾਨੂੰ ਜਾਣੂ ਕਿ ਦਿਨਾਂ ਦੇ ਸਾਡੇ ਨਾਮ ਨਾ ਜਾਣੂਗੀ ਮਾਪੇ ਦੀ ਸਿੱਖਿਆ ਦਾ ਬੜਾ ਅਸਰ ਪੈਂਦਾ ਬਈ ਤੁਹਾਡੇ ਮਾਪੇ ਤੁਹਾਨੂੰ ਕੀ ਕੁਝ ਸਿਖਾਉਂਦੇ ਰਹੇ ਨੇ ਪੈਰਲਰ ਸਮੇਂ ਚ ਚੰਗਾ ਮਾੜਾ ਟਾਈਮ ਵੀ ਦੇਖਿਆ ਹੋਊਗਾ ਜਿਵੇਂ ਤੁਸੀਂ ਗੱਲ ਕੀਤੀ ਕਿ ਆਟਾ ਵੀ ਨਹੀਂ ਸੀ ਤੇ ਮੈਨੂੰ ਇਹ ਲੱਗਦਾ ਕਿ ਬਾਈ ਮੈਂ ਤੁਹਾਡਾ ਘਰ ਦੇਖਿਆ ਤੇ ਜਦੋਂ ਬਾਰਿਸ਼ ਆਣੀ ਉਦੋਂ ਵੀ ਘਰ ਦਾ ਕੁਝ ਮਾਹੌਲ ਚੇਂਜ ਹੁੰਦਾ ਹੋਊਗਾ ਕਿਹੜੀ ਚੀਜ਼ਾਂ ਹੁੰਦੀ ਸੀਗੇ ਉਦੋਂ ਨੇ ਇੱਕ ਇੱਕ ਡਰ ਹੁੰਦਾ ਆਪਣੇ ਆੜੀਆਂ ਹੁਣ ਸਾਡੀਆਂ ਕੱਚੀਆਂ ਛੱਤਾਂ ਜਿਵੇਂ ਸਾਡੀ ਹੁਣ ਕੰਦ ਚ ਵੀ ਤਰੇੜ ਪਈ ਹੋਈ ਆ ਹੂੰ ਤੇ ਹੁਣ ਬਾਹਰੋਂ ਜਿੱਦਾਂ ਸੋਸ਼ਲ ਮੀਡੀਆ ਤੇ ਮੈਨੂੰ ਦੁਨੀਆ ਦੇਖਦੀ ਨੇ ਉਹਨਾਂ ਨੂੰ ਲੱਗਦਾ ਵੀ ਇਹ ਬੜੇ ਰਿਚ ਫੈਮਿਲੀ ਚੋਂ ਆ ਵੀ ਅੱਛਾ ਬੰਦਾ ਉੱਠਦੇ ਆ ਸਰ ਫੇਮਸ ਹੋ ਗਿਆ ਵਧੀਆ ਪੈਸਾ ਕਮਾਉਂਦਾ ਤੁਹਾਨੂੰ ਪਤਾ ਹੈ ਸੋਸ਼ਲ ਮੀਡੀਆ ਕਿੰਨਾ ਕੁ ਪੈਸਾ ਦਿੰਦਾ ਪੈਸਾ ਉਹਨਾਂ ਨੂੰ ਦਿੰਦਾ ਜਿੰਨਾਂ ਕੋ ਹੈਗਾ ਆ ਹੂੰ ਜਿਹੜੇ ਗਰੀਬ ਘਰਾਂ ਚੋਂ ਉੱਠੇ ਉਹਨਾਂ ਨੂੰ ਕੁਛ ਨਹੀਂ ਦਿੰਦਾ ਹੈ ਹਨਾ ਜੀ ਤੇ ਉਹੀ ਚੀਜ਼ਾਂ ਫਿਰ ਜਦੋਂ ਮੀਂਹ ਪੈਂਦਾ ਉਦੋਂ ਇਹ ਡਰ ਹੁੰਦਾ ਵੀ ਕਿਤੇ ਛੱਤ ਚੋਂ ਉਹਨਾਂ ਦੇ ਇਹ ਚੌਂਦੀ ਉਹੀ ਗੱਲ ਇਹ ਇੱਕੋ ਚੀਜ਼ ਦੇ ਵੱਲ ਹੀ ਸਾਰੀਆਂ ਚੀਜ਼ਾਂ ਜੋੜਦੀਆਂ ਜੇ ਬੰਦਾ ਸਮਝ ਵਾਲਾ ਹੋਵੇ ਵੀ ਮੈਂ ਚੇਂਜ ਕਰਨਾ ਸਾਰਾ ਮਾਹੌਲ ਯਾਰ ਮੇਰੇ ਘਰਦਿਆਂ ਨੇ ਸਾਰੀ ਜ਼ਿੰਦਗੀ ਕੱਢ ਦਿੱਤੀ ਤੁਸੀਂ ਕੀ ਸੁਪਨਾ ਦੇਖਦੇ ਹੋ ਬਈ ਇੱਕ ਹੀ ਗੱਲ ਮੈਂ ਸੁਪਨਾ ਮੇਰੇ ਸਰ ਕਹਿੰਦੇ ਨੇ ਵੀ ਗਰੀਬੀ ਦੇ ਵਿੱਚ ਜੰਮਣਾ ਪਾਪ ਨਹੀਂ ਹੂੰ ਗਰੀਬੀ ਦੇ ਵਿੱਚ ਮਰਨਾ ਪਾਪ ਹੈ ਬਸ ਉਹ ਨਹੀਂ ਮਰਨ ਦਿੰਦਾ ਕਰੇ ਇਹੀ ਸੁਪਨਾ ਹੈ ਮੇਰਾ ਉਸ ਤੋਂ ਹੁਣ ਬਦਲ ਰਿਹਾ ਸਮਾਂ ਫਿਲਹਾਲ ਅਜੇ ਕੋਈ ਜ਼ਿਆਦਾ ਕੁਝ ਨਹੀਂ ਹੈ ਹੂੰ ਹਾਂਜੀ ਤੇ ਠੀਕ ਹੈ ਹੁਣ ਮਾਤਾ ਕੀ ਕਹਿੰਦੀ ਹੁੰਦੀ ਆ ਹੁਣ ਤਾਂ ਪੁੱਤ ਸਟਾਰ ਬਣ ਚੱਲਿਆ ਮਾਤਾ ਇਹੀ ਗੱਲ ਉਹ ਇੱਕ ਗੱਲ ਹੀ ਮੈਨੂੰ ਕਹਿ ਦਿੰਦੇ ਨੇ ਕਹਿੰਦੇ ਵੀ ਸਟਾਰ ਬਣ ਜਾ ਜੋ ਮਰਜੀ ਬਣ ਪ੍ਰਮਾਤਮਾ ਕਿਰਪਾ ਕਰੇ ਹਮ ਪਰ ਕਹਿੰਦੇ ਵੀ ਜੋ ਤੂੰ ਆ ਉਹ ਬਦਲ ਹੀ ਨਾ ਬਸ ਤੂੰ ਤੂੰ ਰਹੀਂ ਸਾਰੇ ਇਹੀ ਗੱਲ ਕਹਿੰਦੇ ਹੋਣਗੇ ਮਤਲਬ ਸਾਰੇ ਇਹੀ ਗੱਲ ਕਹਿੰਦੇ ਵੀ ਜੋ ਤੂੰ ਆ ਉਹ ਤੂੰ ਹੀ ਰਹੀਂ ਕੇ ਨਾ ਹੋਵੇ ਕਿਤੇ ਉੱਪਰ ਜਾ ਕੇ ਦੌਲਤ ਤੇਰੇ ਸਿਰ 'ਤੇ ਚੜ ਜਾਏ ਹਮ ਤਾਰੀਫ ਤਾਰੀਫ ਵੀ ਜਿਵੇਂ ਕੋਈ ਕਰਦਾ ਨਾ ਤੇ ਮੇਰੇ ਸਰ ਸਰਦਾਰ ਭੁਪਿੰਦਰ ਸਿੰਘ ਇੱਕ ਗੱਲ ਕਹਿੰਦੇ ਹੁੰਦੇ ਆ ਕਹਿੰਦੇ ਤਾਰੀਫ ਦਿਲ ਤੱਕ ਰਵੇ ਤੇ ਬਹੁਤ ਵਧੀਆ ਰਹਿੰਦੀ ਆ ਜ ਉਹਦੇ ਵਾਸਤੇ ਬੰਦੇ ਵਾਸਤੇ ਹਾਨੀਕਾਰਕ ਹੋ ਜਾਂਦੀ ਏ। ਕੁਝ ਮਾਤਾ ਦੇ ਪਿਤਾ ਦੇ ਕੁਝ ਲਿਖਦੇ ਹੋ ਬਾਈ ਕੁਝ ਸੁਣਾ ਵੀ ਦਿਓ ਸਾਨੂੰ ਹੁਣ। ਮੈਂ ਜ਼ਰੂਰ ਜ਼ਰੂਰ ਜ਼ਰੂਰ। ਉਸ ਤੋਂ ਪਹਿਲਾਂ ਮੈਂ ਇੱਕ ਗੱਲ ਸ਼ੇਅਰ ਕਰਦਾ ਤੁਹਾਡੇ ਨਾਲ ਮੇਰੇ ਨਾ ਮੇਰਾ ਰੰਗ ਤੁਹਾਨੂੰ ਪਤਾ ਵੀ ਹਨਾ ਜਿਵੇਂ ਦਾ। ਤੇ ਸਾਡੇ ਸਕੂਲ ਚ ਆ ਆਪਾਂ ਇਸ ਗੱਲ ਤੇ ਤੇ ਸਾਡੇ ਸਕੂਲ ਦੇ ਵਿੱਚ ਮਜ਼ਾਕ ਬੜਾ ਮੇਰਾ ਡਾਉਂਦੇ ਹੁੰਦੇ ਸੀ। ਹੂੰ। ਤੇ ਕੋਈ ਕਿਸੇ ਨੇ ਚਪੇੜ ਮਾਰ ਦੇਣੀ ਕਦੀ ਕਿਸੇ ਨੇ ਪੋਚ ਕਦੀ ਕਿਸੇ। ਮੈਂ ਇੱਕ ਵਾਰ ਘਰ ਜਾਇਆ ਤੇ ਮੈਂ ਰੋਂਦਾ ਪਿਆ ਮੰਮੀ ਕੋਹਾ ਕੇ। ਹੂੰ। ਮੈਂ ਕਿਹਾ ਵੀ ਮੈਨੂੰ ਤਾਂ ਵੀ ਮਜਾਕ ਬੜਾ ਡਾਉਂਦੇ ਵੀ ਸਕੂਲ ਗੰਦਾ ਮੈਂ ਕਿਹਾ ਮੈਂ ਨਹੀਂ ਪੜਨਾ ਇੱਥੇ ਰੰਗ ਕਰਕੇ ਹਾਂਜੀ ਰੰਗ ਕਰਕੇ ਕੀ ਕਹਿੰਦੇ ਸੀ ਉਹ ਹੀ ਕਹਿ ਦਿੰਦਾ ਨਹੀਂ ਕਾਲੂ ਕਹੇ ਤਾਂ ਕਦੀ ਕੋਸ਼ਕਾ ਤਾਂ ਕਦੀ ਕੋਸ਼ ਹਣਾ ਵੀ ਕਈ ਚੀਜ਼ਾਂ ਜੇ ਕਲਰ ਪਾਲਿਆ ਬੰਦੇ ਨੇ ਕੋਈ ਉਹੋ ਜਿਹਾ ਉਹ ਬੰਦੇ ਦੀ ਪਰਸਨਲ ਲਾਈਫ ਐ ਹਣਾ ਵੀ ਉਹਨੇ ਜਿਹੜਾ ਕਲਰ ਪਾਲਿਆ ਉਹ ਦੁਨੀਆ ਉਹਦੇ ਤੇ ਵੀ ਮਣਕ ਟ੍ਰੋਲ ਕਰਨ ਦਾ ਬਿੰਦਿਆ ਹੂੰ ਅੱਛਾ ਤੂੰ ਜਾਮਣੀ ਦਸਤਾਰ ਬੰਨੀ ਆ ਜਾਂ ਤੂੰ ਜਾਮਣੀ ਭਗ ਬੰਨੀ ਆ ਚਾ ਉਹ ਤੂੰ ਉਹਦੇ ਅਰ ਗਈਆਂ ਓਏ ਮੈਂ ਇੱਕ ਇੱਕ ਗੱਲ ਹੋਰ ਦਾ ਇਸ ਟੌਪਿਕ ਤੋਂ ਬਾਹਰ ਹੋ ਕੇ ਗੱਲ ਕਰ ਮੈਂ ਨਾ ਵੇਟਰ ਗਿਰੀ ਦੇ ਕੰਮ ਤੇ ਗਿਆ ਹੂੰ ਉੱਥੇ ਸਾਹਮਣੇ ਮੁੰਡੇ ਤੇ ਮੈਨਾਂ ਫਰੂਟ ਲੈ ਗਿਆ ਟ੍ਰੇ ਚ ਪਾ ਕੇ ਉਹਦੇ ਵਿੱਚ ਜਾਵਣਾ ਸੀ ਤੇ ਮੈਨੂੰ ਕਹਿੰਦੇ ਲੈ ਹੋਰ ਕੋਈ ਫਰੂਟ ਪਾ ਲੈਣਾ ਜਾ ਹੁਣ ਆਪਣੇ ਰੰਗ ਕਰ ਗਿਆ ਪਾ ਲਿਆ ਵੀ ਤੈਨੂੰ ਇਹ ਹੀ ਗੱਲ ਉਹ ਉਹੀ ਚੀਜ਼ ਐ ਨਾ ਫਿਰ ਬਾਅਦ ਵਿੱਚ ਦੀ ਮੈਂ ਬੜਾ ਰੋਣਾ ਆਪਣੀ ਮੰਮੀ ਕੋਲ ਆ ਕੇ ਮੈਨਾਂ ਵੀ ਮੇਰਾ ਮਜ਼ਾਕ ਬੜਾ ਡਾਉਂਦੇ ਆ ਮੈਨੂੰ ਕੋਟਦੇ ਆ ਸਾਰੇ ਤੇ ਮੰਮੀ ਮੇਰੇ ਕਹਿੰਦੇ ਤੂੰ ਨਾ ਮੈਂ ਕਰ ਪਾਠ ਕਰਿਆ ਕਰ ਹੂੰ ਦੇਖੀ ਤੈਨੂੰ ਕੁਛ ਨਹੀਂ ਕਿਸ ਨੇ ਕਹਿਣਾ ਮੈਂ ਨਾ ਵੀਰੇ ਇੱਕ ਦਿਨ ਉੱਠਿਆ ਮੈਨੂੰ ਕਹਿੰਦੇ ਵੀ ਤੂੰ ਮੈਂ ਮੈਨੂੰ ਪਾਠ ਅਜੇ ਆਉਂਦਾ ਨਹੀਂ ਆ ਵੀ ਛੋਟਾ ਜਿਹਾ ਸੀ ਮਤੋਂ ਛੇਵੀਂ ਕਲਾਸ ਦੇ ਵਿੱਚ ਕੀ ਹੁੰਦਾ ਪੰਜਵੀਂ ਛੇਵੀਂ ਕਲਾਸ ਦੇ ਵਿੱਚ ਬੱਚਾ ਤੇ ਮੈਨੂੰ ਕਹਦੇ ਪਾਠ ਕਰਿਆ ਕਰ ਮੈਂ ਕਹਾ ਵੀ ਮੈਨੂੰ ਪਾਠ ਪੜ੍ਹਨਾ ਅਜੇ ਆਉਂਦਾ ਨਹੀਂ ਆਂ ਕਿ ਮੈਂ ਵੈਗਰੂ ਵੈਗਰੂ ਕਹਦੇ ਕਿ ਨਾ ਕਹਿੰਦਾ ਵੀ ਹਾਂ ਤੂੰ ਕਹਿਦਾ ਕਰ ਤੀ ਤੂੰ ਪੰਜ ਕਵਾਰਾ ਕਹਿੰਦੇ ਕਹਿ ਕੇ ਚਲ ਜਾ ਕਰ ਹੁਣ ਬੱਚਾ ਸੀ ਮੈਂ ਮੰਨ ਗਿਆ ਮੈਂ ਇੱਕ ਦਿਨ ਉੱਠਿਆ ਮੈਂ ਸਵੇਰ ਸੁਬਾਹ ਸਵੋਟਦਿਆਂ ਸਾਰਾਂ ਨਾਲ ਦਸਤਾਰ ਬੰਨੀ ਆਵਾ ਨਾਲ ਮੈਂ ਪੰਜਰੀ ਵੈਗਰੂ ਵੈਗਰੂ ਕਹਤਾ ਵੀ ਚੱਲ ਪਰਮਾਥਾ ਦੋ ਕ ਦਿਨ ਹੋਏ ਪਾਠ ਕਰਦੇ ਨੂੰ ਵੈਗਰੂ ਵੈਗਰੂ ਕਹਿੰਦੇ ਨੂੰ ਮੈਨੂੰ ਕਿਸੇ ਨੇ ਭੋਜਨਾ ਘਾਇਆ ਕੈਨੋ ਹਟ ਗਈ ਦੁਨੀਆ ਰੰਗ ਮੈਂ ਕਹਾ ਯਾਰ ਕੀ ਬਾਤ ਆ ਬਾਅਦ ਵਿੱਚ ਦੀ ਨਾ ਮੈਂ ਵੀਰੇ ਜੋੜ ਲਾ ਲਾ ਕਿ ਨਹੀਂ ਆਪਾਂ ਪੜ੍ਹਦੇ ਹੁੰਨੇ ਜਿਵੇਂ ਜਿਵੇਂ ਅੱਖਰ 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 ਕਰਕੇ ਜੋੜ ਕੇ ਤੇ ਆਪਾਂ ਜਦੋਂ ਸਿੱਖ ਰਹੇ ਹੁੰਦਾ ਵਿੱਚ ਸਿੱਖ ਰਹੇ ਹੁੰਨੇ ਆ ਤੇ ਮੈਂ ਪਾਠ ਕਰਨਾ ਸ਼ੁਰੂ ਕਰ ਲਿਆ ਗੁਟਕਾ ਸਾਫ ਤੋਂ ਤੇ ਉਹ ਬਾਅਦ ਵਿੱਚ ਦੀ ਨਾ ਮੈਨੂੰ ਸਕੂਲ ਦੇ ਵਿੱਚ ਟੀਚਰ ਵੀ ਕੁੱਟਣੋਂ ਹਟ ਗਏ ਮੈਂ ਕਹਾ ਯਾਰ ਕੀ ਬਾਤ ਆ ਮੈਂ ਕਹਾ ਤੇ ਜ਼ਿੰਦਗੀ ਚੇਂਜ ਹੁੰਦੀ ਜਾਂਦੀ ਮੈਂ ਸ਼ਾਮ ਨੂੰ ਰਹਿ ਰਸ ਕਰਨੀ ਸ਼ੁਰੂ ਕਰ ਲਈ ਨਾਲ ਕੀ ਬਾਤ ਆ ਤੇ ਉਹ ਉਸ ਤੋਂ ਬਾਅਦ ਕੀ ਹੋਇਆ ਮੈਨੂੰ ਨਾ ਇੰਟਰਵਿਊਆਂ ਦਾ ਬੜਾ ਸ਼ੌਂਕ ਆ ਗਿਆ ਬੀ ਲੋਕ ਮੇਰੀ ਕਰਨ ਜਾਂ ਮੈਂ ਲਵਾ ਨਾ ਲੋਕ ਇੰਟਰਵਿਊ ਮੇਰਾ ਕਰਨ ਕਿਉਂਕਿ ਮੈਂ ਨਾ ਜਦੋਂ ਆਪਾਂ ਦੇਖਦੇ ਹਾਂ ਹੁਣ ਸੋਸ਼ਲ ਮੀਡੀਆ ਤੇ ਕਿੰਨੇ ਇੰਟਰਵਿਊ ਆਉਂਦੇ ਹਨ ਤੇ ਕਈ ਬੰਦਿਆਂ ਦੀ ਜ਼ਿੰਦਗੀ ਬਹੁਤ ਚੇਂਜ ਹੋਈ ਆ ਇੰਟਰਵਿਊਆਂ ਦੇ ਨਾਲ ਵੀ ਹਨ ਬਹੁਤ ਹੱਥ ਆ ਚਲੋ ਤੁਹਾਡਾ ਸਾਰਿਆਂ ਦਾ ਤੇ ਮੈਂ ਬੜਾ ਰੋਣਾ ਫੇਰ ਮੈਂ ਕਿਹਾ ਅਗੇ ਹੁਣ ਮੇਰੇ ਇੰਟਰਵਿਊ ਨਹੀਂ ਕਰਦੇ ਦੁਨੀਆ ਦੀਆਂ ਇੰਟਰਵਿਊਆਂ ਹੋਈ ਜਾਂਦੀਆਂ ਰੱਬ ਮੇਰੇ ਨਾਲ ਐ ਜਾਵਾ ਮੈਂ ਕਹਿੰਦੇ ਪਾਠ ਸੱਚੇ ਦਿਲੋਂ ਕਰਦਾਂ ਹੂੰ ਵੀ ਤੂੰ ਪੂਰਾ ਧਿਆਨ ਦੇਰਾ ਉਸੇ ਚੀਜ਼ੀ ਹੁੰਦਾ ਜਦੋਂ ਪਾਠ ਕਰਨ ਦਾ ਮੈਂ ਕਿਹਾ ਨਹੀਂ ਮਤਲਬ ਉਹਨਾਂ ਦਾ ਬਹੁਤ ਹੱਥ ਸੀ ਇਸ ਚੀਜ਼ ਦੇ ਵਿੱਚ ਜੋੜਨ 'ਚ ਮੈਂ ਰਾਤ ਨੂੰ ਸੌਣ ਲੱਗਾ ਸੋਇਲਾ ਸਾਬ ਪੜਨਾ ਸ਼ੁਰੂ ਕਰ ਲਿਆ ਉਹ ਐਸੀ ਕਿਰਪਾ ਹੋਈ ਇੱਕ ਇੰਟਰਵਿਊ ਵਾਸਤੇ ਤਰਸਦਾ ਸੀ ਮੈਂ ਇੱਕ ਇੰਟਰਵਿਊ ਪੂਰਾ ਇੱਕ ਹਫਤਾ ਇੰਟਰਵਿਊ ਹੋਈਆਂ ਮੇਰੀਆਂ ਇੱਕ ਦਿਨ 'ਚ 4-4 ਇੱਕ ਦਿਨ 'ਚ 4-4 ਮਤਲਬ ਐਵੇਂ ਚੈਨਲ ਆਉਣੇ ਸ਼ੁਰੂ ਹੋ ਗਏ ਦੇਖ ਲਓ ਨਾਮ ਦੀ ਸ਼ਕਤੀ ਮਤਲਬ ਇੰਨਾ ਇੰਨਾ ਪਿਆਰ ਪਰਮਾਤਮਾ ਨੇ ਮੈਨੂੰ ਹਨਾ ਵੀ ਆਪਣਾ ਬਖਸ਼ਿਆ ਉਸ ਤੋਂ ਬਾਅਦ ਮੈਨੂੰ ਇਹ ਹੋ ਗਿਆ ਵੀ ਫਾਲੋਅਰਾਂ ਦੀ ਬੜੀ ਹੁੰਦੀ ਹੈ ਤੇ ਮੇਰੀ ਮੇਰੀ ਭੈਣ ਦਾ ਵਿਆਹ ਹੋਇਆ ਤੇ ਉਹ ਨਾਲ ਨਾ ਆਪਾਂ ਜਾਣੇ ਹੁੰਦੇ ਨਾ ਆਪਣੀ ਭੈਣ ਦੇ ਜਿੰਦ ਨੇ ਪ੍ਰਾਰਥਨਾ ਕੀਤੀ ਮੈਂ ਆਪਣੀ ਭੈਣ ਦੇ ਸਹੁਰੇ ਘਰ ਦੇ ਨਾਲ ਤੇ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਮੁੰਡੇ ਮਿਲੇ ਤੇ ਇਹਨਾਂ ਦੱਸਿਆ ਵੀ ਕਹਿੰਦੇ ਆ ਮੁੰਡਾ ਗਾਉਂਦਾ ਹੈ ਜੀ ਸਾਡਾ ਤੇ ਉਹ ਕਹਿੰਦੇ ਅੱਛਾ ਕਹਿੰਦੇ ਫਾਲੋਅਰ ਦਿਖਾਈ ਫਾਲੋਅਰ ਮੇਰਾ 300 ਫਾਲੋਅਰ ਸਾਰਾ 10ਵੀਂ ਕਲਾਸ ਦੇ ਵਿੱਚ ਮੁੜ ਕੇ 300 ਫਾਲੋਅਰ ਤੇ ਉਹ ਦੇਖ ਕੇ ਕਹਿੰਦੇ ਲੈ ਕਹਿੰਦੇ ਫਾਲੋਅਰ ਤਾਂ ਹੈ ਨਹੀਂ ਮੈਂ ਫੇਰ ਆ ਕੇ ਰੱਬ ਕੋ ਫੇਰ ਆ ਵੀ ਵਧਾ ਵਈ ਹੁਣ ਤੇ ਉਹ ਹੁਣ ਐਵੇਂ ਨਾ ਉਹਨੇ ਇੱਕ ਪੁਗਾਈਆਂ ਮੇਰੀਆਂ ਗੱਲਾਂ ਪਰਮਾਤਮਾ ਨੇ ਕਾਹੀ ਮੈਂ ਕਹਿ ਦਿੰਦਾ ਵੀ ਮੇਰਾ ਸਭ ਤੋਂ ਵੱਡਾ ਮੈਨੇਜਰ ਉਹ ਆ। ਉਹ ਸਮੇਂ 'ਚ ਵੀ ਕੁਝ ਲਿਖ ਦਿੰਦਾ ਸੀ ਫਿਰ ਯਾਦ ਕਰਕੇ ਲਿਖਿਆ ਕੁਝ? ਮੈਂ ਪਰਮਾਤਮਾ ਤੇ ਅਸਲ ਦੇ ਵਿੱਚ ਮੇਨਲੀ ਜ਼ਿਆਦਾ ਚੀਜ਼ਾਂ ਕਦੀ ਲਿਖੀਆਂ ਨਹੀਂ। ਹੂੰ ਤੇ ਕੁਝ ਚੀਜ਼ਾਂ ਹੈ ਵੀ ਲਿਖੀਆਂ ਵੀ ਮੈਨੂੰ ਯਾਦ ਘੱਟ ਰਹਿੰਦੀਆਂ ਹੁਣ। ਹੂੰ ਤੇ ਕਿਉਂਕਿ ਤੁਹਾਨੂੰ ਪਤਾ ਜਦੋਂ ਜ਼ਿੰਦਗੀ ਦੇ ਵਿੱਚ ਬੰਦਾ ਵੱਡਾ ਕੁਝ ਕਰਨ ਲੱਗਦਾ ਨਾ ਉਹ ਥੋੜੀਆਂ 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 ਚੀਜ਼ਾਂ ਜੋ ਕਰਦਾ ਜਾਂਦਾ ਉਹ ਸਕਿਪ ਹੁੰਦੀਆਂ ਜਾਂਦੀਆਂ ਦਿਮਾਗ ਦੇ ਵਿੱਚੋਂ। ਬਿਲਕੁਲ। ਹੁਣ ਇਹ ਹੁੰਦਾ ਇੱਕ ਗਾਣਾ ਲਿਖ ਲਿਆ ਉਹ ਭੁੱਲ ਜਾਣਾ ਫਿਰ ਦੂਜੇ ਗਾਣੇ ਵੱਲ ਦਿਮਾਗ ਭਜਾਉਂਦਾ ਇਹ ਫਿਰ ਬਾਅਦ ਵਿੱਚ ਦੀ ਇਹ ਚੀਜ਼ਾਂ ਜਦੋਂ ਮੇਰੇ ਨਾਲ ਹੋਈਆਂ ਫਿਰ ਮਨ ਨਹੀਂ ਹੋ ਗਿਆ ਮੈਂ ਕਿਹਾ ਵੀ ਯਾਰ ਵੀ ਦੁਨੀਆ ਫੋਟੋਆਂ ਖਿਚਾਵੇ ਰੱਬਾ ਮੈਂ ਇਹ ਵੀ ਕਰਦੇ ਮੈਂ ਕਿਹਾ ਹੁਣ ਇੰਨੇ ਕੀ ਕਰ ਵੀ ਇੰਨਾ ਦੇ ਦਿੰਦੇ ਤੂੰ ਅਸੀਂ ਨਾ ਵੀਰੇ ਇੱਕ ਵਿਆਹ ਤੇ ਚਲੇ ਗਏ ਇੱਕ ਟੇਬਲ ਤੇ ਸੀ ਬੈਠੇ ਤੇ ਮੇਰਾ ਦੋਸਤ ਤਾਂ ਕਹਿੰਦਾ ਸੇਵ ਕਹਿੰਦਾ ਮੁੰਡਾ ਨਾ ਬਾਰ-ਬਾਰ ਆਉਂਦਾ ਤੇਰੇ ਆ ਤੇਰੇ ਲੇ ਵੇਖਦਾ ਲੱਗਦਾ ਤੈਨੂੰ ਪਛਾਣ ਕਾ ਮੈਂ ਕਿਹਾ ਨਾ ਆਪਾਂ ਏਡੇ ਸਟਾਰ ਰਹਿ ਨਹੀਂ ਆਪਾਂ 8000 ਫਾਲੋਅਰ ਹੋਇਆ ਸੀ ਉਹਦਾ ਮੇਰਾ ਤੇ ਉਹ ਮੁੰਡਾ ਫੇਰ ਆਇਆ ਆਏ ਮੈਂ ਇੱਕ ਜੂਸ ਦਾ ਗਲਾਸ ਪੀਵਣਾ ਉਹ ਫੇਰ ਰੱਖ ਜੇ ਮੈਂ ਆਪਣੇ ਯਾਰ ਨੂੰ ਕਹਾ ਮੈਂ ਕਿਹਾ ਜੋਬਨ ਤੂੰ ਐਵੇਂ ਕਰੀ ਤੇ ਉਹਨੇ ਇਹਦਾ ਗੁੱਟ ਫੜ ਲਈ ਹੁਣ ਮੁੰਡੇ ਦਾ ਤੇ ਉਹਨੇ ਪੁੱਛੀ ਵੀ ਕੀ ਗੱਲ ਐ ਤੇ ਉਹਨੇ ਗੁੱਟ ਫੜ ਲੈ ਕੇ ਕਹਿੰਦਾ ਕੀ ਗੱਲ ਐ ਉਸਤਾਦ ਤੇ ਕਹਿੰਦਾ ਯਾਰ ਇਹ ਗੁਰਸੇਵ ਗਪਖੋ ਗਿਆ ਸ਼ਾਇਰੀਆਂ ਵਾਲਾ ਕਹਿੰਦੇ ਹਾਂ ਕਹਿੰਦਾ ਯਾਰ ਫੋਟੋ ਹੀ ਕਰਾ ਦੇ ਤੂੰ ਮੈਂ ਇੱਕ ਨਾਲ ਉੱਥੇ ਫੋਟੋ ਖਿਚਾਈ ਉਹ ਦੋ ਤਿੰਨ ਜਣੇ ਖੋਰ ਆ ਗਏ ਬਾਅਦ ਵਿੱਚ ਮਤਲਬ ਮੈਂ ਇੱਕ ਗੱਲ ਐ ਕਹਿੰਦਾ ਉਹਨਾ ਵੀ ਰੱਬਾ ਤੂੰ ਨਾ ਸੱਚੀ ਜੈਸੀ ਕਿਸਮਤ ਮੇਰੀ ਲਿਖੀ ਜਾਣਾ ਜੇ ਜਿੱਦਾਂ ਮੇਰੀ ਸੁਣਦਾ ਹਰੇਕ ਦੀ ਸੁਣ ਮੈਂ ਰਾਤ ਸੌਣ ਲੱਗਾਂ ਕਹਿੰਦਾ ਨਾ ਵੀ ਸਵੇਰ ਚੜ੍ਹਦੀ ਨੂੰ ਆ ਚੀਜ਼ ਚਾਹੀਦੀ ਐ ਉਹ ਪਤਾ ਨਹੀਂ ਕਿੱਥੋਂ ਆ ਜਾਂਦੀ ਐ ਪਰ ਇਹ ਭਰੋਸਾ ਬਣਾਉਣਾ ਵੀ ਬੜਾ ਔਖਾ ਵਈ ਕਿ ਹਾਂ ਕਿ ਉਹ ਸੁਣੂਗਾ ਕਿਉਂਕਿ ਅ ਕਈ ਲੋਕ ਨਰਾਜ਼ ਵੀ ਬੜੀ ਸ਼ਤੀ ਹੋ ਜਾਂਦੇ ਨੇ ਨਾ ਮੜੀ ਜੀ ਚੀਜ਼ਾਂ ਨੂੰ ਲੈ ਕੇ ਕਿ ਤੂੰ ਮੇਰੀ ਜ਼ਿੰਦਗੀ 'ਚ ਇਹ ਕਿਉਂ ਕਰਤਾ ਤੇ ਇਹ ਚੀਜ਼ ਨਾ ਕਰਨੀ ਕਿ ਉਹਦੇ ਤੇ ਭਰੋਸਾ ਬਣਾ ਕੇ ਰੱਖਣਾ ਬੜਾ ਔਖਾ ਆ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਚੀਜ਼ਾਂ ਨਾ ਮੈਂ ਤਾਂ ਅਕਸਰ ਹੁਣ ਵੀ ਮੇਰੇ ਜਿਹੜੇ ਯਾਰ ਦੋਸਤ ਹੈ ਨਾ ਉਹਨਾਂ ਨੇ ਮੇਹੀ ਗੱਲ ਕਰਨਾਂ ਮੈਂ ਕਹਾਂ ਵੀ ਬੰਦੇ ਤੋਂ ਕਦੀ ਨਾ ਖੁਆਇਸ਼ ਰੱਖੋ ਹੂੰ ਖੁਆਇਸ਼ ਉਹ ਤੋਂ ਰੱਖੋ ਜੀ ਜੋ ਸਾਡੀ ਦੁਨੀਆ ਮੰਗਦੀ ਆ ਮਕਸਦ ਹੀ ਹੁਣ ਸਾਰਿਆਂ ਨੂੰ ਕਹਿ ਦਿੰਦਾ ਵੀ ਅਸੀਂ ਉਹਨਾਂ ਤੋਂ ਨਹੀਂ ਖੁਆਇਸ਼ਾਂ ਰੱਖੀਆਂ ਵੀ ਜਿਨ੍ਹਾਂ ਤੋਂ ਬੰਦੇ ਕੋ ਬੰਦਾ ਮਰੇ ਥੋੜੀ ਕਵਿਤਾ ਕਾਲੇ ਅਸੀਂ ਕਾਲੇ ਜਿਹੇ ਰੰਗ ਦੇ ਕੋਟ ਐਦਾ ਕੁਝ ਕਰਕੇ ਤੁਹਾਡਾ ਗੀਤ ਵੀ ਹੈ ਨਾ ਇੱਕ ਹਾਂਜੀ ਹਾਂਜੀ ਉਹ ਸੁਣਾਓ ਪਹਿਲਾਂ ਸਾਨੂੰ ਆ ਜਰੂਰ ਜੀ ਜਰੂਰ ਹੂੰ ਹੋ ਕਰਦੀ ਏ ਮਾਨਨੀ ਤੂੰ ਗੋਰੇ ਚਮਦਾ ਉਡਾਉਣੀ ਏ ਮਜ਼ਾਕ ਸਾਵਲੇ ਜੇ ਰੰਗ ਦਾ ਕਰਦੀ ਏ ਮਾਨਨੀ ਤੂੰ ਗੋਰੇ ਚਮਦਾ ਉਡਾਉਣੀ ਐ ਮਜ਼ਾਕ ਸਾਵਲੇ ਜੇ ਰੰਗ ਦਾ ਹੋਇਆ ਕੀ ਜੇ ਸਾਵਲੇ ਜੇ ਰੰਗ ਦੇ ਕੁੜੇ ਹੋਇਆ ਕੀ ਜੇ ਸਾਵਲੇ ਜੇ ਰੰਗ ਦੇ ਕੁੜੇ ਨਹੀਂ ਗੋਰੀ ਗੋਰੀ ਰੰਨਾ ਦੇ ਆਰਾਮ ਡਾਦਾਂਗੇ ਤੇਰੇ ਨਾਲ ਰਿਹਾ ਮੇਰਾ ਵਾਦਾ ਗੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾਦਾਂਗੇ ਤੇਰੇ ਨਾਲ ਰਿਹਾ ਮੇਰਾ ਵਾਦਾ ਗੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾਦਾਂਗੇ ਇਹ ਇਹਦੇ ਵਿੱਚ ਸਟੋਰੀ ਆ? ਨਾ ਜੀ ਤਾਂ ਵੈਸੇ ਲਿਖਤਾ ਇਹ ਵੈਸੇ 6ਵੀਂ ਕਲਾਸ ਚ ਗਾਣਾ ਲਿਖਿਆ ਸੀ ਮੈਂ ਦੇਖੋ ਬਾਈ ਇਹ 6ਵੀਂ ਕਲਾਸ ਚ ਲਿਖਤਾ ਸੀ 6ਵੀਂ ਕਲਾਸ ਲਿਖੀ ਗਾਇਆ ਮੈਂ ਹੋਣਾ ਕਾ ਯੂਨੀਵਰਸਿਟੀ ਇੱਕ ਦਿਨ ਅਸੀਂ ਐਵੇਂ ਬੈਠੇ ਮੈਨੂੰ ਯਾਦ ਆ ਗਿਆ ਉਹ ਵੀਡੀਓ ਵਾਇਰਲ ਹੋ ਗਈ ਕਾਫੀ ਬਸ ਜਦੋਂ ਪਹਿਲੀ ਵੀਡੀਓ ਵਾਇਰਲ ਹੋਈ ਸੀ ਤੁਹਾਡੀ ਇੰਸਟਾ ਤੇ ਕਿਹੜਾ ਗੀਤ ਸੀ ਉਹ ਤੇ ਕੀ ਫੀਲਿੰਗ ਸੀ ਸ਼ਾਇਰੀ ਸੀ ਇੱਕ ਉਹ ਐਵੇਂ ਸੀ ਕਿ ਸੁਣ ਕੱਟੀ ਨਾ ਤੂੰ ਫੋਨ ਯਾਰ ਕੋਈ ਨਾਰਾਜ਼ਗੀ ਨਹੀਂ ਮੇਰੇ ਤੇਰੇ ਨਾਲ ਕੁਝ ਗੱਲਾਂ ਨੇ ਜੋ ਕਰਨੀਆਂ ਨੇ ਇੱਕ ਚਾਹ ਕੇ ਤੇਰੇ ਸਾਹਮਣੇ ਬਹਿ ਕੇ ਮੈਂ ਫਿਰ ਤੋਂ ਅੱਖਾਂ ਭਰਨੀਆਂ ਨੇ ਸਭ ਮਤਲਬ ਕੱਢ ਕੇ ਛੱਡ ਜਾਂਦੇ ਸਭ ਮਤਲਬ ਕੱਢ ਕੇ ਛੱਡ ਜਾਂਦੇ ਇਹ ਦੁਨੀਆ ਦਾ ਦਸਤੂਰ ਯਾਰਾ ਤੂੰ ਮਤਲਬ ਦੇ ਲਈ ਛੱਡਿਆ ਸੀ ਕਿ ਤੂੰ ਵੀ ਸੀ ਮਜਬੂਰ ਯਾਰਾ ਇਹ ਸ਼ਾਇਰੀ ਸੀ ਮੇਰੀ ਮਤਲਬ ਜ਼ਰੂਰੀ ਨਹੀਂ ਹੁੰਦਾ ਵੀ ਜੇ ਕੋਈ ਕਿਸੇ ਨੂੰ ਛੱਡੇ ਹੋ ਸਕਦਾ ਉਹਦੇ ਵੀ ਆਪਣੀ ਇੱਕ ਮਜਬੂਰੀ ਬਿਲਕੁਲ ਬਿਲਕੁਲ ਜੀ ਬਿਲਕੁਲ ਇਹ ਹਰ ਇੱਕ ਚੀਜ਼ ਦੇ ਪਿੱਛੇ ਬੜੀਆਂ ਗੱਲਾਂ ਹੋ ਜਾਂਦੀਆਂ ਕਈ ਲੋਕ ਹੈਗੇ ਵੀ ਆ ਕਈ ਲੋਕ ਛੱਡ ਦਿੰਦੇ ਆ ਵੀ ਅੱਛਾ ਮੈਨੂੰ ਬੈਟਰ ਮਿਲ ਗਿਆ ਇਹ ਤੋਂ ਮੈਂ ਤੋਂ ਕੀ ਲੈਣਾ ਤੁਸੀਂ ਇੱਕ ਗੱਲ ਤਾਂ ਸੋਚੋਗੇ ਮੈਂ ਨਾ ਇੱਕ ਗੱਲ ਮੇਰਾ ਦੋਸਤ ਕਹਿੰਦਾ ਸੀ ਕਹਿੰਦਾ ਜਦੋਂ ਤੂੰ ਸੇਵਕ ਤੋਂ ਹਿੱਟ ਹੋ ਗਿਆ ਨਾ ਸਾਰੇ ਜਿਹੜੇ ਤੈਨੂੰ ਨਹੀਂ ਵੀ ਪਿਆਰ ਕਰਦੇ ਉਹ ਵੀ ਕਰਨਗੇ। ਮੇਰੀ ਜ਼ਿੰਦਗੀ 'ਚ ਇੱਕ ਮੇਰਾ ਵਹਿਮ ਬੜਾ ਤਗੜਾ ਨਿਕਲਿਆ ਫਿਰ ਜਦੋਂ ਮੈਂ ਥੋੜਾ ਫੇਮਸ ਹੋਇਆ। ਮੈਨੂੰ ਉਹ ਵੀ ਲੋਕ ਛੱਡ ਗਏ ਜਿਹੜੇ ਮੈਨੂੰ ਪਿਆਰ ਕਰਦੇ ਸੀ। ਪੁੱਠਾ ਹੋ ਗਿਆ ਕੰਮ? ਪੁੱਠਾ ਹੋ ਗਿਆ। ਇਹ ਜੈਲਸੀ ਸੀ। ਪਤਾ ਨਹੀਂ ਕੀ ਕਹਿ ਸਕਦੇ ਆਪਾਂ ਨੂੰ। ਉਹੀ ਬੰਦੇ ਮੈਨੂੰ ਮਾੜਾ ਕਹਿੰਦੇ ਵੇ ਜਿਹੜੇ ਕਿਸੇ ਵਕਤ ਕਹਿੰਦੇ ਵੀ ਜਾਨ ਅਸੀਂ ਤੇਰੇ ਤੋਂ ਜਾਨ ਵਾਰ ਦਾਂਗੇ ਆਪਣੇ। ਚੰਗੇ ਲੋਕ ਮਿਲੇ ਵੀ ਹੋਣਗੇ ਮਨ ਦਾ। ਮਿਲੇ ਵੀ ਬਹੁਤ ਉਹ ਚੱਲਦੀ ਰਹਿੰਦੇ ਤੁਹਾਨੂੰ ਪਤਾ ਜ਼ਿੰਦਗੀ ਪਰ ਇੱਕ ਬੰਦਾ ਨਾ ਇੱਕ ਕਈ ਬੰਦੇ ਆਸ ਹੁੰਦੀ ਆਪਾਂ ਨੂੰ। ਉਸ ਨਾਲ ਤੋਂ ਬਾਅਦ ਜਿਹੜ ਉਹ ਆਪਣੇ ਦਿਲ ਨੂੰ ਪਾਉਂਦੇ ਹੀ ਨਹੀਂ ਮੁੜ ਕੇ ਕਦੇ 네ਗੇਟਿਵ ਕਿਤਾ ਕਿ ਜ਼ਿੰਦਗੀ ਚ ਕਿਸੇ ਨੇ ਬੜੀ ਯਾਰ ਕਿਤਾ ਬੜੀ ਯਾਰ ਮੁਕੈਰ ਕਹਿ ਦਿੰਦੇ ਮੈਨੂੰ ਕਈ ਸਾਡੇ ਰਿਸ਼ਤੇਦਾਰ ਹੀ ਕਈ ਯਾਰ ਕਹਿ ਦਿੰਦੇ ਛੱਡ ਦੇ ਪੜਾਈ ਚ ਕੀ ਰੱਖਿਆ ਪੜਾਈ ਚ ਕੀ ਰੱਖਿਆ ਕਹਿੰਦੇ ਨੇ ਕਿ ਕਲਾਕਾਰੀ ਚ ਕੀ ਰੱਖਿਆ ਪੜਾਈ ਚ ਵੀ ਕਲਾਕਾਰੀ ਚ ਵੀ ਮੇਰੇ ਮੇਰੀ ਮਾਤਾ ਉਹਨਾਂ ਨੂੰ ਕਹਿ ਦਿੰਦੇ ਆ ਇਹਨੂੰ ਕੰਮ ਕੋਮ ਸਿਖਾਓ ਕੋਈ ਬਾਹਰਪੁਰ ਭੇਜੋ ਘਰ ਤੁਹਾਡੀਆਂ ਛੱਤਾਂ ਤੁਹਾਡੀਆਂ ਕੱਚੀਆਂ ਵਾ ਇਹਨੂੰ ਗਾਣਿਆਂ ਦਾ ਸ਼ੌਂਕ ਜੜਿਆ ਟੁੱਟੀ ਛੱਤ ਦਾ ਮਜ਼ਾ ਖੜਾ ਹੈ ਕਿ ਕਿਸੇ ਨੇ ਬੜੀ ਯਾਰ ਜੀ ਮੈਂ ਤੁਹਾਨੂੰ ਬੜੀ ਯਾਰ ਕਹਿੰਦੇ ਆ ਇੱਕ ਵਾਰ ਵੀ ਨਹੀਂ ਵੀ ਇੱਕ ਵਾਰਾ ਬੰਦਾ ਕਹਿ ਫਿਰ ਮਨ ਵੀ ਲੰਦਾ ਬੰਦਾ ਵੀ ਚਲ ਇੱਕ ਅੱਧੀ ਯਾਰੀ ਕਹਿਣਾ ਭਾਈ ਉਹ ਚੀਜ਼ ਵੀ ਬੜੀ ਅਜੀਬ ਹੁੰਦੀ ਹੈ ਨਾ ਜਦੋਂ ਟੁੱਟੀ ਛੱਤ ਕਰਕੇ ਰਿਸ਼ਤੇਦਾਰ ਫੈਮਿਲੀ ਫੰਕਸ਼ਨ ਚ ਬੁਲਾਉਣ ਪੜ ਜਾਂਦੇ ਅਸੀਂ ਇੱਕ ਇੱਕ ਪ੍ਰੋਗਰਾਮ ਤੇ ਗਏ ਤੇ ਮੈਂ ਆਪਣੇ ਰਿਸ਼ਤੇਦਾਰਾਂ ਦੇ ਮੁੰਡਿਆਂ ਲਾਗੇ ਬੈਠ ਗਿਆ ਉਹ ਲੱਗੋ ਉੱਠ ਗਏ ਤੇ ਉਹਨਾਂ ਨੇ ਕਹਿ ਦਿੱਤਾ ਕਹਿੰਦੇ ਵੀ ਇਹਨਾਂ ਨੂੰ ਤਾਂ ਕੱਪੜੇ ਪਾਉਂਦੀ ਆ ਇਕੱਲੀਆਂ ਹੈਗੀ ਇਹਨਾਂ ਨੂੰ ਖਾਨਦਾਨ ਹੀ ਪਤਾ ਇਹਨਾਂ ਨੇ ਸੇਵ ਕੋ ਇਹਨਾਂ ਨੂੰ ਇਹ ਜਿਹੜਾ ਬੜੀਆਂ ਕਹਿੰਦੇ ਇਹਨਾਂ ਦੇ ਨਾਲ ਪਰਮਨੈਂਜ ਲੱਗਦਾ ਵੀ ਇਹ ਮੋਟੀਵੇਸ਼ਨ ਦਿੰਦੀਆਂ ਨੇ ਇਹ ਚੀਜ਼ਾਂ ਬਿਲਕੁਲ ਜੀ ਫਿਰ ਕਹਿੰਦੇ ਆ ਵੀ ਚੇਂਜ ਕਰਨਾ ਸਾਰਾ ਸਿਸਟਮ ਆਪਾਂ ਮੈਂ ਤਾਂ ਇਹੀ ਸੋਚਦਾ ਹਾਂ ਫਿਰ ਕੋਈ ਕਚੀਚੀ ਆਂਦੇ ਆ ਕਿ ਹੁਣ ਬਦਲਾਂਗੇ ਕਿ ਹੁਣ ਹੁਣ ਚੇਂਜ ਕਰਾਂਗੇ ਸਾਰਾ ਕੁਝ ਫਿਰ ਇੱਕ ਚੀਜ਼ ਦੇਖਿਓ ਜ਼ਿੰਦਗੀ ਦੇ ਵਿੱਚ ਨੇ ਦਸਤੂਰ ਆ ਦੁਨੀਆ ਦਾ ਜਦੋਂ ਇਨਸਾਨ ਕੁਝ ਬਣ ਜਾਂਦਾ ਨਾ ਉਹ ਗਾਲ ਵੀ ਕੱਢਦਾ ਨਾ ਗਾਲ ਵੀ ਸ਼ਬਦਾਂ ਕੁਝ ਹੁੰਦੀ ਦੁਨੀਆ ਹਾਂ ਵੀ ਇਹਦੇ ਪਿੱਛੇ ਵੀ ਲੌਜੀਕ ਹੋਗਾ ਫਿਰ ਦੁਨੀਆ ਨੂੰ ਲੌਜੀਕ ਮੈਨੂੰ ਲੱਗਦਾ ਕਿ ਬਾਈ ਅਮੀਰੀ ਲਕੋਇਆਂ ਤੋਂ ਨਹੀਂ ਲੁਕਦੀ ਬਿਲਕੁਲ ਜੀ ਤੇ ਗਰੀਬੀ ਗਰੀਬੀ ਚ ਤੁਸੀਂ ਉਮੀਰੀ ਜਿੰਨੀ ਮਰਜ਼ੀ ਤੇ ਖਾ ਲੋ ਦਿਖਾਇਆ ਤੋਂ ਨਹੀਂ ਦਿਖਦੀ ਕਿਉਂਕਿ ਜੇ ਗਰੀਬ ਬੰਦਾ 10000 ਦਾ ਪੈਂਟ ਕੋਡ ਵੀ ਪਾ ਕੇ ਆਵੇ ਉਹ ਤੋਂ ਮੂਤੋਂ ਗਰੀਬੀ ਦਿਖ ਜਣੀ ਆ ਕਿ ਇਹ ਗਰੀਬ ਆ ਤੇ ਅਮੀਰ ਬੰਦਾ ਜੇ ਪਟਿਆ ਖੋਈ ਪੈਂਟ ਵੀ ਪਾ ਕੇ ਆ ਜੇ ਤੇ ਕਹਣਾ ਕਿ ਬ੍ਰਾਂਡ ਪਾਇਆ ਬ੍ਰਾਂਡ ਪਾਇਆ ਉਸਤਾਦ ਸਹੀ ਇਹ ਗੱਲ ਪੱਕੀ ਆ ਬੱਕੀ ਆ ਮੈਂ ਕੱਲ ਵੀ ਅਸੀਂ ਨਾ ਉੱਥੇ ਇੱਕ ਮਾਰਕੀਟ ਜਿਹਦੇ ਵਿੱਚ ਗਿਆ ਤੁੱਚ ਇੱਕ ਨਾ ਛੋਟੀ ਜਿਹੀ ਕੁੜੀ ਸੀ ਤੇ ਸੋਹਣੀ ਬੜੀ ਉਹ ਬੜਾ ਉਹ ਤੇ ਹੋਸਨ ਪਰਮਾਤਮਾ ਦੀ ਕਿਰਪਾ ਨਾਲ ਮੈਂ ਆਪਣੇ ਦੋਸਤ ਨੇ ਇੱਕ ਗੱਲ ਕਹੀ ਮੈਂ ਕਿਹਾ ਵੀ ਇਹ ਹੋਸਨ ਗਰੀਬੀ ਦੇ ਪਰਦੇ ਪਿੱਛੇ ਮੈਂ ਕਿਹਾ ਲੋਕ ਗਿਆ ਦੇਖ ਲੈ ਜੇ ਹੋ ਕਿਸੇ ਤਕੜੇ ਘਰ ਚ ਹੁੰਦੀ ਕਿੰਨਾ ਹੁਸਨ ਹੋਣਾ ਸੀ ਇਹਦੇ ਤੇ ਗਰੀਬੀ ਗੁਣ ਖਾ ਜਾਂਦੀ ਆ ਟੈਲੈਂਟ ਖਾ ਜਾਂਦੀ ਆ ਨਹੀਂ ਨਹੀਂ ਖਾਂਦੀ ਨਹੀਂ ਖਾਂਦੀ ਪੈਸਾ ਖਾ ਜਾਂਦਾ ਮੈਂ ਇੱਕ ਗੱਲ ਨਹੀਂ ਪੈਸਾ ਵੀ ਨਹੀਂ ਖਾਂਦਾ ਪੈਸਾ ਇਹ ਆ ਵੀ ਬੰਦੇ ਕੋਲ ਜਿੰਦ ਕੋ ਹੁੰਦਾ ਉਹ ਸੋਚਦਾ ਹੀ ਨਹੀਂ ਨਾ ਚੀਜ਼ਾਂ ਬਾਰੇ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਚ ਟੈਲੈਂਟ ਹੈ ਕਿ ਜਿਹੜੇ ਬੰਦੇ ਕੋਲ ਹੈ ਨਹੀਂ ਪੈਸਾ ਉਹ ਫਿਰ ਸੋਚਦਾ ਰਹਿੰਦਾ ਵੀ ਮੈਂ ਕੀ ਇਹੋ ਜਿਹਾ ਕਰਾਂ ਵੀ ਫਿਰ ਜਿਹੜੀ ਆਪਾਂ ਗੱਲ ਕਹਿੰਦੇ ਆ ਕਿ ਜਿਹੜਾ ਟੈਲੈਂਟ ਹੈ ਉਹ ਕੱਚੀਆਂ ਛੱਤਾਂ ਦੇ ਥੱਲੇ ਦਬ ਗਿਆ ਇਹ ਗੱਲ ਕਿਉਂ ਕਹਿੰਦੇ ਆਪਾਂ ਅਸਲ ਦੇ ਵਿੱਚ ਪਤਾ ਕੀ ਗੱਲ ਹੈ ਜੀ ਮੈਂ ਨਾ ਇੱਕ ਗੱਲ ਕਹਿਣਾ ਹੁਣਾ ਵੀ ਇਹ ਲੋਕ ਉਹ ਇਹਨਾਂ ਚੀਜ਼ਾਂ ਨੂੰ ਵਰਤਦੇ ਆ ਜਿੰਨਾ ਜ਼ਿੰਦਗੀ ਦੇ ਵਿੱਚ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਜਿਹੜੇ ਕਹਿ ਦਿੰਦੇ ਆ ਵੀ ਜਿਹੜੇ ਇਹ ਬੰਦਾ ਟੈਲੈਂਟਡ ਸੀ ਗਰੀਬੀ ਥੱਲੇ ਦੱਬ ਗਿਆ ਕਿਉਂ ਦੱਬ ਗਿਆ ਬਈ ਪਰਮਾਤਮਾ ਜਦੋਂ ਇੱਕ ਗੱਲ ਕਹਿ ਰਿਹਾ ਵੀ ਤੂੰ ਮੇਰੇ ਨਾਲ ਇੱਕ ਕਦਮ ਚੱਲ ਕੇ ਆ ਮੈਂ ਹਜ਼ਾਰ ਕਦਮ ਚੱਲਦਾ ਉਹਦੀ ਕੋਸ਼ਿਸ਼ 'ਚ ਕਮੀ ਹੈ ਉਹਦੀ ਕੋਸ਼ਿਸ਼ 'ਚ ਕਮੀ ਹੈ ਜੀ ਆਪਾਂ ਆਪਣੀ ਮਿਹਨਤ ਕਰ ਰਹੇ ਮੇਰੇ ਸਰ ਨੇ ਜਿੱਦਨ ਮੈਂ ਯੂਨੀਵਰਸਿਟੀ ਆਇਆ ਸੀ ਨਾ ਜੀ ਜਿਨ੍ਹਾਂ ਨੇ ਮੇਰੀ ਐਡਮਿਸ਼ਨ ਕਰਵਾਈ ਸੀ ਮੈਨੂੰ ਫੋਨ ਕੀਤਾ ਉਹਨਾਂ ਦੂਜੇ ਤੀਜੇ ਦਿਨ ਕਿਹਦੇ ਸੇਵਕ ਕਿੱਥੇ ਆ ਮੈਂ ਕਿਹਾ ਜੀ ਗਰਾਊਂਡ 'ਚ ਬੈਠਾ ਹੂੰ ਕਹਿੰਦੇ ਲਾਇਬ੍ਰੇਰੀ ਜਾਣਾ ਮੈਂ ਕਿਹਾ ਨਹੀਂ ਜੀ ਹੂੰ ਕਹਿੰਦੇ ਮੇਰੀ ਗੱਲ ਸੁਣ ਮੈਂ ਰੋਟੀ ਪਲੇਟ 'ਚ ਪਾ ਕੇ ਦਿੱਤੀ ਆ ਬੁਰਕੀਆਂ ਨਹੀਂ ਮੈਂ ਦੇਣੀ ਉਹਨਾਂ ਕਦੀ ਇੱਕ ਗੱਲ ਸਿੱਧੀ ਨਹੀਂ ਉਹਨਾਂ ਕਹਣੀ ਗੱਲ ਕਮਾ ਕੇ ਵੀ ਸੋਚ ਮੈਂ ਕੀ ਕਹਿ ਗਿਆ ਵੀ ਉਹਨਾਂ ਨੇ ਕਹਿਤਾ ਵੀ ਮੈਂ ਮਾਹੌਲ ਦੇਤਾ ਪੁੱਤ ਇਹ ਚੋਂ ਕੱਢ ਕੀ ਕੱਢ ਸਕਦਾ ਤੂੰ ਇਹ ਵੀ ਗੱਲ ਹੁੰਦੀ ਆ ਕਿ ਪ੍ਰਮਾਤਮਾ ਸਾਨੂੰ ਮੌਕੇ ਦਿੰਦਾ ਸੀ ਸਮਝ ਨਹੀਂ ਪਾਂਦੇ ਬਿਲਕੁਲ ਜੀ ਬਿਲਕੁਲ ਪਹਿਚਾਨ ਨਹੀਂ ਪਾਂਦੇ ਤੁਸੀਂ ਪਹਿਚਾਣੇ ਬਿਲਕੁਲ ਜੀ ਉਹ ਇਹ ਉਦੋਂ ਵੀ ਹੋਣੇ ਬ ਇਹ ਉਦੋਂ ਵੀ ਉਹ ਇਹ ਵੀ ਉਹਦੇ ਹੱਥ ਚ ਉਹਦੇ ਹੱਥ ਆਦੀ ਸਭ ਕੁਝ ਕਈ ਵਾਰ ਦੇਖੋ ਕਈ ਐਸੇ ਆਰਟਿਸਟ ਹੋਇਆ ਅੱਖ ਦੇ ਚਮਕੇ ਨਾਲ ਅੱਗੇ ਆਇਆ ਅੱਖ ਦੇ ਚਮਕੇ ਨਾਲ ਗਾਇਬ ਹੋ ਗਏ ਕੁਝ ਲੋਕ ਇਹੋ ਜਿਹੇ ਵੀ ਹੈਗੇ ਆ ਮਰ ਵੀ ਗਏ ਆ ਤਾਂ ਵੀ ਉਹਨਾਂ ਦੇ ਨਾਮ ਚਿੱਤੇ ਆ ਦੁਨੀਆ ਨੂੰ ਕਿਉਂ ਚਿੱਤੇ ਆ ਕਿਉਂਕਿ ਉਹਨੇ ਚਾਇਆ ਹੈ ਹੂੰ ਕੁਸ਼ਕਾਰ ਜੈਸੇ ਕਰਾ ਦਿੰਦਾ ਪਰਮਾਤਮਾ ਜਿਹੜੇ ਲੋਕਾਂ ਦੇ ਤੰਨੇ ਮੇਨੇ ਹੁੰਦੇ ਨੇ ਜਾਂ ਲੋਕਾਂ ਦੀ ਨੈਗੇਟਿਵਿਟੀ ਹੁੰਦੀਆਂ ਨੇ ਆ ਸਾਡੇ ਘਰਾਂ ਦੀਆਂ ਕੱਚੀਆਂ ਛੱਤਾਂ ਹੁੰਦੀਆਂ ਨੇ ਇਹ ਹਰ ਇੱਕ ਮਨ ਨੂੰ ਲੱਗਦਾ ਕਿ ਇਹ ਇਹਨਾਂ ਚੀਜ਼ਾਂ ਦਾ ਜ਼ਿੰਦਗੀ 'ਚ ਵੀ ਹੋਣਾ ਕਿਤੇ ਨਾ ਕਿਤੇ ਜ਼ਰੂਰੀ ਹੈ ਜੇ ਬੰਦਾ ਵੱਡੇ ਲੈਵਲ ਤੇ ਜਾਣਾ ਚਾਹੁੰਦਾ ਹੈ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਉਂਕਿ ਮੈਂ ਇੱਕ ਗੱਲ ਕਹਿਣਾ ਹੁਣਾ ਵੀ ਬੰਦਾ ਨਾ ਫਿਜ਼ੀਕਲੀ ਫਾਰਗ ਹੋਵੇ ਨਾ ਹੋਵੇ ਮੈਂਟਲੀ ਫਾਰਗ ਹੋਣਾ ਬਹੁਤ ਜ਼ਰੂਰੀ ਹੈ ਹੂੰ ਸੋ ਜਿਹੜੀਆਂ ਇਹ ਚੀਜ਼ਾਂ ਨਾ ਕਿਤੇ ਨਾ ਕਿਤੇ ਬੰਦੇ ਨੂੰ ਪਰ ਮੈਂਟਲੀ ਇਹ ਝੋੜ ਦੇ ਜਾਂਦੀਆਂ ਹਨ ਗਰੀਬੀ ਹੋ ਗਈ ਬਿਮਾਰੀ ਕਈ ਬੰਦੇ ਨੈਗੇਟਿਵ ਹੋ ਜਾਂਦੇ ਨਾ ਹੋ ਜਾਂਦਾ ਬਹੁਤ ਜ਼ਿਆਦਾ ਉਹ ਕਹਿੰਦੇ ਮੈਂ ਤਾਂ ਗਰੀਬ ਹਾਂ ਮੈਂ ਕੀ ਕਰ ਲਵਾਂ ਮੈਂ ਕੀ ਕਰ ਲਵਾਂ ਮੇਨ ਮੇਨ ਸਭ ਤੋਂ ਮੇਨ ਆਪਣੇ ਆ ਜਾਂਦੀ ਹੈ ਜ਼ਿਆਦਾਤਰ ਪੈਸਾ ਮੇਰੇ ਕੋਲ ਪੈਸਾ ਨਹੀਂ ਹੈਗਾ ਮੈਨੂੰ ਪਰ ਇੰਜ ਲੱਗਦਾ ਮੇਰੀ ਜ਼ਿੰਦਗੀ ਜਿਵੇਂ ਜਿਵੇਂ ਹੋਇਆ ਤੇ ਜਦੋਂ ਬੰਦਾ ਅੱਗੇ-ਅੱਗੇ ਚੱਲਦਾ ਨਾ ਪਰਮਾਤਮਾ ਦੀ ਕਿਰਪਾ ਨਾਲ ਉਹ ਪਤਾ ਹੀ ਨਹੀਂ ਲੱਗਦਾ ਬੰਦੇ ਨੂੰ ਕੀ ਹੋ ਜਾਂਦਾ ਕਿਵੇਂ ਹੋ ਜਾਂਦਾ ਉਹ ਆਪ ਹੀ ਸਾਰਾ ਕੁਝ ਕਰਾ ਦਿੰਦਾ ਉਹ ਸੋਭਾ ਬੰਦੇ ਨੂੰ ਤੁਸੀਂ ਕਿਹੜੀ-ਕਿਹੜੀ ਚੀਜ਼ਾਂ ਤੇ ਗੀਤ ਲਿਖ ਚੁੱਕੇ ਹੋ ਬਾਈ ਹੁਣ ਤੱਕ ਮੈਂ ਜੀ ਕੋਸ਼ਿਸ਼ ਤੇ ਹਰ ਇੱਕ ਚੀਜ਼ ਤੇ ਕੀਤੀ ਹੈ ਵੀ ਹਰ ਇੱਕ ਜਿਹੜਾ ਜ਼ਿਆਦਾਤਰ ਪਿਆਰ ਤੇ ਕੁਝ ਸੁਣਾਓ ਸਾਨੂੰ ਕੁਝ ਪਿਆਰ ਤੇ ਸੁਣਾਓ ਕੁਝ ਯਾਰੀ ਦੋਸਤੀ ਤੇ ਸੁਣਾਓ ਸਾਨੂੰ ਕੁਝ ਫੈਮਿਲੀ ਤੇ ਪਿਆਰ ਤੇ ਕੁਝ ਥੋੜੇ ਬਾਪੂ ਜੀ ਨੂੰ ਸੁਣ ਰਿਹਾ ਸੀ ਮੈਂ ਤੇ ਉਹ ਸਪਨਾ ਸੀ ਫੌਜੀ ਬਣਨ ਦਾ ਤੇ ਉਹ ਕਹਿੰਦੇ ਕਿ ਮੇਰੇ ਪੁੱਤ ਨੂੰ ਕਦੇ ਐਵੇਂ ਨਾ ਲੱਗੇ ਕਿ ਕੀ ਮੇਰਾ ਬਾਪੂ ਮੇਰੇ ਲਈ ਕੁਝ ਨਹੀਂ ਕਰ ਰਿਹਾ ਤੇ ਵੀ ਇਹਨੂੰ ਐਵੇਂ ਨਾ ਲੱਗੇ ਕਿ ਵੀ ਇਹ ਮੈਨੂੰ ਰੋਕ ਰਹੇ ਨੇ ਜਾਂ ਫਿਰ ਮੇਰੇ ਬਾਪੂ ਨੂੰ ਬੁਰਾ ਲੱਗੂਗਾ ਕਹਿੰਦੇ ਮੈਂ ਉਹਨੂੰ ਹਮੇਸ਼ਾ ਅਹਿਸਾਸ ਕਰਾਇਆ ਕਿ ਨਹੀਂ ਪੁੱਤ ਜੋ ਤੂੰ ਕਰਨਾ ਚਾਹੁੰਦਾ ਮੈਨੂੰ ਮਨਜ਼ੂਰਾ ਬਿਲਕੁਲ ਉਹ ਇਹੋ ਜੀ ਚੀਜ਼ ਨਾ ਮੈਂ ਇੱਕ ਇੱਕ ਰਾਂ ਇੱਕ ਗਾਣਾ ਕਰਨਾ ਸੀ ਛੋਟਾ ਜਿਹਾ ਜਦੋਂ ਉਮਰ ਹੁੰਦੀ ਤਾਂ ਤੁਹਾਨੂੰ ਪਤਾ ਉਹਦਾ ਜਿਹੜਾ ਕਹਿਦੇ ਉਧਰ ਨੂੰ ਹੀ ਬੱਚਾ ਤੁਰ ਪੈਂਦਾ ਤੇ ਮੈਂ ਉਹਨਾਂ ਨੂੰ ਕਹਤਾ ਮੈਂ ਕਾ ਵੀ ਮੈਨੂੰ ਵੀ ਤੇ ਕਹਿੰਦੇ ਚਲੋ ਕੋਈ ਨਹੀਂ ਕਰ ਦਿੰਨੇ ਆ ਫਿਰ ਮੈਂ ਗਿਆ ਬਾਹਰ ਫਿਰਨਾ ਤੇ ਉੱਥੇ ਮੇਰੇ ਫੇਰ ਦਿਮਾਗ 'ਚ ਆਇਆ ਵੀ ਮੇਰੇ ਘਰ ਦੇ ਕੋਈ ਕਿੜੇ ਹੈਗੇ ਵੀ ਉਹਨਾਂ ਦਾ ਵਿਆਜ ਹੀ ਚੁਕਣੇ ਫਿਰ ਉੱਥੇ ਫੇਰੇ ਚੀਜ਼ ਛੱਡੀ ਮੈਂ ਪਰ ਇਹ ਇਹ ਚੀਜ਼ ਆ ਵੀ ਇਹ ਖਿਆਲ ਚਲੋ ਪਰਮਾਤਮਾ ਬਖਸ਼ੀ ਗਿਆ ਕੁਝ ਮੇਰੇ ਮਾਪਿਓ ਨੇ ਐਸੀ ਸਿੱਖਿਆ ਦਿੱਤੀ ਸੀ ਮੈਨੂੰ ਵੀ ਕਦੇ ਮਜਬੂਰ ਨਾ ਕਰੋਂ ਮਾਪਿਓ ਨੂੰ ਮੈਂ ਸਾਰਿਆਂ ਨੂੰ ਇਹ ਗੱਲ ਕਦੇ ਬਾਪੂ ਨੂੰ ਦੇਖ ਕੇ ਮਾਤਾ ਨੂੰ ਦੇਖ ਕੇ ਜਾਂ ਘਰ ਨੂੰ ਦੇਖ ਕੇ ਲਿਖਿਆ ਕਰੇ ਕੁਝ ਬਿਲਕੁਲ ਜੀ ਕਈ ਚੀਜ਼ਾਂ ਉਹ ਦਿਨਾਂ ਦੇ ਮਾਗ ਦੇ ਵਿੱਚ ਮੈਂ ਹੁਣ ਇੱਕ ਮੈਂ ਗਾਣਾ ਲਿਖਿਆ ਸੀ ਮੇਰੇ ਨਾਲ ਜਦੋਂ ਹੋਈਆਂ ਸਾਰੀਆਂ ਚੀਜ਼ਾਂ ਉਹ ਹੈਗਾ ਸੀ ਗਾਣਾ ਹੁਣ ਮੈਨੂੰ ਜਿਆਦੀਆਂ ਚੀਜ਼ਾਂ ਯਾਦ ਨਹੀਂ ਆ ਜਿਵੇਂ ਜਿਵੇਂ ਆਈ ਜਾਉਂਗੀਆਂ ਚੀਜ਼ਾਂ ਦਿਮਾਗ 'ਚ ਤੇ ਇੱਕ ਮੇਰੇ ਬਾਪੂ ਵਾਸਤੇ ਮੈਂ ਲਿਖਿਆ ਸੀ ਹੌ ਲੱਖਾਂ ਦੀ ਗਿਣਤੀ ਵਿੱਚ ਮੇਰੇ ਯਾਰ ਬਣੇ ਮੇਰੇ ਬਾਪੂ ਵਰਗਾ ਮੇਰਾ ਕੋਈ ਯਾਰ ਨਹੀਂ ਬਣਿਆ ਹੌ ਲਖਾਂ ਦੀ ਗਿਣਤੀ ਵਿੱਚ ਮੇਰੇ ਯਾਰ ਬਣੇ ਮੇਰੇ ਬਾਪੂ ਵਰਗਾ ਮੇਰਾ ਕੋਈ ਯਾਰ ਨਹੀਂ ਬਣਿਆ ਉਹ ਸਾਰਾ ਦਿਨ ਤੇਰਾ ਮਿੱਟੀ ਦੇ ਨਾਲ ਮਿੱਟੀ ਹੋਣਾ ਜਦੋਂ ਯਾਦ ਆਉਂਦੇ ਉਹ ਦਿਨ ਤੇ ਮੇਰਾ ਨਿਕਲੇ ਰੋਣਾ ਉਹ ਸਾਰਾ ਦਿਨ ਤੇਰਾ ਮਿੱਟੀ ਦੇ ਨਾਲ ਮਿੱਟੀ ਹੋਣਾ ਜਦੋਂ ਯਾਦ ਆਉਂਦੇ ਉਹ ਦਿਨ ਤੇ ਮੇਰਾ ਨਿਕਲੇ ਰੋਣਾ ਹਾ ਸਾਈਕਲਾਂ ਉੱਪਰ ਬਿਠਾ ਕੇ ਕਲਾਸਾਂ ਲਵਾਈਆਂ ਨੇ ਅੱਜ ਦੁਨੀਆ ਮੂਰ ਐਵੇਂ ਮੈਂ ਸਰਦਾਰ ਨਹੀਂ ਬਣਿਆ ਹਾਂ ਲੱਖਾਂ ਦੀ ਗਿਣਤੀ ਵਿੱਚ ਮੇਰੇ ਯਾਰ ਬਣੇ ਮੇਰੇ ਬਾਪੂ ਵਰਗਾ ਮੇਰਾ ਕੋਈ ਯਾਰ ਨਹੀਂ ਬਣਿਆ ਮੈਨੂੰ ਲੱਗਦਾ ਕਿ ਬਾਪੂ ਨਾਲੋਂ ਜ਼ਿਆਦਾ ਵਧੀਆ ਯਾਰ ਕੋਈ ਬਣ ਵੀ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਜਿੰਨਾ ਮਰਜੀ ਕੋਈ ਯਾਰ ਪੱਕਾ ਹੋਵੇ ਤੇ ਬਾਪੂ ਦੇ ਬਾਪੂ ਆ ਬਿਲਕੁਲ ਜੀ ਬਾਪੂ ਇੱਕ ਮੈਨੂੰ ਇਹ ਲੱਗਦਾ ਕਿ ਬਾਪੂ ਸ਼ਾਇਦ ਥੋੜਾ ਮੂੰਹ ਪੜ ਸਕਦਾ ਬਿਲਕੁਲ ਜੀ ਹਨਾ ਕਿ ਮੈਨੂੰ ਦੱਸ ਰਹੀ ਸੀ ਕਹਿੰਦੇ ਗੁਰਸੇਵਕ ਸੋਰੀ ਮੈਂ ਵੀਡੀਓ ਦੇਖ ਰਿਹਾ ਸੀ ਦੱਸਿਆ ਨਹੀਂ ਉਹਨਾਂ ਨੇ ਤੇ ਮੈਂ ਸੁਣਿਆ ਤੇ ਉਹ ਕਹਿ ਰਹੇ ਸੀ ਕਿ ਕਹਿੰਦੇ ਵੀ ਮੂੰਹ ਪੜ ਕੇ ਪਤਾ ਲੱਗ ਜਾਂਦਾ ਹੈ ਕਿ ਕਦੋਂ ਕੀ ਚਾਹੀਦਾ ਵੇ ਕੀ ਦਿੱਕਤ ਆ ਹਨਾ ਕਦੇ ਹੋਈ ਐਵੇਂ ਦੀ ਸਿਚੁਏਸ਼ਨ ਕਿ ਮਨ 'ਚ ਕੁਝ ਹੋਵੇ ਤੇ ਬਾਪੂ ਨੂੰ ਦੱਸਣਾ ਨਹੀਂ ਕਹਿੰਦਾ ਤੁਹਾਨੂੰ ਪਤਾ ਕੀ ਕਿਤੇ ਨਾ ਕਿਤੇ ਰੀਸੈਂਟਲੀ ਹਾਂ ਰੀਸੈਂਟਲੀ ਮੈਂ ਘਰੇ ਗਿਆ ਆਪਣੇ ਤੇ ਮੈਂ ਨਾ ਉੱਥੇ ਏਦਾਂ ਬੈਠਾ ਤੇ ਉਹ ਅਫਸੈਟ ਹੋ ਜਾ ਚੱਲੰਦਾ ਸੀ ਕੁਝ ਦਿਨਾਂ ਤੋਂ ਮੈਂ ਤੇ ਡੈਡੀ ਆਏ ਕੋਲ ਕਹਿੰਦੇ ਕੀ ਹੋਇਆ ਹਾਂ ਮੈਂ ਕਿਹਾ ਕੁਛ ਨਹੀਂ ਪੈਸੇ ਦੀ ਜ਼ਰੂਰਤ ਹੈ ਕਹਿੰਦੇ ਕਹਿੰਦੇ ਸੀ ਝੋਨਾ ਲਾਇਆ ਕਹਿੰਦੇ ਦੱਸ ਤੈਨੂੰ ਦੇ ਦਿੰਨੇ ਹਾਂ ਮੈਂ ਕਿਹਾ ਨਹੀਂ ਪੈਸੇ ਬਾਪੂ ਕਹਿੰਦਾ ਝੋਨਾ ਲਾਇਆ ਦੱਸ ਕਿੰਨੇ ਚਾਹੀਦੇ ਅਸੀਂ ਦੇ ਦਿੰਨੇ ਆ ਵੀ ਤੂੰ ਜਿੰਨੇ ਵੀ ਤੈਨੂੰ ਪੈਸੇ ਚਾਹੀਦੇ ਆ ਕੇ ਅਸੀਂ ਦੇ ਦਿੰਨੇ ਆ ਮੈਂ ਕਿਹਾ ਨਹੀਂ ਨਹੀਂ ਮੈਂ ਕਿਹਾ ਪੈਸੇ ਨਹੀਂ ਤੇ ਕੋਈ ਚੈੱਕ ਕਰਨੀ ਆ ਫਿਰ ਮੇਰਾ ਨਾ ਰੋਣ ਜਾ ਨ ਮੈਂ ਹਮੇਸ਼ਾ ਮਨ ਨੂੰ ਸਕੂਨ ਨਹੀਂ ਮਿਲਦਾ ਕיו ਕਿ ਸਕੂਨ ਤਾਂ ਨਹੀਂ ਮਿਲਦਾ ਹੁਣ ਮੈਂ ਇੱਥੇ ਵੀ ਆਇਆ ਨਾ ਧਿਆਨ ਮੇਰਾ ਘਰੇ ਰਹਿੰਦਾ ਜਦੋਂ ਆਪ ਮੈਂ ਇੱਥੇ ਮੰਨ ਕੇ ਚਲੋ ਹੁਣ ਆਪਾਂ ਇੱਥੇ ਆਏ ਆ ਇੱਥੇ ਵਧੀਆ ਮਾਹੌਲ ਆ ਮੈਂ ਤਾਂ ਟੌਰ ਨਾ ਬੈਠਾ ਇੱਥੇ ਮੈਂ ਇਹ ਸੋਚਦਾ ਨਾ ਵੀ ਯਾਰ ਉਹ ਅਜੇ ਵੀ ਦਿਹਾੜੀ ਲਾਉਂਦੇ ਹੋਣੇ ਆ ਐਨਾ ਟਾਈਮ ਹੋ ਗਿਆ ਤੇ ਪਤਾ ਨਹੀਂ ਪੈਸੇ ਅਗਲੇ ਨੇ ਦਿੱਤੇ ਆ ਕਿ ਨਹੀਂ ਦਿੱਤੇ ਇਹ ਚੀਜ਼ਾਂ ਮੈਨੂੰ ਨਾ ਸਕੂਨ ਨਹੀਂ ਮੈਂ ਇੱਕ ਗੱਲ ਹੀ ਕਹਿਣਾ ਨਾ ਵੀ ਹੁਣ ਜਦੋਂ ਬੰਦਾ ਸਾਰੇ ਪਾਸਿਓਂ ਟੁੱਟਦਾ ਆ ਜਾਣਾ ਉਹ ਕਹਿੰਦਾ ਨਹੀਂ ਹੁੰਦਾ ਕਿ ਸਕੂਨ ਨਹੀਂ ਮਿਲਿਆ ਛਾੜ ਕੇ ਦੇਖਿਆ ਪੱਲੇ ਨੂੰ ਇਥੋਂ ਤਿੱਕਰ ਜੱਗ ਦੇ ਉੱਤੇ ਥੱਲੇ ਨੂੰ ਸਕੂਨ ਨਹੀਂ ਮਿਲਿਆ ਛਾੜ ਕੇ ਦੇਖਿਆ ਪੱਲੇ ਨੂੰ ਇਥੋਂ ਤਿੱਕਰ ਜੱਗ ਦੇ ਉੱਤੇ ਥੱਲੇ ਨੂੰ ਐਸੇ ਕਰਕੇ ਖਿਹੜਾ ਛੜਦਾ ਭੀੜਾਂ ਦਾ ਕੱਲੇ ਵਿੱਚੋਂ ਲੱਭਦਾ ਫਿਰਦਾ ਕੱਲੇ ਨੂੰ ਜਦੋਂ ਜਦੋਂ ਬੰਦਾ ਸਾਰੇ ਪਾਸਿਓਂ ਝੋੜਿਆ ਜਾਂਦਾ ਨਾ ਵੀ ਅੱਛਾ ਯਾਰ ਐਕਸਪੀਡੇਸ਼ਨ ਰੱਖ ਲੈਂਦਾ ਆਪਾਂ ਓਵਰ ਰੱਖ ਲੈਨੇ ਕਿਸੇ ਨੂੰ ਉਹੀ ਬੰਦਾ ਮਾੜੀ ਕਰ ਦਿੰਦਾ ਫਿਰ ਬੰਦਾ ਸੋਦਾ ਜਾਂਦਾ ਵੀ ਯਾਰ ਕੀ ਕਰਾਂ ਮੈਂ ਹੁਣ ਜੇ ਐਵੇਂ ਦੇ ਦਿਨ ਮੇਰੇ ਤੇ ਚੱਲ ਰਹੇ ਸੀ ਫੋਨ ਨੰਬਰ ਕੱਢਾਂ ਵੀ ਇਹਨੂੰ ਫੋਨ ਲਾਉਣਾ ਫਿਰ ਸਕਿਪ ਕਰ ਦੇਈਦਾ ਸਾਰਾ ਕੁਝ ਮਾਪਿਆਂ ਨੂੰ ਦੱਸਣਾ ਦਿਲ ਨਹੀਂ ਕਰਦਾ ਵੀ ਉਹ ਤਾਂ ਉਂ ਮੇਰੀ ਸ਼ਕਲ ਦੇਖ ਕੇ ਟੈਨਸ਼ਨ ਲੈ ਜਾਂਦੇ ਆ ਇੱਕ ਬੱਚੇ 'ਚ ਨਾ ਇੱਕ ਜਿੱਦ ਹੁੰਦੀ ਆ ਜਿਵੇਂ ਜਿਵੇਂ ਕਿਸੇ ਬੱਚੇ ਨੇ ਸੋਚਿਆ ਕਿ ਮੈਂ ਕਲਾਕਾਰ ਬਣਨਾ ਹਾਂਜੀ ਤੇ ਫਿਰ ਉਹ ਆਪਣੇ ਮਾਪੇ-ਵਾਪੇ ਦੇ ਨਾਲ ਇੱਕ ਜਿੱਦ ਕਰਦਾ ਕਿ ਮੈਂ ਬਣਨਾ ਭਾਈ ਕਲਾਕਾਰ ਹਾਂਜੀ ਮੇਰੀ ਆਵਾਜ਼ ਵੀ ਸਹੀ ਆ ਤੇ ਲੋਕ ਮੈਨੂੰ ਸੁਣਦੇ ਨੇ ਮੈਨੂੰ ਚਾਹੀਦਾ ਲੱਖ ਰੁਪਿਆ ਹਾਂਜੀ ਮੈਂ ਕੱਢਣੀ ਆ ਕੈਸਟ ਹਾਂਜੀ ਕਿਉਂਕਿ ਉਹਦੇ ਦਿਮਾਗ 'ਚ ਇਹੀ ਚੀਜ਼ ਬੈਠੀ ਹੁੰਦੀ ਆ ਕਿ ਕੈਸਟ ਕੱਢ ਕੇ ਜਾਂ ਵੀਡੀਓ ਕਰਕੇ ਹੀ ਮੈਂ ਕਲਾਕਾਰ ਬਣ ਸਕਦਾ ਪਰ ਤੁਸੀਂ ਇਹ ਚੀਜ਼ਾਂ ਨਹੀਂ ਕੀਤੀਆਂ ਨਹੀਂ ਜੀ ਉਹ ਕੀ ਸੋਚਣੀ ਸੀ ਉਹ ਸੋਚਣੀ ਆਈ ਸੀ ਕਿਉਂਕਿ ਮੈਨੂੰ ਪਤਾ ਸੀ ਵੀ ਮੇਰੇ ਮਾਪਿਆਂ ਕੋਲ ਹੈ ਨਹੀਂ ਮਿਡਲ ਕਲਾਸ ਫੈਮਿਲੀ ਦੇ ਵਿੱਚ ਬੱਚੇ ਨੂੰ ਸਭ ਤੋਂ ਪਹਿਲਾਂ ਚੀਜ਼ ਹੀ ਇਹ ਸਿਖਾਈ ਜਾਂਦੀ ਆ ਕਿ ਇੰਨਾ ਕੀ ਆ ਪੁੱਤ ਦੇਖ ਲੈ ਕਿਵੇਂ ਡਾਉਣਾ ਇੱਕ ਛਟਕੇ ਜਿਹਾ ਵੀ ਉੱਡ ਜਾਊਗਾ ਤੁਸੀਂ ਮੰਨੋ ਕਿ ਇੱਕ ਵਾਰ ਮੈਨੂੰ ਟੀ-ਸ਼ਰਟ ਲੈਣ ਭੇਜਤਾ ਮੰਮੀ ਨੇ ਉਹ ਜਾ ਟੀ-ਸ਼ਰਟ ਲਾਇਆ ਸ਼ਹਿਰੋਂ ਮੈਂ ਗਿਆ 300 ਰੁਪਏ ਮੇਰੀ ਜੇਬ ਦੇ ਵਿੱਚ ਗਿਆ ਸਾਰਾ ਸ਼ਹਿਰ ਘੁੰਮਿਆ ਵਰਤਨ ਨੂੰ ਦੇ ਲਈ ਨਹੀਂ ਕੀਤਾ ਮਿਲਿਆ ਕੇ 300 ਰੁਪਏ ਮੰਮੀ ਨੂੰ ਫੜਾਤਾ ਕਹਿੰਦੇ ਤੂੰ ਲੈ ਆਂਦਾ ਟੀ-ਸ਼ਰਟ ਮੈਂ ਕਿਹਾ ਮੇਰਾ ਦਿਲ ਨਹੀਂ ਕਰਦਾ ਲੈਣ ਨੂੰ ਮੇਰੇ ਦਿਮਾਗ 'ਚ ਸ਼ੁਰੂ ਤੋਂ ਹੀ ਇਹ ਚੀਜ਼ਾਂ ਚੱਲਦੇ ਰਹ 150 ਰੁਪਿਆ ਦਿਹਾੜੀ ਆ 250 ਰੁਪਿਆ ਦਿਹਾੜੀ ਆ ਉਹ ਜੋ ਕੀ ਦੱਸ ਉਹਦੇ ਵਿੱਚ ਸਮਾਨ ਵੀ ਆਉਣਾ ਹੋਗਾ ਮੈਨੂੰ ਲੱਗਦਾ ਕਿ ਸਾਡਾ ਮੀਟਿੰਗ ਕਲਾਸਾਂ ਦਾ ਸਭ ਤੋਂ ਵੱਡਾ ਦੁਖੀ ਇਹੀ ਆ ਇਹੀ ਆ ਜੀ ਸਭ ਤੋਂ ਮੇਨ ਗੱਲ ਇੱਕ ਕੀ ਹੁੰਦਾ ਮਿਹਨਤ ਕਰੀ ਜਾਂਦਾ ਬੰਦਾ ਉਹ ਅਗਲਾ ਬੰਦਾ ਜਿਹੜਾ ਪੈਸੇ ਨਹੀਂ ਦਿੰਦਾ ਫੇਰ ਦੇਲ ਦੁਖੀ ਇੱਕ ਵਾਰ ਦੀ ਗੱਲ ਆ ਮੈਂ ਜਦੋਂ ਬਾਪੂ ਬਗੈਰ ਦਿਹਾੜੀ ਬਗੈਰ ਪੈਸੇ ਲਗਾਏ ਤਾਂ ਕਦੇ ਘਰੇ ਆਇਆ ਬੜੀ ਵਾਰ ਫਿਰ ਉਹ ਉਦਾਸ ਹੋ ਕੇ ਬੈਠ ਜਾਂਦਾ ਵੀ ਉਹ ਇੰਨਾ ਕੰਮ ਕੀਤਾ ਫਿਰ ਮੈਂ ਵੀ ਦੁਖੀ ਹੋ ਜਾਂਦਾ ਵੀ ਇੰਨਾ ਕੰਮ ਕਰਕੇ ਵੀ ਨਹੀਂ ਯਾਰ ਬੰਦੇ ਨੂੰ ਪੈਸੇ ਦੇ ਰਹੇ ਇਹ ਲੋਕਾਂ ਉਂਝ ਉਂਝ ਖਰਚੇ ਕਰਨ ਵਾਸਤੇ ਦੁਨੀਆ ਕੋਲ ਬਹੁਤ ਪੈਸਾ ਆਇਆ। ਆ ਕਿਸੇ ਦੀ ਮਿਹਨਤ ਦੇ ਨਾਸਤੇ ਪੈਸਾ ਨਹੀਂ ਹੈਗਾ। ਜ਼ਿਆਦਾਤਰ ਮੈਨੂੰ ਲੱਗਦਾ ਕਿ ਦਿਹਾੜੀਦਾਰ ਬੰਦੇ ਨਾਲ ਲੋਕ ਐਵੇਂ ਕਰ ਜਾਂਦੇ ਨੇ ਯਾਰ। ਤੁਸੀਂ ਹਰੇਕ ਹਰੇਕ ਫਿਰ ਉਹ ਕਹਿ ਦਿੰਦੇ ਨੇ ਕਿ ਕੱਲੂ ਐਤਵਾਰ ਆ ਗਿਆ ਜੀ। ਭਾਵੇਂ ਜੇਬ 'ਚ ਮੈਂ ਕਹਿੰਨਾ ਵੀ ਬੰਦੇ ਨੂੰ ਦਿਹਾੜੀ 500 ਹੀ ਦੇਣੀ ਆ ਤੇ ਜੇਬ 'ਚ 5000 ਰੁਪਇਆ ਹੋਵੇ ਤੇ ਇਹਨਾਂ ਨੂੰ ਉਹਦੇ 500 ਦੇਣ ਪਿੱਛੇ ਕਹਿ ਦਿੰਦਾ ਕਿ ਕੱਲੂ ਐਤਵਾਰ। ਤੁਸੀਂ ਮੰਨੋ ਕਿ ਮੈਨੂੰ ਨਾ ਹੋ ਸਕਦਾ ਮੈਂ ਗਲਤ ਵੀ ਹੋਵਾਂ ਇਸ ਚੀਜ਼ ਦੇ ਵਿੱਚ ਪਰ ਮੈਨੂੰ ਆਪਣੇ ਤਾ ਮੈਨੂੰ ਸਹੀ ਲੱਗਦਾ। ਦੁਨੀਆ ਕੀ ਕਰਦੀ ਆ ਜੇ ਅਸੀਂ ਇਹ ਇਹ ਚੀਜ਼ ਬੜੀ ਵਰਤਦੀ ਦੁਨੀਆ ਵੀ ਅਸੀਂ ਪੈਸੇ ਨਹੀਂ ਦੇ ਸਕਦੇ ਤੁਹਾਨੂੰ ਕੱਲ ਨੂੰ ਵੀ ਅਸੀਂ ਕੱਲ ਨੂੰ ਲੰਗਰ ਲਾ ਰਹੇ ਆ ਅਸੀਂ ਤੇਰੀ ਦਿਹਾੜੀ ਨਹੀਂ ਦੇਣੀ ਤੇਰੀ ਦਿਹਾੜੀ ਨਹੀਂ ਦੇ ਸਕਦੇ ਅਸੀਂ ਲੰਗਰ ਲਾਉਣਾ ਇਹ ਇਹ ਚੀਜ਼ਾਂ ਦੱਸੋ ਵੀ ਜਿਹਦੇ ਲਈ ਲੰਗਰ ਲਾ ਰਹੇ ਜੇ ਹੂੰ ਉਹਨੇ ਤੇ ਇਹੀ ਗੱਲ ਹੈ ਵੀ ਅਗਲੇ ਦਾ ਹੱਕ ਨਾ ਖਾਓ ਬਈ ਹੱਕ ਦੇ ਦਿਓ ਉਹਨੂੰ ਆ ਦਾ ਬਿਲਕੁਲ ਉਸ ਤੋਂ ਬਾਅਦ ਜਿਹੜਾ ਬਚਦਾ ਉਹ ਡਾਲੋ ਜਿਵੇਂ ਤੁਹਾਡਾ ਦਿਲ ਕਰਦਾ ਜੋ ਕਰਨਾ ਕਰੋ ਬਈ ਤੁਹਾਨੂੰ ਕਿਹੜਾ ਕੋਈ ਮਨਾ ਕਰ ਰਿਹਾ ਪਿਆਰ ਨੂੰ ਕਿਵੇਂ ਸਮਝਦੇ ਹੋ ਬਈ ਪਿਆਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਪਿਆਰ ਵੀਰੇ ਕਿਉਂਕਿ ਗੀਤ ਜਿਹੜੇ ਹੁੰਦੇ ਨੇ ਜਿਹੜੀਆਂ ਲਿਖਤਾਂ ਹੁੰਦੀਆਂ ਨੇ ਯਾਰੀ ਪਿਆਰ ਅਤਿਆਰਾਂ ਦੇ ਵੀ ਆਲੇ-ਦਾਲੇ ਘੁੰਮਦੀਆਂ ਨੇ ਟਰੈਕਟਰਵਾਦ ਦੇ ਆਲੇ-ਦਾਲੇ ਇਹ ਲਿਖਤਾ ਘੁੰਮਦੀਆਂ ਨੇ ਹਾਂਜੀ ਤੁਸੀਂ ਪਿਆਰ ਤੇ ਵੀ ਲਿਖਿਆ ਹੋਊਗਾ ਕੁਝ ਨਾ ਕੁਝ ਤੇ ਜੱਚਦੀ ਗੀਤ ਹੋਣਿਆ ਤੁਹਾਡਾ ਹਾਂਜੀ ਤੇ ਪਹਿਲਾਂ ਸੁਣਾਓ ਤੁਸੀਂ ਫਿਰ ਕਰਦੇ ਆ ਕਿ ਬਿਲਕੁਲ ਜੀ ਹੂੰ ਤੇਰੇ ਮੇਰੇ ਬਾਰੇ ਗੱਲਾਂ ਅਕਸਰ ਹੀ ਸੁਣਦੀਆਂ ਗੱਲਾਂ ਨੂੰ ਸੁਣ ਕੇ ਮੈਂ ਖਾਬਾਂ ਨੂੰ ਬੁਣਦੀਆਂ ਮੇਰੇ ਖਾਬਾਂ ਦੇ ਵਿੱਚ ਤੂੰ ਕੋਈ ਦਿਲ ਵਿੱਚ ਚੋਰ ਨਹੀਂ ਚਨਾ ਤੂੰ ਸੱਚ ਜਿੰਨਾ ਸੋਣਾ ਏ ਤੇਰੇ ਨਾਲ ਕੋਈ ਫੱਬਣੀ ਹੋਰ ਨਹੀਂ ਤੈਨੂੰ ਜੇ ਮੇਰੇ ਨਾਲ ਮੁਹੱਬਤ ਨਾ ਦੱਸ ਦੇ ਕੋਈ ਜੋਰ ਨਹੀਂ ਐਸੀ ਜੀ ਗਾ ਬਹੁਤ ਸੋਹਣਾ ਕੀਤਾ ਇਹ ਤੁਸੀਂ ਕਿਸੇ ਕੁੜੀ ਦੇ ਨਜ਼ਰੀਆਂ ਨਾਲ ਦੇਖਿਆ ਹਾਂਜੀ 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 ਯਾਰ ਲੇਖਕਾਂ ਦੇ ਸ਼ਾਇਰਾਂ ਦੇ ਨਜ਼ਰੀਏ ਵੀ ਅਡੰਡ ਹੁੰਦੇ ਨੇ ਕਦੇ ਉਹਨੂੰ ਕੁੜੀ ਬਣ ਕੇ ਲਿਖਣਾ ਪੈਂਦਾ ਬਿਲਕੁਲ ਜੀ ਤੇ ਕਦੇ ਉਹਨੂੰ ਮੁੰਡਾ ਤੇ ਕਦੇ ਉਹਨੂੰ ਬਜ਼ੁਰਗ ਬਣ ਕੇ ਲਿਖਣਾ ਪੈਂਦਾ ਤੇ ਕਦੇ ਉਹਨੂੰ ਤੁਹਾਡੀ ਇਸ ਗੱਲ ਤੋਂ ਨਾ ਮੇਰੇ ਸਰ ਦੀ ਇੱਕ ਗੱਲ ਚੇਤੇ ਆ ਗਈ ਉਹ ਇੱਕ ਗੱਲ ਕਹਿੰਦੇ ਹੁੰਦੇ ਸੀ ਕਹਿੰਦੇ ਹਰੇਕ ਬੰਦਾ ਇੱਕ ਜ਼ਿੰਦਗੀ ਜੀ ਕੇ ਜਾਂਦਾ ਹੂੰ ਕਹਿੰਦਾ ਇੱਕ ਰਾਈਟਰ ਐਸਾ ਜਦੋਂ ਉਹਨੂੰ ਮੋਟੀਵੇਟ ਕਰਦੇ ਹੁੰਦੇ ਸੀ ਸਕੂਲ ਦੇ ਵਿੱਚ ਉਹ ਇਹੀ ਗੱਲ ਕਹਿੰਦੇ ਨੇ ਮਤਲਬ ਆਪਣੇ ਲੋ ਮੰਨ ਲਓ ਮੇਰੀ ਨਜ਼ਰ 'ਚ ਪੰਪ ਪੰਪ ਹੋਣ ਜਾਂ ਕੋਈ ਚੀਜ਼ ਲਾ ਲੈ ਉਹ ਕਹਿੰਦੇ ਹੁੰਦੇ ਸੀ ਇੱਕ ਰਾਈਟਰ ਐਸੀ ਜ਼ਿੰਦਗੀ ਜੀਂਦਾ ਹੂੰ ਯੋ ਇੱਕ ਜ਼ਿੰਦਗੀ ਦੇ ਵਿੱਚ ਹਜ਼ਾਰ ਦੀਆਂ ਜਿੰਦਗੀਆਂ ਜੀ ਜਾਂਦਾ ਕਿਤੇ ਕਿਸੇ ਦੀ ਮਾਂ ਬਣ ਜਾਂਦਾ ਕਿਤੇ ਕਿਸੇ ਦੀ ਮਸ਼ੂਕ ਬਣ ਜਾਂਦਾ ਕਿਸੇ ਕਿਸ ਦਾ ਕਿਸ ਦਾ ਵੈਰੀ ਬਣਿਆ ਹੁੰਦਾ ਕਿਤੇ ਖੁਦ ਹੀ ਰੱਬ ਬਣ ਕੇ ਬੈਠਾ ਹੁੰਦਾ ਵੀ ਇੱਕ ਰਾਈਟਰ ਕਿੰਨੀਆਂ ਜਿੰਦਗੀਆਂ ਜੀਂਦਾ ਪਿਆਰ ਤੇ ਕੀ ਲਿਖਿਆ ਬਾਈ ਤੁਸੀਂ ਤੇ ਪਿਆਰ ਕੀ ਆ ਤੁਹਾਡੇ ਵਾਸਤੇ ਕਿਵੇਂ ਦੇਖਦੇ ਹੋ ਪਿਆਰ ਨੂੰ ਤੁਸੀਂ ਜਿਵੇਂ ਆਪਾਂ ਗੱਲਾਂ ਕਰ ਰਹੇ ਸੀ ਤੁਸੀਂ ਕਹ ਰਹੇ ਸੀਗੇ ਕਿ ਕਿਸੇ ਕੁੜੀ ਨਾਲ ਪਿਆਰ ਹੋ ਜਾਣਾ ਉਹਨੂੰ ਜਾਨ ਕਹਿ ਦੇਣਾ ਅੱਡੀ ਚੀਜ਼ ਆ ਪਰ ਉਹਨੂੰ ਜਾਨ ਬਣਾ ਲੈਣਾ ਉਹ ਵੱਡੀ ਬਹੁਤ ਵੱਡੀ ਚੀਜ਼ ਆ ਪਿਆਰ ਬਹੁਤ ਸੋਹਣੀ ਚੀਜ਼ ਆ ਜੀ ਸਭ ਤੋਂ ਮੇਨ ਗੱਲ ਤੇ ਕੀ ਲਿਖਿਆ ਪਿਆਰ ਤੇ ਕੁਝ ਲਿਖਿਆ ਤੁਸੀਂ ਤੇ ਇੱਕ ਚੀਜ਼ ਬੜੀ ਚੱਲਦੀ ਆ ਕਿ ਕੁੜੀਆਂ ਨੂੰ ਲੈ ਕੇ ਤੁਸੀਂ ਵੀ ਸ਼ਾਇਦ ਮੈਨੂੰ ਲੱਗਦਾ ਕਿਸੇ ਇੰਟਰਵਿਊ ਚ ਸੁਣਾਇਆ ਸੀ ਤੇ ਅਸੀਂ ਉਹ ਚ ਸੁਣਨੀ ਆ ਤੁਹਾਡੇ ਕੋਲੋਂ ਕਿ ਜਿਵੇਂ ਕੁੜੀਆਂ ਨੂੰ ਕਹਿੰਦੇ ਨੇ ਕਿ ਇਹ ਤਾਂ ਧੋਖੇबाज ਨੇ ਜਾਂ ਫਿਰ ਪਿਆਰ ਨਹੀਂ ਦੇਖਦਾ ਕੁਝ ਜਾਂ ਪਿਆਰੰਨਾ ਹੁੰਦਾ ਇਹ ਮੇਰੇ ਕੁਝ ਕਰਕੇ ਸੀਗਾ ਅ ਲਖਸੀ ਗੇ ਸੁਣਿਆ ਸੀ ਪਿਆਰ ਨਹੀਂ ਲੈਵਲ ਵਿੰਦਾ ਨਾ ਮੂਰੇ ਰੱਖੇ ਯਾਤਾਂ ਨੂੰ ਯਾਰ ਸਾਡੇ ਛੱਡਣ ਤੋਂ ਪਹਿਲਾਂ ਤੁਰਗੇ ਨਾਲ ਅਕਾਤਾਂ ਨੂੰ ਤੇ ਸਾਈਕਲਾਂ ਵਾਲਿਆਂ ਦੇ ਨਾਲ ਕਿੱਥੇ ਲਾਉਂਦੇ ਨਿਤ ਥੱਲੇ ਭਾਲ ਦੇ ਗੱਡੀਆਂ ਜੋ ਜਦੋਂ ਗਰੀਬੀ ਬਣਦੀ ਕੰਧ ਵਿਚਾਲੇ ਵੀਰੇ ਇਸ਼ਕ ਨਿਕਲ ਜਾਂਦਾ ਹੱਡੀਆਂ ਚੋਂ ਓਏ ਹੋਏ ਇਸ਼ਕ ਮੇਰੇ ਵਾਸਤੇ ਬਸ ਇੰਨਾ ਗਿਆ ਬੜਾ ਖਦਰ ਨਾਲ ਇਹ ਯਾਰ ਇਸ਼ਕ ਵਾਸ ਐ ਆਇਆ ਮੇਰੇ ਵਾਸਤੇ ਬਸ ਕਮਾਲ ਹੈ ਯਾਰ ਜਦੋਂ ਗਰੀਬੀ ਆਉਂਦੀ ਜਾਂਣ ਅਗੇ ਇਸ਼ਕ ਉਸਕ ਪੁੱਲ ਜਾਂਦਾ ਬੰਦੇ ਨੂੰ ਮਤਲਬ ਵੜੀ ਸੀਰੇ ਚੀਜ਼ ਹਨ aí ਤੁਸੀਂ ਇਹ ਮਤਲਬ ਪਿਆਰ ਕਾਫੀ ਚੀਜ਼ਾਂ ਨੇ ਹਨਾ ਮਤਲਬ ਇਹ ਚੀਜ਼ਾਂ ਕਰਨ ਵਾਲੀਆਂ ਫਰੇ ਯਾਰ ਦੋਸਤ ਵੀ ਬਣੇ ਜ਼ਿੰਦਗੀ ਚ ਉਹਨਾਂ ਨੇ ਬੜਾ ਕੁਝ ਸਿਖਾਇਆ ਮਤਲਬ ਅੱਗੇ ਅੱਗੇ ਕਿਵੇਂ ਹੁਣ ਜ਼ਿੰਦਗੀ ਚੱਲ ਰਹੀ ਆ ਵਧੀਆ ਚੱਲ ਜਦੋਂ ਅਸੀਂ ਪਿੰਡ ਹੁੰਦੇ ਸੀ ਨਾ ਮੇਰੇ ਦੋਸਤ ਅੱਜ ਵੀ ਮੇਰੇ ਨਾਲ ਆਓ ਸਾਰੇ ਤੇ ਉਹ ਉਹ ਸੱਚੀ ਉਹ ਰੱਬ ਦਾ ਰੂਪ ਹੀ ਆ ਮੇਰੇ ਵਾਸਤੇ ਤਾਂ ਸਾਰੇ ਜਾਣੇ ਕਿਉਂਕਿ ਮੈਂ ਜਦੋਂ گاਉਂਦਾ ਹੁੰਦਾ ਸੀ ਪਿੰਡ ਤੇ ਮੇਰੇ ਵਾਸਤੇ ਟਾਈਮ ਮੰਗਦੇ ਹੁੰਦੇ ਸੀ ਮੇਲਿਆਂ ਚ ਅਸੀਂ ਜਾਣਾ ਸਾਰੇ ਇਕੱਠੇ ਹੋ ਕੇ ਪੂਰੀ ਫੀਲ ਦਵਾਇਓ ਉਹਨਾਂ ਮਨ ਸਟਾਰ ਵਾਲੇ ਵੀ ਤੋਂ ਸਿੰਗਰ ਆ ਬਸ ਇੱਕ ਟੌਪ ਦਾ ਮੈਂ ਜਾਣਾ ਉਹਨਾਂ 10-10 ਮੁੰਡੇ ਨਾਲ ਹੋਣੇ ਮੇਰੇ ਵਧੀਆ ਪਿਆਰ ਉਹਨਾਂ ਦੇ ਨਾਲ ਤੇ ਮੇਰੇ ਵਾਸਤੇ ਨਾ ਟਾਈਮ ਮੰਗਣਾ ਜਦੋਂ ਅਗਲਿਆਂ ਦੇ ਜਾ ਕੇ ਤਰਲੇ ਪਾਉਣੇ ਤੇ ਟਾਈਮ ਦੇ ਦੋ ਸਾਡੇ ਭਰਾਣੇ ਗਾਉਣਾ ਫਿਰ ਉਹਨਾਂ ਕੀ ਕਰਨਾ ਆਪ ਹੀ ਪਰਚੇ ਲਾ ਆਪ ਹੀ ਪੈਸੇ ਡਾਈ ਜਾਣੇ ਮੇਰੇ ਤੋਂ ਨਹੀਂ ਵੀ ਉਹਨਾਂ ਨੇ ਪੂਰਾ ਇੰਜੋਏ ਕਰਵਾਇਆ ਮੈਨੂੰ ਉਸ ਚੀਜ਼ ਨੂੰ ਤੇ ਮੈਨੂੰ ਇੰਜ ਲੱਗਦਾ ਵੀ ਅੱਜ ਜੇ ਮੈਂ ਜ਼ਿੰਦਗੀ ਚ ਵਧ ਰਿਹਾ ਵਾਂ ਅੱਗੇ ਇਹ ਉਹਨਾਂ ਦੀ ਬਦੌਲਤ ਆ ਨਵੇਂ ਬੰਦੇ ਮੈਨੂੰ ਕਈ ਮਿਲੇ ਆ ਵੀਰੇ ਯੂਨੀਵਰਸਿਟੀ ਦੇ ਵਿੱਚ ਕਈ ਚੀਜ਼ਾਂ ਹੋ ਗਈਆਂ ਮੈਂ ਇੱਕ ਗੱਲ ਤਾਂ ਸ਼ੇਅਰ ਕਰ ਹੀ ਦਿੰਨਾ ਮੈਂ ਨਾ ਜਦੋਂ ਨਵਾਂ ਨਵਾਂ ਆਇਆ ਸੀ ਸਾਰੇ ਅੱਗੇ ਪਿੱਛੇ ਰਹਿੰਦੇ ਸੀ ਮੇਰੇ ਕਿਉਂਕਿ ਨਵਾਂ ਨਵਾਂ ਕਲਾਸ ਵਿੱਚ ਆਇਆ ਸੀ ਉਹ ਸਾਰਿਆਂ ਨੂੰ ਇਸ ਵੀ ਅੱਛਾ ਬੰਦਾ ਫੇਮਸ ਆ ਰਿਚ ਹੋਊਗਾ ਬਈ ਚੰਗਾ ਪੈਸਾ ਹੋਏ ਦੇ ਕੋਲ ਤੇ ਦੁਨੀਆ ਉਹਨੂੰ ਕੋਲ ਪਾਉਂਦੀ ਹੈ ਜਿਹੜਾ ਖਰਚਾ ਕਰ ਸਕਦਾ ਤੁਸੀਂ ਇੱਕ ਮਹਿਫਲ ਤੇ ਜਾਓਗੇ ਨਾ ਹਮ ਤੇ ਜੇ ਉਹਨੂੰ ਲੱਗਾ ਵੀ ਤੂੰ 10000 ਮੇਰੇ ਤੇ ਖਰਚ ਕਰ ਦੇਗਾ ਜਾਂ ਮੇਰੇ ਨਾਲ ਵੇੜੇ ਬੰਦੇ ਬੈਠੇ ਉਹਨਾਂ ਤੇ ਵੀ 10000 ਖਰਚ ਕਰ ਦੇਗਾ ਤੈਨੂੰ ਕਹਿਣਗੇ ਆਓ ਆਓ ਬਾਈ ਜੀ ਬੈਠੋ ਜਦੋਂ ਉਹਨੂੰ ਪਤਾ ਲੱਗਿਆ ਤੇਰੇ ਕੋਲ 10 ਰੁਪਏ ਨਹੀਂ ਹੋਗੇ ਤੈਨੂੰ ਕਹਿਣਗੇ ਆਪਾਂ ਸਭ ਕੋ ਬਾਅਦ ਵਿੱਚ ਮਿਲਦੇ ਹਾਂ ਬਾਈ ਹੁਣੀ ਆਏ ਮੇਰੇ ਨਾਲ ਕੋਲ ਬੈਠਾ ਬਿਲਕੁਲ ਹੋਇਆ ਇਹ ਯੂਨੀਵਰਸਿਟੀ ਅਸਲ ਦੇ ਵਿੱਚ ਨਾ ਯੂਨੀਵਰਸਿਟੀ ਆ ਕੇ ਪੜ੍ਹਾਈ ਤੋਂ ਇਲਾਵਾ ਮੈਂ ਜ਼ਿਆਦਾ ਇਹ ਚੀਜ਼ਾਂ ਸਿੱਖ ਲਈਆਂ ਹੂੰ ਮੈਂ ਇੱਕ ਇੱਕ ਦਿਨ ਮੈਂ ਤੇ ਮੇਰਾ ਦੋਸਤ ਜਾ ਰਹੇ ਸੀ ਤੁਰੇ ਰਸਤੇ 'ਚ ਮੈਨੂੰ ਕਹਿੰਦਾ ਕੀ ਗੱਲ ਆ ਪੱਖੋ ਕੇ ਜੀ ਬੜੇ ਖੇੜੇ ਖੇੜੇ ਰਹਿੰਦੇ ਜੀ ਹੂੰ ਮੈਂ ਕਿਹਾ ਵੀ ਵਧੀਆ ਮੈਂ ਕਿਹਾ ਸਾਰੇ ਇੱਜ਼ਤ ਕਰਦੇ ਆ ਯਾਰ ਮੈਂ ਜਿੱਥੇ ਜਾਣਾ ਹੱਸ ਖੇਡ ਕੇ ਮਿਲਦੇ ਆ ਕਹਿੰਦਾ ਤੁਸੀਂ ਨਾ ਤੁਹਾਡੀਆਂ ਅੱਖਾਂ ਤੇ ਪਰਦਾ ਆ ਹੂੰ ਤੁਸੀਂ ਵਹਿਮ 'ਚ ਹੀ ਤੁਰੇ ਫਿਰਦੇ ਵੀ ਸਾਰੇ ਤੁਹਾਨੂੰ ਪਿਆਰ ਕਰਦੇ ਆ ਹੂੰ ਕਹਿੰਦੇ ਦੁਨੀਆ ਤੁਹਾਡੇ ਨਾਲ ਬਣੌਟੀ ਚੱਲਦੀ ਆ ਕਿਉਂਕਿ ਉਹ ਤੁਹਾਡੇ ਨਾਲ ਵਿਗੜਾਉਂਦੇ ਤਾਂ ਨਹੀਂ ਆ ਹਰੇਕ ਨੂੰ ਯਕੀਨ ਹੈ ਵੀ ਇਹ ਬਣ ਜਾਊਗਾ ਕੁਝ ਨਾ ਕੁਝ ਜ਼ਿੰਦਗੀ 'ਚ ਵੀ ਐਫਰਟ ਬੜੇ ਲਾਉਂਦਾ ਏ ਭੱਜਾਈ ਫਿਰਦਾ ਕਦੀ ਕਿਸੇ ਨੂੰ ਮਿਲ ਲੈ ਕਦੀ ਕਿਤੇ ਚੱਲ ਗਿਆ ਕਦੀ ਕੁਝ ਕਰ ਲਿਆ ਹੋਰ ਕੁਝ ਨਹੀਂ ਗਾਣੇ ਲਿਖੀ ਜਾਂਦਾ ਹੋਰ ਕੁਝ ਨਹੀਂ ਗਾਈ ਜਾਂਦਾ ਹੈ ਨਾ ਇਹ ਇਸ ਚੀਜ਼ ਦਾ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਇਹ ਬੰਦਾ ਬਣ ਜਾਊਗਾ ਤਾਂ ਤੇਰੇ ਨਾਲ ਵਿਗੜਦੇ ਨਹੀਂ ਮੇਰੇ ਇੱਕ ਦੋਸਤ ਨੇ ਇੱਕ ਗੱਲ ਕਹੀ ਸੀ ਕਹਿੰਦਾ ਤੂੰ ਸਾਡੇ ਕੋਲ ਆ ਨਹੀਂ ਕਹਿੰਦਾ ਤੂੰ ਸਾਡੇ ਨਾਲ ਆ ਸਾਡੇ ਕੋਲ ਨਹੀਂ ਹੈਗਾ ਹੂੰ ਇਹ ਦੇਖ ਲਓ ਇੱਕ ਦੋ ਸ਼ਬਦਾਂ ਨੇ ਮੇਰਾ ਦਿਮਾਗ ਲਾਤਾ ਵੀ ਅੱਛਾ ਯਾਰ ਵੀ ਨਾਲ ਆ ਕੋਲ ਨਹੀਂ ਕੋਲ ਹੋਣਾ ਬਹੁਤ ਜ਼ਰੂਰੀ ਹੈ ਕੋਲ ਹੋਣਾ ਬਹੁਤ ਜ਼ਰੂਰੀ ਹੈ ਬਿਲਕੁਲ ਇਹ ਬੜੀ ਤੁਸੀਂ ਜੋ ਵੀ ਲਿਖਦੇ ਹੋ ਕਈ ਵਾਰ ਬੰਦੇ ਦੀ ਯਾਦ ਤਾਂ ਹੁੰਦੀ ਹੈ ਕਿ ਅਸੀਂ ਜੋ ਸਾਡੀ ਜ਼ਿੰਦਗੀ ਚ ਵਾਪਰਿਆ ਅਸੀਂ ਉਹਨੂੰ ਪੇਜ ਤੇ ਟਾਰ ਦਿੰਨੇ ਆ ਅਸੀਂ ਕਿਤਾਬ ਚ ਤਾਰ ਦਿੰਨੇ ਐਵੇਂ ਕਰਦੇ ਹਾਂ ਤੁਸੀਂ ਬਿਲਕੁਲ ਕਈ ਚੀਜ਼ਾਂ ਹੁਣ ਪਹਿਲਾਂ ਪਹਿਲਾਂ ਵੀ ਮੈਂ ਐਵੇਂ ਕਰ ਦਿੰਦਾ ਸੀ ਜੋ ਦਾ ਆ ਗਿਆ ਬਸ ਲਿਖੀ ਜਾਓ ਲਿਖੀ ਜਾਓ ਜਦੋਂ ਜਿਵੇਂ ਜਿਵੇਂ ਬੰਦਾ ਅੱਗੇ ਗਿਆ ਕਿ ਜਾਂਦਾ ਨਾ ਫਿਰ ਸੁਣਦੇ ਆਪਾਂ ਸਭ ਤੋਂ ਮੇਨ ਗੱਲ ਮੈਨੂੰ ਇੰਜ ਲੱਗਦਾ ਵੀ ਇੱਕ ਚੰਗਾ ਬੋਲਣ ਵਾਲੇ ਲਈ ਚੰਗਾ ਉਸ ਨੇਤਾ ਹੋਣਾ ਬਹੁਤ ਜ਼ਰੂਰੀ ਆ ਉਹ ਹੂੰ ਵੀ ਉਹਨੂੰ ਸੁਣਨਾ ਆਉਂਦਾ ਹੋਵੇ ਹੂੰ ਮੈਂ ਇੱਕ ਇੱਕ ਸਾਡੇ ਇੱਕ ਮੁਸ਼ਾਇਰਾ ਹੋਇਆ ਸੀ ਯੂਨੀਵਰਸਿਟੀ ਦੇ ਵਿੱਚ ਮੈਂ ਬੈਠਾ ਸੁਣਦਿਆ ਹੂੰ ਤੇ ਉੱਥੇ ਉਰਦੂ ਦੇ ਵਿੱਚ ਸ਼ਾਇਰੀਆਂ ਬੋਲਨਦੇ ਸੀ ਉਹ ਤੇ ਉੱਥੇ ਮੈਨੂੰ ਹੁਣ ਪੂਰੀ ਚੰਗੀ ਤਰ੍ਹਾਂ ਤਾਂ ਯਾਦ ਨਹੀਂ ਮੈਂ ਉੱਥੇ ਇੱਕ ਗੱਲ ਗਈ ਸੀ ਵੀ ਮੈਂ ਮੈਂ ਆਪਣੇ ਦੋਸਤ ਨੂੰ ਕਿਹਾ ਮੈਂ ਕਿਹਾ ਮੇਰੀ ਗੱਲ ਸੁਣ ਮੈਂ ਕਿਹਾ ਯਾਰ ਆ ਭਾਰੀ ਸ਼ਬਦਾਂ ਦਾ ਨਾ ਬੋਝ ਨਹੀਂ ਮੇਰੇ ਕੋ ਚੁੱਕਿਆ ਜਾਂਦਾ ਹੂੰ ਡਿੱਗ ਪੈਣਾ ਉਹ ਸ਼ਾਇਰੀ ਸੀ ਮੇ ਕਿ ਭਾਰੀ ਸ਼ਬਦਾਂ ਦਾ ਭਾਰ ਮੇਰੇ ਤੋਂ ਚੁੱਕਿਆ ਨਹੀਂ ਜਾਂਦਾ ਹੂੰ ਡਿੱਗ ਪੈਣਾ ਵਾ ਮੁੜ ਕੇ ਮੈਂ ਤੋਠਿਆ ਨਹੀਂ ਜਾਂਦਾ ਹੂੰ ਤੇ ਅੱਖਰਾਂ ਦੇ ਨਾਲ ਅੱਖਰਾਂ ਨੂੰ ਬੁਣਨਾ ਨਹੀਂ ਆਉਂਦਾ ਮੈਂ ਕਿਹਾ ਕਿ ਇਹਨਾਂ ਨੂੰ ਬੋਲਣ ਦੀ ਅਕਲ ਨਹੀਂ ਹੂੰ ਕੰਨ ਮੇਰੇ ਕਹਿੰਦੇ ਤੈਨੂੰ ਸੁਣਨਾ ਨਹੀਂ ਆਉਂਦਾ ਤੇ ਮੈਂ ਇਹ ਗੱਲ ਕਹਦੇ ਵੀ ਇਹਨਾਂ ਨੂੰ ਹੀ ਨਹੀਂ ਬੋਲਣਾ ਆਉਂਦਿਆ ਅਗਲੇ ਪਾਸੇ ਸ਼ਾਇਰੀ ਵਾਲਿਆਂ ਨੂੰ ਤੇ ਮੇਰੇ ਕੰਨਾਂ ਨੇ ਉਸ ਵੇਲੇ ਮੈਨੂੰ ਕਿਹਾ ਵੀ ਨਾ ਉਹ ਸਹੀ ਬੋਲ ਰਹੇ ਤੈਨੂੰ ਸੁਣਨਾ ਨਹੀਂ ਆਉਂਦਿਆ ਇਹ ਜਿਹੜੀ ਚੀਜ਼ਾਂ ਲਿਖਤਾ ਕਰਦੇ ਹਾਂ ਕਦੇ ਇਸ ਚੀਜ਼ ਦਾ ਮਾਣ ਹੋਇਆ ਤੁਹਾਨੂੰ ਬੜੀ ਯਾਰ ਉਹ ਪਰਮਾਤਮਾ ਨੇ ਸ਼ਿਸ਼ਾ ਦਿਖਾਇਆ ਕਿ ਦੇ ਨੇ ਮੈਂ ਨਾ ਜੀ ਬਹੁਤ ਵਾਰ ਮੈਂ ਇੱਕ ਟਾਈਮ ਐਸ ਆ ਗਿਆ ਮੇਰੇ ਤੇ ਮੈਂ ਨਾ ਕਿਸੇ ਨੇ ਮੈਨੂੰ ਗਾਣਾ ਸੁਣਾਇਆ ਵੀ ਆ ਗਾਣਾ ਸੁਣਿਓ ਤੇ ਮੈਨੂੰ ਕਿਹਾ ਮੈਂ ਕਹੇ ਕੋਈ ਗਾਣਾ ਯਾਰ ਕਿਉਂਕਿ ਉਹ ਤਾਂ ਹਵਾ ਹੁੰਦੀ ਬੰਦੇ ਦੀ ਜਦੋਂ ਨਵਾਂ ਨਵਾਂ ਬਣਦਾ ਕੁਛ ਚਾਰ ਫਾਲੋਅਰ ਆਉਂਦੇ ਤੇ ਮੈਂ ਮੇਰੇ ਚ ਬੜੀ ਹਵਾ ਸੀ ਉਸ ਵਕਤ ਤੇ ਹੁਣ ਤਾਂ ਖਤਮ ਹੀ ਕਰਤੀ ਪਰਮਾਤਮਾ ਨੇ ਉਹ ਚੀਜ਼ ਅੰਦਰ ਉਹ ਇੱਕ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਸ਼ਖਸੀਅਤ ਆ ਅਸਤਿੰਤ ਸਰਤਾਜ ਸਾਹਿਬ ਉਹਨਾਂ ਨੇ ਉਹਨਾਂ ਦੀ ਇੱਕ ਸ਼ਾਇਰੀ ਮੇਰੇ ਸਾਹਮਣੇ ਆਈ ਇੰਸਟਾਗ੍ਰam 'ਚ ਚਲਾ ਰਿਆ ਤੇ ਉਹ ਕਹਿੰਦੇ ਵੀ ਕੀ ਮੈਂ ਗੱਲ ਸੁਣਾਵਾਂ ਆਲਮ ਫਾਜ਼ਲ ਲੋਕਾਂ ਦੀ ਕੀ ਮੈਂ ਗੱਲ ਸੁਣਾਵਾਂ ਆਲਮ ਫਾਜ਼ਲ ਲੋਕਾਂ ਦੀ ਉੱਚੀਆਂ ਸੋਚਾਂ ਵਾਲੇ ਪੜ ਕਾਗਜ਼ ਨੂੰ ਪਾੜ ਦੇ ਤੇ ਹੋ ਗਈ ਗਲਤੀ ਮੈਥੋਂ ਖੁਦ ਨੂੰ ਸ਼ਾਇਰ ਕਹਿ ਬੈਠਾ ਮੇਰੇ ਵਰਗੇ ਤਾਂ ਸ਼ਾਇਰਾਂ ਦੀਆਂ ਜੁੱਤੀਆਂ ਛਾੜ ਦੇ ਉਸ ਦਿਨ ਫਿਰ ਮੇਰੇ ਦਿਮਾਗ 'ਚ ਵਿੱਚ ਜਟਣ ਗਈ ਵੀ ਜੇ ਇਹ ਸ਼ਖਸ ਇਹ ਸ਼ਖਸੀਅਤ ਇਹ ਗੱਲ ਕਹਿ ਸਕਦੀ ਆ ਵੀ ਮੇਰੇ ਵਰਗੇ ਸ਼ਾਇਰਾਂ ਦੀਆਂ ਜੁੱਤੀਆਂ ਛਾੜਦੇ ਆ ਤੇ ਮੈਂ ਕਹਿੰਦਾ ਨਾ ਤਾਂ ਕੋਸ਼ਿਸ਼ ਹੀ ਨਹੀਂ ਬਈ ਇਹ ਸੱਚ ਇਹ ਜੁੱਤੀ ਝਾੜਨ ਇਦਾਂ ਐਵੇਂ ਵੀ ਪੈਰ ਮਾਰਦੇ ਨੇ ਤੇ ਮੇਰੇ ਵਰਗੇ ਤਾਂ ਕਈ ਗੁਰਸੇ ਵੀ ਨਿਕਲ ਆਉਣੇ ਥੱਲੇ ਹੂੰ ਉਸ ਦਿਨ ਫਿਰ ਇਹ ਚੀਜ਼ ਖਤਮ ਹੋ ਗਈ ਮੈਂ ਤਾਂ ਇੱਕ ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਨਾ ਕਈ ਆਪਾਂ ਚੀਜ਼ਾਂ ਛੱਡ ਦਿੰਨੇ ਆਂ ਵੱਡੀਆਂ ਚੀਜ਼ਾਂ ਦੇ ਪਿੱਛੇ ਨੀ ਛੋਟੀਆਂ ਛੋਟੀਆਂ ਖੁਸ਼ੀਆਂ ਜਿਵੇਂ ਵੱਡੀਆਂ ਖੁਸ਼ੀਆਂ ਦੇ ਪਿੱਛੇ ਆਪਾਂ ਛੋਟੀਆਂ ਖੁਸ਼ੀਆਂ ਛੱਡ ਜਾਨੇ ਉਵੇਂ ਹੀ ਆਪਾਂ ਵੱਡੀਆਂ ਚੀਜ਼ਾਂ ਦੇ ਸਿੱਖਣ ਦੇ ਵਿੱਚ ਆਪਾਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਸਕਿੱਪ ਕਰਦੇ ਜਾਨੇ ਮੈਂ ਹਰ ਇੱਕ ਚੀਜ਼ ਬੜੀ ਨਜ਼ਦੀਕੀ ਨਾਲ ਦੇਖਦਾ ਬਿਲਕੁਲ ਹੁਣ ਆਪਾਂ ਲਾਸਟ ਵਾਲਾ ਪਤਾਵਾਂਗੇ ਬਾਈ ਹਾਂਜੀ ਯਾਰ ਦੋਸਤ ਨੇ ਜਿਹੜੇ ਕਈ ਵਾਰ ਆਪਾਂ ਨੇ ਇੱਕ ਬੜੀ ਚੀਜ਼ ਕਹਿੰਨ ਟ ਕਹਿ ਦਿੰਦੇ ਆ ਜਿਵੇਂ ਤੁਸੀਂ ਸਾਡੇ ਨਾਲ ਇੱਕ ਯਾਰੀ ਦੋਸਤੀ ਹੈ ਜੀ ਤੁਸੀਂ ਗੱਲ ਸ਼ੇਅਰ ਕਰ ਰਹੇ ਸੀਗਾ ਮੈਂ ਕਹਿੰਦਾ ਤੁਸੀਂ ਕੈਮਰੇ ਤੇ ਵੀ ਦੱਸੋ ਕਈ ਯਾਰ ਦੋਸਤ ਸਾਡੇ ਭਰਾ ਬਣ ਜਾਂਦੇ ਨੇ ਤੇ ਕਈ ਵਾਰ ਲੋਕ ਮਤਲਬ ਆਪਣੇ ਘਰ ਦੇ ਨੂੰ ਯਾਦ ਕਰਕੇ ਰੋਏ ਹੋਣਗੇ ਆਪਣੇ ਯਾਤਰ ਸਹਿਲੀਆਂ ਨੂੰ ਯਾਦ ਕਰਕੇ ਰੋਣ ਲੱਗ ਜਾਂਦੇ ਨੇ ਹੈਨਾ ਜਾਂ ਕੋਈ ਹੋਰ ਚੀਜ਼ਾਂ ਮੂਮੈਂਟ ਯਾਦ ਕਰਕੇ ਰੋਣ ਲੱਗ ਜਾਂਦੇ ਨੇ ਕਹਿੰਦੇ ਮੁੰਡਾ ਕਦੇ ਆਪਣੇ ਯਾਰ ਦੋਸਤ ਦੇ ਨਾਲ ਗੱਲ ਕਰਦਾ ਕਰਦਾ ਵੀ ਕਦੇ ਰੋ ਸਕਦਾ ਬੜੀ ਗੱਲ ਮੈਂ ਰੀਸੈਂਟਲੀ ਮੇਰੇ ਨਾਲ ਇਹ ਚੀਜ਼ਾਂ ਹੋਈਆਂ ਹੁਣ ਕਈ ਵਾਰ ਨਾ ਐਵੇਂ ਦੀ ਸਿਚੁਏਸ਼ਨ ਆ ਜਾਂਦੀ ਏ ਜ਼ਿੰਦਗੀ ਦੇ ਵਿੱਚ ਵੀ ਆਪਾਂ ਨੂੰ ਨਾ ਕੁਝ ਐਸਾ ਹੋ ਰਿਹਾ ਹੁੰਦਾ ਆਪਣੀ ਜ਼ਿੰਦਗੀ ਦੇ ਵਿੱਚ ਹੋਈ ਸਭ ਕੁਝ ਜਾਣਦੇ ਹੁੰਦਾ ਸਾਰਾ ਕੁਝ ਸੈੱਟ ਵੀ ਹੁੰਦਾ ਖੁਦ ਨੂੰ ਸੈਟੀਸਫੈਕਸ਼ਨ ਨਹੀਂ ਹੁੰਦੀ ਹੂੰ ਖੁਦ ਨੂੰ ਮੈਂ ਲੱਗ ਜਾਂਦਾ ਯਾਰ ਕੀ ਕਰੀ ਜਾਂਦਾ ਐ ਮੈਂ ਹੂੰ ਜਿਵੇਂ ਮੈਂ ਇੱਕ ਗੱਲ ਉਹਦੋਂ ਮੈਂ ਬੈਠਾ ਸੋਚ ਰਿਹਾ ਸੀ ਮੈਂ ਕਿਹਾ ਯਾਰ ਮੈਂ ਪਹਿਲਾਂ ਅਰਗਾ ਨਹੀਂ ਰਿਹਾ ਇਹ ਗੱਲ ਕਹਿ ਕੇ ਮੈਂ ਆਪਣੇ ਦੋਸਤ ਕੋਲ ਰੋਂਦਾ ਪਿਆ ਹੂੰ ਤੇ ਮੈਂ ਉਹਨੂੰ ਫੋਨ ਲਾ ਲਿਆ ਆਨ ਲਾ ਕੇ ਮੈਂ ਉਹਨੂੰ ਕਿਹਾ ਮੈਂ ਕਿਹਾ ਪ੍ਰੋਬਲਮ ਹੋ ਗਈ ਐ ਕਰ ਹੂੰ ਉਸ ਬੰਦੇ ਦਾ ਨਾਮ ਜਾਨੀ ਆ ਹੂੰ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਜਾਨੀ ਕਿਥੇ ਹੈ ਮੈਨੂੰ ਦੱਸਿਆ ਨਹੀਂ ਵੀ ਮੈਂ ਹਸਪੀਟਲ ਆ ਉਹ ਹਸਪੀਟਲ ਸੀ ਉਹਦੀ ਕਿਤੇ ਉਂਗਲ ਤੇ ਸੱਟ ਲੱਗ ਗਈ ਸੀ ਕੋਈ ਤੇ ਉਹਨੇ ਦੱਸਿਆ ਨਹੀਂ ਵੀ ਮੇਰੀ ਉਂਗਲ ਤੇ ਸੱਟ ਲੱਗ ਚੁੱਕੀ ਹੈ ਤੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਜਾਨੀ ਯਾਰ ਮੈਨੂੰ ਨਾ ਪੈਸੇ ਦੀ ਜਰੂਰਤ ਪੈ ਗਈ ਹੈ ਉਹ ਬੰਦਾ ਮੈਨੂੰ ਕਹਿੰਦਾ ਮੇਰੇ ਕੋਲ ਜ਼ਿਆਦਾ ਤੇ ਨਹੀਂ ਆਏ ਕਹਿੰਦਾ 600 ਰੁਪਏ ਹੈਗਾ ਪਾ ਦੇ ਮੈਂ ਕਿਹਾ ਚੱਲ ਪਾ ਦੇ ਮੈਨੂੰ ਐਸੇ ਵੀ ਫ੍ਰੀ ਹੋਣਾ ਬੈਠਾ ਹੋਊਗਾ ਹੁਣੇ ਉਹਦੇ ਕੋਲ ਉਹਨੇ ਪਾਤੇ ਉਸ ਤੋਂ ਬਾਅਦ ਮੈਂ ਉਹਨੂੰ ਇਹ ਦੱਸਣ ਵਾਸਤੇ ਕਾਲ ਕੀਤੀ ਹੂੰ ਵੀ ਜਾਨੀ ਮੇਰੇ ਕੋਲ ਪੈਸੇ ਆ ਗਏ ਹੂੰ ਉਹ ਇੱਕ ਉਹਦੇ ਕਿਸੇ ਯਾਰ ਨੇ ਫੋਨ ਚੱਕਿਆ ਮੜ ਕੇ ਕਹਿੰਦਾ ਸੇਵਕ ਵੀਰੇ ਤੁਹਾਨੂੰ ਪਤਾ ਨਹੀਂ ਆ ਵੀ ਜਾਨੀ ਦੀ ਤਾਂ ਉਂਗਲ ਵੱਢੀ ਗਈ ਆ ਹੂੰ ਮੈਂ ਉਸ ਦਿਨ ਮੈਂ ਇੱਚ ਹੀ ਸੋਚੀ ਵੀ ਯਾਰ ਕੀ ਆਏ ਬੰਦੇ ਕੀ ਆ ਮੇਰੀ ਜ਼ਿੰਦਗੀ ਚ ਵੀ ਕਿੰਨੇ ਖਾਸ ਹੋ ਜਾਂਦੇ ਨੇ ਲੋਕ ਸਾਡੀ ਜ਼ਿੰਦਗੀ ਚ ਕਿੰਨੇ ਖਾਸ ਮੈਨੂੰ ਸਾਵਾ ਤੋਂ ਖਾਸ ਲੱਗਦੇ ਐਸੇ ਸ਼ਖਸ ਜਿਹੜੇ ਮੇਰੇ ਵਾਸਤੇ ਵੀ ਆਪਣੀ ਮੁਸ਼ਕਿਲ ਦਾਸੀ ਨਹੀਂ ਰਹੇ ਬੰਨੋ ਬਿਲਕੁਲ ਵੀ ਮੈਂ ਮੇਰੇ ਨਾਲ ਆ ਹੋ ਗਿਆ ਨੇ ਤਾਂ ਉਹ ਵੀ ਕਹਿ ਸਕਦਾ ਵੀ ਜਣ ਮੈਂ ਹਸਪੀਟਲ ਪਿਆ ਆ ਮੈਨੂੰ ਪੈਸਿਆਂ ਦੀ ਜ਼ਰੂਰਤ ਆ ਮੈਂ ਦੇ ਨਹੀਂ ਸਕਦਾ ਤੈਨੂੰ ਪੈਸੇ ਬਿਲਕੁਲ ਜੈ ਵੀ ਕਹਿ ਸਕਦਾ ਵੀ ਮੈਂ ਦੇਣੇ ਨਹੀਂ ਆ ਭਈ ਹੈ ਨਹੀਂ ਮੇਰੇ ਕੋਲ ਬਿਲਕੁਲ ਪਰ ਉਹ ਬੰਦੇ ਨੇ ਤਾਂ ਵੀ ਮੈਨੂੰ ਪੈਸੇ ਭੇਜਤੇ ਬਿਲਕੁਲ ਉਹ ਉਹ ਸ਼ਖਸੀਅਤ ਆ ਫਿਰ ਇੱਕ ਚਿਹਰਾ ਨਹੀਂ ਐ ਸਰ ਮੇਰੀ ਜ਼ਿੰਦਗੀ ਦੇ ਵਿੱਚ ਕਮਾਲ ਨੇ ਇੱਕ ਚਿਹਰਾ ਨਹੀਂ ਐਸਾ ਇੰਨੇ ਚਿਹਰੇ ਪ੍ਰਮਾਤਮਾ ਨੇ ਟਕਰਾਏ ਆ ਹਰ ਇੱਕ ਰੂਪ ਚ ਮੈਂ ਉਸ ਨੂੰ ਆਪ ਹੀ ਦੇਖਦਾ ਵੀ ਕਿਉਂਕਿ ਜਿਵੇਂ ਸਿਆਣੇ ਕਹਿੰਦੇ ਨੇ ਵੀ ਤੁਸੀਂ ਕਿਤੇ ਜਾਂਦੇ ਨਹੀਂ ਤੁਹਾਨੂੰ ਲੈ ਕੇ ਜਾਇਆ ਜਾਂਦਾ ਤੇ ਮੈਂ ਵੀ ਸੋਚਦਾ ਵੀ ਮੈਂ ਨਹੀਂ ਮਿਲਿਆ ਮੈਨੂੰ ਮਿਲਵਾਇਆ ਗਿਆ ਸਾਰੇ ਨਾਲ ਬਿਲਕੁਲ ਇਹ ਕੁਦਰਤ ਆ ਤੇ ਉਹਨੇ ਸੋਚਿਆ ਕਿ ਇਹ ਤਾਂ ਇਹ ਕਰਵਾਣਾ ਤੂੰ ਐਵੇਂ ਐਵੇਂ ਤੇ ਅੱਜ ਕੱਲ ਕੀ ਲਿਖ ਰਹੇ ਹੋ ਬਾਈ ਤੇ ਅੱਗੇ ਕੀ ਚੱਲ ਰਿਹਾ ਹੁਣ ਇਹ ਕੀ ਤਿਆਰੀਆਂ ਚੱਲ ਰਹੀਆਂ ਹੁਣ ਆਪਣੇ ਗਾਣੇ ਆਉਣ ਇਹ ਕੋਸ਼ਿਸ਼ ਕਿਤਾਬਾਂ ਕਵਿਤਾ ਕੁਝ ਸਾਨੂੰ ਕੁਝ ਘੈਂਟ ਜਿਹਾ ਸੁਣਾਓ ਤਾਂ ਕਿ ਆਪਾਂ ਕਲੋਜ਼ਿੰਗ ਵੱਲ ਵੱਧ ਸਕੀਏ ਬਿਲਕੁਲ ਜੀ ਮੈਂ ਇੱਕ ਕਵਿਤਾ ਪੇਸ਼ ਕਰਦਾ ਹਾਂ ਮੈਂ ਅੱਜ ਕੱਲ ਮੈਂ ਤੁਹਾਨੂੰ ਦੱਸਾਂ ਅੱਜ ਕੱਲ ਨਾ ਕਲਿੱਪਾਂ ਬਹੁਤ ਚੱਲਦੀਆਂ ਨੇ ਮੈਂ ਕਹਿੰਦਾ ਹੁਣ ਚਾਰ ਪੰਜ ਤੁਸੀਂ ਸਾਨੂੰ ਸੁਣਾਓ ਜੇ ਅਸੀਂ ਕੱਟ-ਕੱਟ ਪਾਈ ਜਾਵਾਂਗੇ ਅੱਛਾ ਜੀ ਮੈਂ ਕੋਸ਼ਿਸ਼ ਕਰਦਾ ਹਾਂ ਚਲੋ ਹਮ ਅ ਸਟੋਰੀਆਂ ਹਰ ਇੱਕ ਚੀਜ਼ ਦੇ ਪਿੱਛੇ ਵੈਸੇ ਸਟੋਰੀ ਹੈ ਮੇਰੀ ਹਾਂ ਜੀ ਮੈਂ ਉਸ ਕੋਈ ਇੱਕ ਰਾਂ ਅਸੈਂਬਲੀ ਦੇ ਵਿੱਚ ਖੜਾ ਹੋਇਆ ਤੇ ਬੋਲਣਾ ਨਹੀਂ ਸੀ ਕੁਝ ਵੀ ਮੈਂ ਤੇ ਉਹ ਪਿੱਛੋਂ ਆਵਾਜ਼ ਆਈ ਮੈਨੂੰ ਥੱਲਿਓ ਕਰੇ ਸੇਵਕ ਤੂੰਗਾ ਸੇਵਕ ਤੂੰਗਾ ਤੇ ਮੈਂ ਉਦੋਂ ਇੱਕ ਕਵਤਾ ਲਿਖੀ ਸੀ ਉਹ ਸੁਣਾਉਣਾ ਤੁਹਾਨੂੰ ਮੈਂ ਕਹਾਂ ਕਿ ਤੁਹਾਡੀ ਸਭ ਦੀ ਆਵਾਜ਼ ਮੇਰੀ ਰੂਹ ਤੱਕ ਪਹੁੰਚੀ ਜਿੱਥੇ ਸੋਚ ਮੇਰੀ ਬੈਠੀ ਉਸ ਜੂਗ ਤੱਕ ਪਹੁੰਚੀ ਤੁਹਾਡੀ ਸਭ ਦੀ ਆਵਾਜ਼ ਮੇਰੀ ਰੂਹ ਤੱਕ ਪਹੁੰਚੀ ਜਿੱਥੇ ਸੋਚ ਮੇਰੀ ਬੈਠੀ ਉਸ ਜੂਗ ਤੱਕ ਪਹੁੰਚੀ ਸੁਣ ਸਾਰਿਆਂ ਦੇ ਬੋਲ ਮੇਰੇ ਜਹਨ ਚ ਹੋਈ ਨਿੱਕੀ ਜਹੀ ਉਸ ਹਲਚਲ ਕੋਲੋਂ ਪੁੱਛੋ ਮੇਰਾ ਅੱਜ ਕਿਉਂ ਹਸੀਨ ਤੁਸੀਂ ਪੁੱਛਣਾ ਚਾਹੁੰਦੇ ਜੀ ਤੇ ਸੱਚੀ ਸੱਚੀ ਦੱਸਾਂ ਵੀ ਤੇ ਗੱਲ ਕੋਲੋਂ ਪੁੱਛੋ ਮੇਰਾ ਅੱਜ ਕਿਉਂ ਹੈਸੀਨ ਤੁਸੀਂ ਪੁੱਛਣਾ ਚਾਹੁੰਦੇ ਜੀ ਤੇ ਸੱਚੀ ਸੱਚੀ ਦੱਸਾਂ ਵੀ ਤੇ ਕੱਲ੍ਹ ਕੋਲੋਂ ਪੁੱਛੋ ਦਿਨੇ ਸੂਰਜ ਨਾਲ ਗੱਲਾਂ ਰਾਤ ਤਾਰਿਆਂ ਨਾਲ ਬੀਤੇ ਜਿੰਨਾ ਛੱਡਿਆ ਨਹੀਂ ਸਾਥ ਗਮਾ ਸਾਰਿਆਂ ਨਾਲ ਬੀਤੇ ਦਿਨੇ ਸੂਰਜ ਨਾਲ ਗੱਲਾਂ ਰਾਤ ਤਾਰਿਆਂ ਨਾਲ ਬੀਤੇ ਜਿੰਨਾ ਛੱਡਿਆ ਨਹੀਂ ਸਾਥ ਗਮਾ ਸਾਰਿਆਂ ਨਾਲ ਬੀਤੇ ਰਸਵਾਈ ਤਨਹਾਈ ਮੇਰੇ ਜਾਨ ਦੀਆਂ ਰਾਜ ਰਸਵਾਈ ਤਨਹਾਈ ਮੇਰੇ ਜਾਨ ਦੀਆਂ ਰਾਜ ਸੀ ਉਸ ਸਮੇਂ ਇਹੀ ਮੇਰੇ ਵੱਲ ਕੋਲੋਂ ਪੁੱਛੋ ਮੇਰਾ ਅੱਜ ਕਿਉਂ ਹੈਸੀਨ ਤੁਸੀਂ ਪੁੱਛਣਾ ਚਾਹੁੰਦੇ ਜੀ ਦੇ ਸੱਚੀ ਸੱਚੀ ਦੱਸਾਂ ਵੀ ਤੇ ਕਾਲਾ ਕੋਲ ਕੋ ਕੁਛ ਹੋ ਤਾਂ ਵੱਡਾ ਗਵਾ ਕੋਈ ਨਹੀਂ ਤੇ ਉਹਨਾਂ ਸਮਿਆਂ 'ਚ ਜਿਹੜੇ ਬੰਦੇ ਨੇ ਤੁਹਾਡੇ ਨਾਲ ਸਮਾਂ ਹੰਡਾਇਆ ਹੋਵੇ ਮੈਂ ਕਹਿੰਦਾ ਉਹ ਤੋਂ ਵੱਡਾ ਵੀ ਗਵਾ ਕੋਈ ਨਹੀਂ ਬਿਲਕੁਲ ਜੀ ਬਿਲਕੁਲ 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 ਇਹ ਸਾਰੀ ਚੀਜ਼ਾਂ ਮੈਂ ਇੱਕ ਇੱਕ ਸ਼ਾਇਰੀ ਸੀ ਇੱਕ ਰਾਂ ਮੇਰਾ ਬੜਾ ਮਜ਼ਾਕ ਉਹ ਡੇਰਾਂ ਗੇ ਤੋਂ ਤੇ ਉਹਦਾ ਵੀ ਹੋ ਜਾਂਦੀ ਕਈ ਵਾਰ ਰੱਬ ਨਾਲ ਵੀ ਅੜਬਣ ਕਰ ਲਈਦੀ ਉਹਦਾ ਵੀ ਲੜ ਲੇਦਾ ਮੈਂ ਪਰ ਉਹਨੂੰ ਕਹਾਂ ਮੈਂ ਕਿ ਰੱਬਾ ਤੇਰੇ ਨਾਲ ਗਿਲਾ ਸ਼ਿਕਵਾ ਨਹੀਂ ਤੇ ਗੱਲ ਲਾਉਂਦਾ ਨਹੀਂ ਉਹ ਜਹਾਨ ਸਾਨੂੰ ਗੱਲ ਗੱਲ ਤੇ ਮਜ਼ਾਕ ਬਣਾਉਂਦੇ ਨੇ ਆ ਜਿਹੜੇ ਲੋਕ ਹੁੰਦੇ ਰੂਪਵਾਨ ਸਾਨੂੰ ਤੇ ਦਿਲ ਕਰਦਾ ਖੁਸ਼ੀ ਮਨਾਵਨ ਨੂੰ ਦਿਲ ਕਰਦਾ ਖੁਸ਼ੀ ਮਨਾਵਨ ਨੂੰ ਸਾਡੀ ਜ਼ਿੰਦਗੀ ਐ ਸ਼ਮਸ਼ਾਨ ਨਹੀਂ ਗੱਲ ਲਾਉਂਦੇ ਇੱਥੇ ਸਭ ਸੋਹਣਿਆਂ ਨੂੰ ਕਿ ਬੰਦਾ ਸਾਵਲਾ ਕੋਈ ਇਨਸਾਨ ਨਹੀਂ ਇਹ ਚੀਜ਼ਾਂ ਵੀ ਕਈ ਵਾਰ ਉਹਦੇ ਨਾਲ ਫਿਰ ਝਗੜ ਲਾਈਦਾ ਵੀ ਭਾਈ ਤੂੰ ਆ ਦੱਸ ਹੂੰ ਤੇ ਪਰ ਉਹ ਫਿਰ ਜਦੋਂ ਚੇਂਜ ਕਰ ਦਿੰਦਾ ਸਿਸਟਮ ਜਦੋਂ ਕਿਤੇ ਜਾਣਾ ਉੱਥੇ ਮੇਰੇ ਕਈ ਵਾਰ ਰੰਗ ਰੂਪ ਨਹੀਂ ਮੈਟਰ ਕਰਦਾ ਇਨਾ ਪਿਆਰ ਜਿਵੇਂ ਤੁਸੀਂ ਇਨਾ ਪਿਆਰ ਦਿੰਦੇ ਜੇ ਤੇ ਉਹ ਉਹ ਚੀਜ਼ ਆ ਫਿਰ ਉਹਦਾ ਸ਼ੁਗਰ ਵੀ ਨਹੀਂ ਮਨਾਇਦਾ ਵੀ ਕੀ ਬਾਤ ਹੈ ਵੀ ਤੂੰ ਐਵੇਂ ਦੀਆਂ ਰੂਹਾਂ ਵੀ ਬਣਾਈਆਂ ਵੀ ਮੈਨੂੰ ਪਿਆਰ ਕਰਦੀਆਂ ਜੜੀਆਂ ਲਾਸਟ ਚ ਜਾਂਦੇ ਜਾਂਦੇ ਕੋਈ ਗੀਤ ਸੁਣਾ ਦਿਓ ਆਪਣਾ ਤੇ ਫਿਰ ਆਪਾਂ ਕਲੋਸ ਕਰਾਂਗੇ ਬਿਲਕੁਲ ਜੀ ਇੱਕ ਲੋਕ ਗੀਤ ਜੇ ਮੈਂ ਲਿਖਿਆ ਸੀ ਹਾਂਜੀ ਹੂੰ ਹੋਇਆ ਬਰੂ ਇੱਜ਼ਤ ਭਾਵੇਂ ਦਾਤੇ ਲੱਗ ਜੇ ਇੱਕ ਵਾਰੀ ਕਰਨਾ ਚੜਾਈ ਚਾਹੁੰਦੀ ਆ ਖੁਦ ਦਾ ਪਤਾ ਨਹੀਂ ਕਿੰਨੇ ਪਾਪ ਹੋਏ ਨੇ ਦੂਜਿਆਂ ਦੀ ਕਰਨੀ ਬੁਰਾਈ ਆਉਂਦੀ ਆ ਖੋਦ ਦਾ ਪਤਾ ਨਹੀਂ ਕਿੰਨੇ ਪਾਪ ਹੋਏ ਨੇ ਦੂਜਿਆਂ ਦੀ ਕਰਨੀ ਬੁਰਾਈ ਆਉਂਦੀ ਆ ਅੰਤਾਂ ਦੀ ਦਿਲਾਂ ਦੇ ਵਿੱਚ ਮਹਿਲ ਭਰੀਏ ਅੰਤਾਂ ਦੀ ਦਿਲਾਂ ਦੇ ਵਿੱਚ ਮਹਿਲ ਭਰੀਏ ਜੋ ਕੁਮ ਦੀਆ ਪਾ ਕੇ ਚੰਗੇ ਬਾਣੇ ਦੁਨੀਆ ਕੀ ਰੱਬ ਦੀ ਰਜਾ ਨੂੰ ਦੱਸੋ ਖਾਕ ਮੰਨੂਗੀ ਨਾ ਬੰਦਿਆਂ ਨੂੰ ਜਿਹੜੀ ਬੰਦੇ ਜਾਣੇ ਦੁਨੀਆ ਕੀ ਰੱਬ ਦੀ ਰਜਾ ਨੂੰ ਦੱਸੋ ਖਾਕ ਮੰਨੂਗੀ ਨਾ ਬੰਦਿਆਂ ਨੂੰ ਜਿਹੜੀ ਬੰਦੇ ਜਾਣੇ ਦੁਨੀਆ ਬਹੁਤ ਬਹੁਤਾਂ ਵਧਾਈ ਥੈਂਕ ਯੂ ਤੁਸੀਂ ਆਪਣਾ ਸਮਾਂ ਦਿੱਤਾ ਬੜੀਆਂ ਪਿਆਰੀਆਂ ਤੁਹਾਡੀਆਂ ਗੱਲਾਂ ਬੜੀ ਪਿਆਰੀ ਸ਼ਾਇਰੀ ਤੇ ਬੜਾ ਸੋਹਣਾ ਤੁਸੀਂ ਗਾਨੇ ਹੋ ਤੇ ਸਾਡੇ ਨਾਲ ਗੁਰਸੇਵਕ ਪੱਖੋਂ ਕੇ ਬਾਈ ਮੌਜੂਦ ਸੀਗੇ ਆਣ ਵਾਲੇ ਸਮੇਂ ਦੇ ਸੁਪਰਸਟਾਰ ਨੇ ਤੇ ਬਾਈ ਮੈਨੂੰ ਜਾਂਦੇ ਜਾਂਦੇ ਥੋੜਾ ਜਿਆ ਥਨ ਦੱਸਦਾ ਮੈਂ ਕਿਤੇ ਇੱਕ ਗੱਲ ਪੜ੍ਹੀ ਸੀ ਅੱਜ ਕੱਲ ਇੱਕ ਮੁੰਡਾ ਚੱਲਦਾ ਸੋ ਉਹਨੂੰ ਸੇਤੂ ਵਾਲਾ ਲੋਕ ਕਮੈਂਟ ਕਰਦੇ ਨੇ ਕਿ ਤੁਹਾਨੂੰ ਉਹਦੀ ਗਰੀਬੀ ਤੋਂ ਕੀ ਚਲਣਾ ਦੇਖੋ ਇਹ ਕਿਸੇ ਹੋਰ ਦੀ ਸੋਚ ਹੈ ਥੋੜੀ ਬੋਤੀ ਮੇਰੀ ਸੋਚ ਉਹਦੇ ਨਾਲ ਮਿਲ ਗਈ ਤੇ ਮੈਨੂੰ ਇਹ ਲੱਗਦਾ ਕਿ ਜੇ ਤੁਹਾਨੂੰ ਗਰੀਬ ਲੱਗਦਾ ਹੈ ਹਾਂਜੀ ਤਾਂ ਥੋਨੂੰ ਵੈਸੇ ਉਹਨੂੰ ਦਾਨਪੂਰਨ ਕਰ ਦੇਣਾ ਚਾਹੀਦਾ ਉਹਦਾ ਘਰ ਬਣਵਾ ਦਿਓ ਹਨਾ ਉਹਦੇ ਘਰੇ ਰਾਸ਼ਨ ਪਵਾ ਦਿਓ ਉਹਨੂੰ ਉਹਦੇ ਘਰੇ ਚ ਭੈਣ ਹੈਗੀ ਤਾਂ ਉਹਦਾ ਵਿਆਹ ਕਰ ਦਿਓ ਹਨਾ ਇਹ ਕਰ ਦਿਓ ਪਰ ਉਹਨੂੰ ਸਟੇਜ ਤੇ ਚੜਾ ਕੇ ਕਲਾਕਾਰੀ ਦਾ ਮਜ਼ਾਕ ਨਹੀਂ ਬਣਾਉਣਾ ਚਾਹੀਦਾ ਇਹ ਤਾਂ ਗੱਲ ਹੈ ਤੇ ਮੈਨੂੰ ਲੱਗਦਾ ਕਿ ਜੇ ਸੋਨੂ ਸੇਤੂ ਵਾਲਾ ਗਰੀਬ ਆ ਗੁਰਸੇਵਕ ਵੀਰੇ ਦਾ ਘਰ ਦੇਖ ਲਿਓ ਜਾ ਕੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਪਰ ਇਹ ਮੁੰਡਾ ਟੈਲੈਂਟਡ ਆ ਤੇ ਸਾਡੇ ਪੰਜਾਬੀਆਂ ਦੀ ਇਹ ਖਾਸੀਅਤ ਆ ਕਿ ਜਿੱਥੇ ਥੋੜੋ-ਬੋਤਾਂ ਵੀ ਟੈਲੈਂਟਡ ਹੋ ਵੀ ਅਸੀ ਉਹਨੂੰ ਸਿਰ ਤੇ ਬਿਠਾ ਲੈਨੇ ਆ ਤਾਂ ਇਸ ਵੀਡੀਓ ਨੂੰ ਸ਼ੇਅਰ ਕਰਕੇ ਬਾਈ ਦੀ ਸਪੋਰਟ ਕਰਿਓ ਤਾਂ ਕਿ ਕਿਸੇ ਚੰਗੇ ਕਲਾਕਾਰ ਅਦਾਕਾਰ ਕਿਸੇ ਚੰਗੇ ਬੰਦੇ ਦੇ ਕੋਲ ਬਾਈ ਦੀ ਬਾਈ ਦਾ ਜਿਹੜਾ ਟੈਲੈਂਟ ਆ ਪਹੁੰਚ ਜਾਵੇ ਤਾਂ ਹੋਰ ਵੀ ਅਦਾ ਦੇ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਆਂਦੇ ਰਵਾਂਗੇ ਧੰਨਵਾਦ